ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਪਿੰਡ ਸਿੰਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ ਜਿਨ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ ਤੇ ਆਪਾਂ ਸਾਂਝ ਪਾਉਂਦੇ ਹਾਂ। ਨਵਜੀਤ ਸਿੰਘ ਹੋਰੇ ਆਪਣੇ ਨਾਲ ਜੁੜੇ ਹੋਏ ਨੇ ਜੀ ਜਲੰਧਰ ਤੋਂ। ਹੁਣ ਸੱਜਣਾ ਦੀ ਆਈ ਹੈ ਇੱਕ ਕਾਲ ਜਲੰਧਰ ਤੋਂ। ਨਵਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ। ਰੇਡੀਓ ਚੰਨ ਪਰਦੇਸੀ ਦੇ ਵੀ ਸਾਰੇ ਸਰੋਤਿਆਂ ਨੂੰ ਵੀ ਤੇ ਤੁਹਾਨੂੰ ਵੀ ਜੀ ਬਹੁਤ ਮਿਹਰਬਾਨੀ। ਬਹਿਨੋ ਔਰ ਬਾਈਓ, ਬਾਹਰ ਰੈਲੀਆਂ ਚ ਤਾਂ ਇਸ ਤਰ੍ਹਾਂ ਸੰਬੋਧਨ ਕਰਦੇ ਹੁੰਦੇ ਆ, ਤੇ ਸਦਨ ਚ ਕੀ ਆਖਿਆ ਪ੍ਰਧਾਨ ਮੰਤਰੀ ਹੋਰਾਂ ਨੇ? ਸੁਖਨੈਬ ਜੀ, ਅੱਜ ਪ੍ਰਧਾਨ ਮੰਤਰੀ ਹੋਣਾ ਨੇ ਕਈ ਦਿਨਾਂ ਤੋਂ ਉਨ੍ਹਾਂ ਤੇ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਬਈ ਚਲੋ ਆਉਗੇ, ਅੱਜ ਆਉਂਦੇ ਤਾਂ ਚਲੋ ਅੱਗੇ ਵੀ ਆ ਗੱਲਬਾਤ ਕਰੂਗੇ, ਆਪਣਾ ਪੱਖ ਰੱਖੂਗੇ ਖੇਤੀ ਕਾਨੂੰਨਾਂ ਨੂੰ ਲੈ ਕੇ। ਬਹੁਤ ਕੁਛ ਵਾਪਰ ਚੁੱਕਿਆ, ਬਹੁਤ ਸਾਰੇ ਘਟਨਾਕ੍ਰਮ ਹੋ ਗਏ ਨੇ। ਬਹੁਤ ਦਿਨਾਂ ਤੋਂ ਕਿਸਾਨਾਂ ਦੀ ਇਹ ਆਸ ਹੈ ਕਿ ਹੁਣ ਉਨ੍ਹਾਂ ਦੀ ਗੱਲ ਸੁਣੀ ਜਾਊਗੀ ਤੇ ਪ੍ਰਧਾਨ ਮੰਤਰੀ ਖੁਦ ਇਹਦੇ ਉਪਰ ਕੁਛ ਨਾ ਕੁਛ ਕਹੂਗੇ। ਕਿਹਾ ਬਹੁਤ ਕੁਛ ਉਨ੍ਹਾਂ ਨੇ, ਅੱਜ ਬਹੁਤ ਗੱਲਾਂ ਕੀਤੀਆਂ, ਲੰਬੀਆਂ ਲੰਬੀਆਂ, ਵੱਡੀਆਂ ਵੱਡੀਆਂ, ਪਰ ਉਹਦੇ ਵਿਚੋਂ ਇਕ ਘੰਟੇ ਦੇ ਕਰੀਬ ਉਨ੍ਹਾਂ ਨੇ ਬੋਲਿਆ, ਪਰ ਉਸ ਇਕ ਘੰਟੇ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਕਿੰਨਾ ਸਮਾਂ ਦਿੱਤਾ? ਜੇਕਰ ਗੱਲ ਕੀਤੀ ਤੇ ਉਹੀ ਜੋ ਪੁਰਾਣੀਆਂ ਗੱਲਾਂ ਸਾਰੀਆਂ ਕੇਂਦਰੀ ਖੇਤੀਬਾੜੀ ਮੰਤਰੀ ਕਰਦੇ ਆ ਉਧਰਲੇ ਪਾਸੇ ਚੱਲੀਆਂ। ਚਲੋ ਅਸੀਂ ਕੁਝ ਅੰਸ਼ ਉਨ੍ਹਾਂ ਦੇ ਸਾਂਝੇ ਕਰਦੇ ਆ। ਅੱਜ ਜਿਹੜੀ ਉਨ੍ਹਾਂ ਨੇ ਗੱਲ ਕੀਤੀ ਆ, ਉਹ ਕਹਿੰਦੇ ਵਧੀਆ ਲੱਗਦਾ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਆ, ਲੋਕਤੰਤਰ ਦੀ ਗੱਲ ਸ਼ੁਰੂ ਕੀਤੀ। ਵੈਸੇ ਕਹਿੰਦੇ ਇਹਨੂੰ ਮਦਰ ਆਫ ਡੈਮੋਕਰੇਸੀ ਵੀ ਕਿਹਾ ਜਾਣਾ ਚਾਹੀਦਾ, ਕਿਉਂਕਿ ਦੁਨੀਆਂ ਵਿਚ ਸਾਡੇ ਹੁਣ ਨਾਂ ਦੇ ਝੰਡੇ ਆ। ਭਾਰਤ ਇਕ ਅਜਿਹਾ ਦੇਸ਼ ਆ ਜੋ ਕੁਝ ਕੁ ਸਾਲਾਂ ਵਿਚ, ਵੈਸੇ ਅਗਲੇ ਸਾਲ ਦੇ ਟਾਰਗੇਟ ਦਿੱਤਾ ਕਿ ਵਿਕਾਸ ਦਰ ਡਬਲ ਡਿਜਿਟ ਵਿਚ ਹੋ ਜਾਣੀ ਆ, ਡਾਵਾਡੋਲ ਅਰਥ ਵਿਵਸਥਾ ਹੋ ਰਹੀ ਆ, ਉਹਨੂੰ ਸਹਾਰਾ ਦਿੱਤਾ ਹੁਣ ਕਾਰਪੋਰੇਟ ਘਰਾਣਿਆਂ ਨੇ, ਉਹਨਾਂ ਕਰਕੇ ਮਾੜਾ ਮੋਟਾ ਚੱਲਦਾ ਆ। ਆਉਣ ਵਾਲੇ ਸਮੇਂ ਚ ਹੋ ਸਕਦਾ ਥੋੜਾ ਜ਼ਿਆਦਾ ਚੱਲ ਪਿਆ, ਆਪਾਂ ਅਗਲੇ ਖ਼ਬਰ ਦੇ ਵਿਚ ਇਹਦੀ ਜ਼ਿਕਰ ਕਰਦੇ ਆ। ਇਹਨਾਂ ਨੇ ਹੁਣ ਕੀ ਕਿਹਾ? ਉਹ ਕਹਿੰਦੇ ਕੋਰੋਨਾ ਕਾਲ ਦੌਰਾਨ ਭਾਰਤ ਵਿਚ ਨਿਵੇਸ਼ ਹੋਇਆ। ਹੁਣ ਗੱਲਾਂ ਦੇਖਿਓ ਕਿੱਦਾਂ ਕਿੱਦਾਂ, ਇਸ ਸ਼ੁਰੂ ਦੀਆਂ ਗੱਲਾਂ ਆ, ਖੇਤੀ ਕਾਨੂੰਨਾਂ ਦੇ ਕਦੋਂ ਆਏ, ਮੈਂ ਵੀ ਉਦਾਂ ਹੀ ਹੋਣਾ ਜਿੱਦਾਂ ਉਹਨੇ ਅੱਜ ਗੱਲਾਂ ਕਮਾਈਆਂ। ਉਹ ਕਹਿੰਦੇ ਕੋਰੋਨਾ ਕਾਲ ਦੌਰਾਨ ਭਾਰਤ ਵਿਚ ਨਿਵੇਸ਼ ਹੋਇਆ, ਰਿਕਾਰਡ ਨਿਵੇਸ਼ ਹੋਇਆ, ਬਹੁਤ ਸਾਰੀਆਂ ਕੰਪਨੀਆਂ ਸਾਡੇ ਵੱਲ ਦੇਖਦੀਆਂ ਕਿ ਇਹਨਾਂ ਨੇ ਇੰਨਾ ਵਧੀਆ ਨਿਵੇਸ਼ ਕੀਤਾ ਕਿੱਦਾਂ, ਸਾਡੇ ਤੇ ਨਿਰਭਰ ਆ। ਹਾਂ, ਇੱਕ ਗੱਲ ਸਹੀ ਆ ਕਿ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਹੁਣ 22 ਦੇਸ਼ ਸਾਡੇ ਤੇ ਜ਼ਰੂਰ ਬੈਠੇ ਆ, ਦੇਖਦੇ ਪਏ ਕਿ ਇਹਨਾਂ ਵੱਲੋਂ ਦਵਾਈ ਆਊਗੀ। ਚਲੋ ਉਹ ਵੱਖਰੀ ਗੱਲ ਆ। ਹੁਣ ਆਪਣੇ ਪਹਿਲੇ ਭਾਸ਼ਣ ਵਿਚ ਉਹ ਕਹਿੰਦੇ ਮੈਂ ਇਹ ਗੱਲ ਕੀਤੀ ਸੀ, ਜਦੋਂ ਮੇਰੀ ਸਰਕਾਰ ਗਰੀਬਾਂ ਨੂੰ, ਜਦੋਂ ਮੇਰੀ ਸਰਕਾਰ ਆਊਗੀ ਉਹ ਗਰੀਬਾਂ ਨੂੰ ਸਮਰਪਿਤ ਹੋਊਗੀ, ਜਦੋਂ 2014 ਵਿਚ ਕਹਿੰਦੇ ਮੈਂ ਆਇਆ। ਹੁਣ ਵੀ ਕਹਿੰਦੇ ਜਦੋਂ ਮੇਰੇ ਕੋਲ ਸੱਤਾ ਆਇਆ, ਮੈਂ ਹੈਗਾ ਅਹੁਦੇ ਤੇ ਆ ਹੁਣ, ਤੇ ਮੇਰੀ ਇਹ ਹੀ ਫਰਜ਼ ਬਣਦਾ ਕਿ ਗਰੀਬਾਂ ਲਈ ਹੀ ਸਾਰਾ ਕੁਛ ਕਰਾਂ। ਪ੍ਰਧਾਨ ਮੰਤਰੀ ਸਾਬਕਾ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਵੀ ਜ਼ਿਕਰ ਕੀਤਾ, ਸਾਰਾ ਕੁਛ ਤਾਂ ਕਹਿੰਦੇ ਉਹਨਾਂ ਦੇ, ਉਹ ਵੀ ਇਹੀ ਕਰਨਾ ਚਾਹੁੰਦੇ ਸੀ। ਹੁਣ ਇੱਕ ਗੱਲ ਸਮਝ ਨਹੀਂ ਆਉਂਦੀ, ਚਲੋ ਸਾਰੀਆਂ ਪਾਲਿਸੀਆਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਸਰਕਾਰ ਵੇਲੇ ਇਹ ਬਣੀਆਂ, ਇਹਦੇ ਵਿਚ ਕੋਈ ਦੋ ਸ਼ੱਕ ਨਹੀਂ। ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਨੇ ਪਾਲਿਸੀਆਂ ਨੂੰ ਦੇਖਿਆ ਕਿ ਆਪਣੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਜੇ ਖੇਤੀ ਸੁਧਾਰਾਂ ਦੀ ਗੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣਾਂ ਦੇ ਕਾਰਜਕਾਲ ਦੌਰਾਨ ਚੱਲੀ ਆ, ਉਨ੍ਹਾਂ ਨੇ ਇੱਕ ਬਾਜ਼ਾਰ ਦੀ ਗੱਲ ਕੀਤੀ ਹੋਊਗੀ, ਕੀਤੀ ਸੀ, ਉਨ੍ਹਾਂ ਦੀ ਨੀਤੀ ਹੋ ਸਕਦਾ ਕੋਈ ਹੋਰ ਹੋਵੇ, ਉਨ੍ਹਾਂ ਨੇ ਕਿਸੇ ਹੋਰ ਤਰੀਕੇ ਨਾਲ ਸੋਚਿਆ ਹੋਵੇ ਉਸਨੂੰ ਲਾਗੂ ਕਰਨਾ। ਅਰਥ ਸ਼ਾਸਤਰੀ ਨੇ ਅਮਰੀਕਾ ਵਾਲੇ ਪਾਸੇ ਵੀ ਉਦੋਂ ਰਾਸ਼ਟਰਪਤੀ ਸਨ ਬਰਾਕ ਓਬਾਮਾ, ਉਹ ਵੀ ਸਲਾਹ ਮਸ਼ਵਰਾ ਲੈਂਦੇ ਹੁੰਦੇ ਸੀ, ਸਲਾਹ ਮਸ਼ਵਰਾ ਇਹ ਵੀ ਕਰਦੇ ਹੁੰਦੇ ਸੀ, ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਨ੍ਹਾਂ ਦੀ ਨੀਤੀ ਸੀ, ਨੀਤੀ ਘਾੜੇ ਆਪਣੇ ਤਰੀਕੇ ਨਾਲ ਕਰਦੇ ਸੀ। ਮੌਂਟਿੰਗ ਸਿੰਘ ਆਹਲੂਵਾਲੀਆ ਨੂੰ ਕੋਈ ਭੁੱਲ ਨਹੀਂ ਸਕਦਾ ਕਿਸ ਤਰ੍ਹਾਂ ਉਨ੍ਹਾਂ ਨੇ ਯੋਜਨਾਵਾਂ ਦੇ ਵਿਚ ਸਾਥ ਦਿੱਤਾ ਬਣਨ ਦੇ। ਇਨ੍ਹਾਂ ਦਾ ਤਰੀਕਾ ਹੋਰ ਆ, ਕੰਮ ਕਰਨ ਦਾ ਵੀ ਹੋਰ ਆ। ਹੁਣ ਕਹਿੰਦੇ ਇਨ੍ਹਾਂ ਨੇ ਇੱਕ ਚੌਧਰੀ ਚਰਨ ਸਿੰਘ ਦਾ ਜ਼ਿਕਰ ਕੀਤਾ, ਜੋ ਖੇਤੀ ਕਾਨੂੰਨਾਂ ਬਾਰੇ ਕਹਿੰਦੇ ਜ਼ਿਕਰ ਕਰਦੇ ਰਹੇ ਆ ਕਿ ਕਿਸਾਨਾਂ ਦਾ ਸੈਂਸਸ ਲਿਆ ਜਾਵੇ ਤਾਂ ਕਿ 33% ਕਿਸਾਨ ਅਜਿਹੇ ਨੇ ਜਿਨ੍ਹਾਂ ਕੋਲ 2 ਵਿਘੇ ਤੋਂ ਘੱਟ ਜ਼ਮੀਨ ਹੈ, 18% ਉਨ੍ਹਾਂ ਕੋਲ ਹੈ, 4 ਵਿਘੇ ਕੋਲ ਜ਼ਮੀਨ ਆ। ਏਦਾਂ ਦੇ ਮਤਲਬ ਕਿ ਉਲਝਾ ਆਉਣ ਵਾਲੀਆਂ ਗੱਲਾਂ ਥੋੜੀਆਂ ਜਿਹੀਆਂ ਲੱਗੀਆਂ ਅੱਜ ਇਨ੍ਹਾਂ ਦੀਆਂ ਭਾਸ਼ਣ ਦੌਰਾਨ, ਕਿਉਂਕਿ ਆਮ ਭਾਸ਼ਾ ਦੇ ਜੇਕਰ ਗੱਲ ਕਰਦੇ ਤਾਂ ਉਹ ਹੋ ਸਕਦਾ ਜਲਦੀ ਪਹੁੰਚਦੀ। ਇਹਨਾਂ ਦੀ ਇਹਨਾਂ ਸਾਰੀਆਂ ਗੱਲਾਂ ਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਲੋਚਨਾ ਵੀ ਕੀਤੀ, ਆਪਾਂ ਉਹ ਵੀ ਜ਼ਿਕਰ ਕਰਦੇ ਹਾਂ। ਹੁਣ ਇਨ੍ਹਾਂ ਨੇ ਇੱਕ ਗੱਲ ਸੁਖਨੈਬ ਜੀ ਕਹੀ ਆ, ਕਹਿੰਦੇ ਚੋਣਾਂ ਆਉਂਦੇ ਹੀ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਚਲਾਇਆ ਜਾਂਦਾ। ਉਹ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਹੁੰਦਾ ਜਾਂ ਵੋਟਾਂ ਲੈਣ ਦਾ, ਉਹ ਸਭ ਚੰਗੀ ਤਰ੍ਹਾਂ ਜਾਣਦੇ ਨੇ। ਹੁਣ ਇਹ ਇਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਗੱਲ ਲਾਗੂ ਹੁੰਦੀ ਆ, ਚੋਣ ਮੈਨੀਫੈਸਟੋ ਵਿਚ ਇਹ ਕਹਿ ਕੇ ਗੱਲਾਂ ਕੀਤੀਆਂ ਕਿ
ਆਉਣ ਵਾਲੇ ਸਮੇਂ ਦੇ ਵਿੱਚ ਖਾਤਿਆਂ ਵਿੱਚ 15-15 ਲੱਖ ਰੁਪਇਆ ਪਾਇਆ ਜਾਊਗਾ, ਕਰਜ਼ਾ ਮਾਫ਼ੀ ਕੀਤੀ ਜਾਊਗੀ। ਕਿੰਨਿਆਂ ਦੇ ਆਏ ਪੈਸੇ, ਕਿੰਨਿਆਂ ਦਾ ਕਰਜ਼ਾ ਮਾਫ਼ ਕੀਤਾ, ਇਹ ਗੱਲ ਤਾਂ ਫਿਰ ਆਪਣੇ ਤੇ ਵੀ ਲੱਗਦੀ ਹੈ। ਇਹ ਸਮਝ ਨਹੀਂ ਆਈ ਅੱਜ ਉਹਨਾਂ ਨੇ ਕਿ ਇਹ ਗੱਲ ਕਿਹੜੇ ਐਂਗਲ ਤੋਂ ਕਿਸ ਤਰ੍ਹਾਂ ਕਹੀ ਹੈ, ਕਿਸਾਨਾਂ ਨੂੰ ਧੱਕੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਆ। ਬਜ਼ੁਰਗਾਂ ਨੂੰ ਲੈ ਲਓ, ਕਹਿੰਦੇ ਵਾਪਸ ਲੈ ਜਾਓ, ਅੰਦੋਲਨ ਖਤਮ ਕਰੋ, MSP ਹੈ ਇਸੇ ਤਰ੍ਹਾਂ ਰਹੂਗੀ, ਅਸੀਂ MSP ਖਤਮ ਨਹੀਂ ਕਰਦੇ। ਚਲੋ ਮੰਨ ਲਿਆ, ਪਰ ਹੁਣ ਜਿਹੜੀ ਗੱਲ ਨੂੰ ਲੈ ਕੇ ਬਾਰ ਬਾਰ ਮੀਟਿੰਗਾਂ ਹੋਈਆਂ, ਜਿਹੜੀ ਗੱਲ ਦੇ ਵਿੱਚ ਮੁੱਦਾ ਉਠਾਇਆ ਜਾ ਰਿਹਾ ਕਿ ਤੁਸੀਂ ਇਹਦੇ ਉੱਪਰ ਕਾਨੂੰਨ ਬਣਾਓ, ਗਰੰਟੀ ਦਿਓ, ਗਰੰਟੀ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਗਰੰਟੀ ਤਾਂ ਅੱਜ ਵੀ ਨਹੀਂ ਕੋਈ ਦਿੱਤੀ, ਹੁਣ ਇਹੀ ਕਹਿ ਦਿੱਤਾ MSP ਹੈ, MSP ਰਹੇਗਾ, ਮੰਡੀਆਂ ਵਧਣਗੀਆਂ, ਅਫਵਾਹਾਂ ਨਾ ਫੈਲਾਈਆਂ ਜਾਣ। ਅਫਵਾਹਾਂ ਕੌਣ ਫੈਲਾ ਰਿਹਾ? ਇੱਕ ਮੰਡੀ ਇੱਕ ਬਾਜ਼ਾਰ ਦੀ ਇਹਨਾਂ ਨੇ ਪਹਿਲਾਂ ਐਲਾਨ ਕੀਤਾ ਕਿ ਇਸ ਤਰ੍ਹਾਂ ਹੋਊਗਾ। ਸੁਨੈਪ ਜੀ, ਹੁਣ ਦੇਖੋ, ਪੰਜਾਬ ਵਾਲੇ ਪਾਸੇ ਚੌਲ ਉੱਗਦੇ ਆ, ਕਣਕ ਉੱਗਦੀ ਆ, ਕੇਰਲ ਵਾਲੇ ਪਾਸੇ ਨਾਰੀਅਲ ਉੱਗਦੇ ਆ। ਹੁਣ ਉਧਰੋਂ ਕੋਈ ਵਪਾਰੀ ਉੱਠ ਕੇ ਇਧਰੋਂ ਸਮਝੌਤਾ ਕਰਕੇ ਲੈ ਜਾਊਗਾ, ਇਧਰਲਾ ਕੋਈ ਵਪਾਰੀ ਉਧਰ ਜਾ ਕੇ ਕਿੱਦਾਂ ਵੇਚੂਗਾ? ਹੋ ਸਕਦਾ ਗੋਆ ਵਾਲੇ ਪਾਸਿਓ ਬੰਦੇ ਆਪਾਂ ਦੱਸਿਆ, ਉੱਤਰ ਪ੍ਰਦੇਸ਼ ਵਾਲੇ ਪਾਸਿਓ ਇਸ ਵਾਰ ਬਹੁਤ ਸਾਰੇ ਸੂਬਿਆਂ ਵਿੱਚ ਟਰੱਕ ਫੜ ਹੋਏ, ਹੁਣ ਉਹਨਾਂ ਨੂੰ ਹੀ ਕਾਬੂ ਨਹੀਂ ਕੀਤਾ ਗਿਆ? ਇੱਕ ਦੋ ਟਰੱਕ ਫੜੇ ਆ, ਕਾਰਵਾਈ ਕਿੱਥੇ ਹੋਈ ਆ ਦੱਸਣ? ਪੰਜਾਬ ਦੇ ਵੀ ਕਈ ਇਲਾਕਿਆਂ ਵਿੱਚ ਟਰੱਕ ਫੜ ਹੋਏ ਆ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ, 2-3 ਦਿਨ ਵਿਰੋਧ ਹੋਇਆ, ਨਾਰੇ ਨੂਰੇ ਲੱਗੇ, ਕੰਮ ਖਤਮ ਹੋ ਗਿਆ। ਜੇਕਰ ਇੱਕ ਮੰਡੀ ਇੱਕ ਬਾਜ਼ਾਰ ਬਣਦਾ ਤੇ ਨੁਕਸਾਨ ਤਾਂ ਫਿਰ ਉਸ ਬੰਦਿਆਂ ਨੂੰ ਹੋਊਗਾ, ਵਪਾਰੀ ਦੂਜੇ ਸੂਬੇ ਤੋਂ ਆ ਜਾਣਗੇ। ਇਹਨਾਂ ਨੂੰ ਲੈ ਕੇ ਜਵਾਨੀ ਗੱਲਾਂ ਕਹੀ ਜਾ ਰਹੀਆਂ, ਕੋਈ ਕਾਨੂੰਨ ਕਿਸੇ ਤਰ੍ਹਾਂ ਬਣਾਉਣ ਦੀ ਗੱਲ ਕੀਤੀ ਨਹੀਂ ਜਾ ਰਹੀ। ਪੰਜਾਬ ਬਾਰੇ ਵੀ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ, ਕਹਿੰਦੇ ਕੁਝ ਲੋਕ ਨੇ ਜੋ ਭਾਰਤ ਅਸਥਿਰ ਕਰ ਰਹੇ ਨੇ, ਅਸ਼ਾਂਤੀ ਪੈਦਾ ਕਰ ਰਹੇ ਨੇ, ਕੋਸ਼ਿਸ਼ਾਂ ਕਰ ਰਹੇ ਨੇ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਦੀਆਂ, ਖਾਸ ਕਰ ਪੰਜਾਬ ਦੇ ਵਿੱਚ। 1984 ਦਾ ਵੀ ਜ਼ਿਕਰ ਕੀਤਾ, ਵੰਡ ਦਾ ਵੀ ਜ਼ਿਕਰ ਕੀਤਾ ਕਿ ਉਸ ਵੇਲੇ ਪੰਜਾਬੀਆਂ ਨੇ ਸਾਡਾ ਸਾਥ ਦਿੱਤਾ, ਸਿੱਖ ਕੌਮ ਤੇ ਸਾਨੂੰ ਮਾਣ ਮਹਿਸੂਸ ਆ। ਜੇ ਮਾਣ ਮਹਿਸੂਸ ਆ, ਇਸ ਵੇਲੇ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਜੰਮੂ ਵਾਲੇ ਪਾਸੇ ਬਹੁਤ ਸਾਰੇ ਮਾਸੂਮਾਂ ਦੀ ਜਾਨ ਜਾਂਦੀ, ਉਹਨਾਂ ਦਾ ਜ਼ਿਕਰ ਕੀਤਾ, ਤਿਰੰਗੇ ਵਿੱਚ ਲਿਪਟ ਕੇ ਕਿਸ ਤਰ੍ਹਾਂ ਉਹਨਾਂ ਦੀਆਂ ਦੇਹਾਂ ਆਉਂਦੀਆਂ ਨੇ। ਪਰਿਵਾਰ ਕਦੀ ਵੀ ਉਹਨਾਂ ਦਾ ਘਾਟਾ ਪੂਰਾ ਨਹੀਂ ਕਰ ਸਕਦਾ, ਇੱਕ ਮੈਡਲ ਤੱਕ ਜ਼ਿੰਦਗੀ ਸੀਮਤ ਹੋ ਕੇ ਰਹਿ ਜਾਂਦੀ ਆ। ਤੇ ਸਾਨੂੰ ਉਸ ਘਟਨਾਕ੍ਰਮ ਵਿੱਚ ਇਹ ਕਿਹਾ ਜਾਂਦਾ, ਇਹ ਉਹੀ ਸਿੱਖ ਨੇ ਜਿਨ੍ਹਾਂ ਦੀ ਅੱਜ ਇਹਨਾਂ ਨੇ ਤਾਰੀਫ ਕੀਤੀ ਆ, ਤੇ ਦੂਜੇ ਪਾਸੇ ਕਹਿੰਦੇ ਆ ਕਿ ਇਹ ਵੱਖਵਾਦੀ ਨੇ, ਦੂਸਰੇ ਪਾਸੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ, ਇਹ ਵੀ ਤਾਂ ਕਿਹਾ ਜਾਂਦਾ। ਅੱਜ ਦੁਚਿੱਤੀ ਜਿਹੀ ਵਾਲਾ ਭਾਸ਼ਣ ਇਹਨਾਂ ਨੇ ਦਿੱਤਾ। ਇੱਕ ਗੱਲ ਜਿਹੜੀ ਕਹੀ ਹੈ, ਇਹੀ ਕਹੀ ਹੈ ਕਿ ਖਾਸ ਕਿ MSP ਖਤਮ ਨਹੀਂ ਕੀਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਵਾਰੀ ਇਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਦਿਓ, ਇਹਦਾ ਫਾਇਦਾ ਦੇਖੋ ਕੀ ਹੈ, ਜੇ ਨਾ ਹੋਇਆ ਤਾਂ ਸੁਧਾਰ ਕਰਾਂਗੇ। ਹੁਣ ਇਹ ਗੱਲ ਜਿਹੜੀ ਹੈ, ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਕਹੀ ਹੈ ਕਿ ਇਹ ਕਾਨੂੰਨ ਬਿਲਕੁਲ ਸਹੀ ਨੇ, ਪਰ ਜੇਕਰ ਤੁਸੀਂ ਕਹਿੰਦੇ ਹਾਂ ਵਿੱਚ ਕੁਛ ਗਲਤ ਹੈਗਾ, ਅਸੀਂ ਸੁਧਾਰ ਕਰ ਲੈਂਦੇ ਹਾਂ। ਜੇ ਸਹੀ ਆ ਤਾਂ ਸੁਧਾਰ ਕਿਉਂ ਕਰਨਾ, ਗੱਲ ਤਾਂ ਵੀ ਜੁੜਦੀ ਆ ਆਪਸ ਵਿੱਚ। ਸੋ ਅੱਜ ਲੱਗਾ ਨੀ ਬਹੁਤਾ ਕਿ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ, ਇੱਕ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ। ਜੇਕਰ ਪੂਰਾ ਵਿਸ਼ਵਾਸ ਦਵਾਇਆ ਜਾਂਦਾ ਕਿ ਇਸ ਤਰ੍ਹਾਂ ਅਸੀਂ ਕਰ ਸਕਦੇ, ਕਿਉਂਕਿ ਸੁਨੈਪ ਜੀ ਹੁਣ ਵਿੱਚ 10-12 ਦਿਨ ਪੈ ਚੁੱਕੇ ਨੇ, ਮੀਟਿੰਗ ਹੋਈ ਨੀ ਹੋਈ, 10-12 ਦਿਨ ਦੇ ਵਿੱਚ ਬਹੁਤ ਸਾਰੀਆਂ ਨੀਤੀਆਂ ਘੜੀਆਂ ਜਾ ਸਕਦੀਆਂ, ਗੱਲਾਂ ਕੀਤੀਆਂ ਜਾ ਸਕਦੀਆਂ, ਪਰ ਕੀਤਾ ਕੂਤਾ ਕੁਛ ਨੀ, ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਅੱਜ ਕੰਮ ਕੀਤਾ ਜੀ। ਤੇ ਇਹਨਾਂ ਨੇ ਹੁਣ ਖੋਜ ਕਰ ਲਈ, ਕਹਿੰਦੇ ਕੋਈ ਨਵੀਂ ਪ੍ਰਜਾਤੀ ਆ ਗਈ ਪ੍ਰਦਰਸ਼ਨਕਾਰੀ। ਇਹ ਪ੍ਰਦਰਸ਼ਨਕਾਰੀ ਅੰਦੋਲਨ ਜੀ ਵੀ ਹੁਣ ਨਵੇਂ ਨਵੇਂ ਨਾਮ ਦਿੱਤੇ ਜਾ ਰਹੇ ਨੇ। ਵੈਸੇ ਤਾਂ ਦੇਖੋ, ਉਹ ਇੱਕ ਕਹਾਵਤ ਆ ਕਿ ਜਿੱਧਰ ਲਾੜਾ ਉਧਰ ਜੰਜ, ਹੁਣ ਸਾਰੇ ਉਧਰਲੇ ਪਾਸੇ ਤੁਰ ਪੈਣੇ। ਆਪਾਂ ਦੇਖਿਆ ਸਾਡਾ ਬਾਲੀਵੁੱਡ ਵੀ ਉਧਰ ਨੂੰ ਤੁਰ ਪਿਆ, ਇਧਰਲੇ ਪਾਸੇ ਹੁਣ ਮੰਤਰੀ ਸੰਤਰੀ ਵੀ ਕਈ ਤੁਰੇ ਆ। ਤੇ ਜਿਹੜੀ ਗੱਲ ਇੱਕ ਕਹਿੰਦੇ ਅਗਲਾ ਬੰਦਾ ਡੱਬਾ ਜਿੱਧਰ ਲੱਗਾ ਇੰਜਣ, ਜਿੱਧਰ ਲੱਗਾ ਪਿੱਛੇ ਪਿੱਛੇ ਡੱਬੇ ਤੁਰੀ ਜਾਂਦੇ ਆ। ਪਰ ਅੱਜ ਵੱਖ ਵੱਖ ਨਾਵਾਂ ਦੇ ਨਾਲ ਫਿਰ ਤੋਂ ਇੱਕ ਨਵਾਂ ਨਾਮ ਦਿੱਤਾ ਗਿਆ ਅੰਦੋਲਨ ਜੀ ਵੀ, ਹਾਲਾਂਕਿ ਇਹਨੂੰ ਲੈ ਕੇ ਬਹੁਤ ਸਾਰੇ ਕਿਸਾਨ ਆਗੂਆਂ ਨੇ ਆਪਣਾ ਰੋਸ ਜ਼ਾਹਰ ਕਰ ਦਿੱਤਾ, ਆਲੋਚਨਾ ਕੀਤੀ ਹੈ। ਉਹ ਕਹਿੰਦੇ ਕਿ ਕਿਸਾਨਾਂ ਦੇ ਕੀਤੇ ਗਏ ਅਪਮਾਨ ਦੀ ਅਸੀਂ ਨਿਖੇਧੀ ਕਰਦੇ ਹਾਂ। ਹੁਣ ਦੇਖੋ, ਕਿਸਾਨ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਣਾ ਚਾਹੁੰਦੇ ਨੇ ਕਿ ਉਹ ਅੰਦੋਲਨ ਜੀ ਵੀ ਹੀ ਸੀ ਜਿਸ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਕਾਂ ਤੋਂ ਆਜ਼ਾਦ ਕਰਵਾਇਆ, ਅਤੇ ਇਹਦੇ ਲਈ ਅੰਦੋਲਨ ਜੀ ਵੀ ਹੋਣ ਦਾ ਮਾਣ ਵੀ ਹੈ। ਭਾਜਪਾ ਤੇ ਇਹਦੇ ਪੁਰਖਿਆਂ ਨੇ ਅੰਗਰੇਜ਼ਾਂ ਵਿਰੁੱਧ ਥੋੜੀ ਕਦੀ ਕੋਈ ਲੜਾਈ ਲੜੀ ਆ? ਲੜਾਈ ਕਿਹਨੇ ਲੜੀ ਆ? ਸਾਰਿਆਂ ਨੂੰ ਪਤਾ ਹਮੇਸ਼ਾ ਕੌਣ ਅੱਗੇ ਆਉਂਦਾ ਰਿਹਾ, ਕਿੱਥੇ ਕਿੱਥੇ ਕਿਹਦੀ ਕਿਹਦੀ ਸ਼ਹਾਦਤ ਹੋਈ ਹੈ, ਇਹ ਤਾਂ ਸਾਰਿਆਂ ਨੂੰ ਪਤਾ। ਪਰ ਹੁਣ ਜਿਸ ਤਰ੍ਹਾਂ ਪਿਛਲੇ 26 ਜਨਵਰੀ ਦੀ ਘਟਨਾ ਤੋਂ ਬਾਅਦ ਬਾਅਦ 30 ਤਰੀਕ ਆਉਂਦੀ ਹੈ, ਬਹੁਤ ਸਾਰੇ ਪ੍ਰੋਗਰਾਮ ਹੋਰ ਲਿਖੇ ਜਾਂਦੇ ਨੇ, ਚੱਕਾ ਜਾਮ ਕੀਤਾ ਜਾਂਦਾ, ਚੱਕਾ ਜਾਮ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ, ਕਈ ਤਰ੍ਹਾਂ ਦੀਆਂ ਚਰਚਾਵਾਂ ਬਾਜ਼ਾਰ ਵਿੱਚ ਰਹੀਆਂ, ਉਦੋਂ ਵੀ ਕਈ ਨਾਵਾਂ ਨਾਲ ਪੁਕਾਰਿਆ ਗਿਆ। ਦੇਖੋ ਹੁਣ ਸੁਨੈਪ ਜੀ, ਇੱਕ ਜਿਹੜੀ ਗੱਲ ਇਹ ਆ ਕਿ ਵੱਖ ਵੱਖ ਨਾਵਾਂ ਨਾਲ ਪੁਕਾਰ ਕੇ ਧਰਨੇ ਨੂੰ ਖਦੇੜਨ ਦੀ ਜਾਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ।
ਅੱਜ ਦਾ ਜੋ ਪ੍ਰਧਾਨ ਮੰਤਰੀ ਹੋਣਾ ਨੇ ਭਾਸ਼ਣ ਦਿੱਤਾ ਉਹਨੂੰ ਵੀ ਕਿਸਾਨਾਂ ਨੇ ਇਹੀ ਕਿਹਾ ਕਿ ਐਮ ਐਸ ਪੀ ਉੱਤੇ ਖਾਲੀ ਬਿਆਨਬਾਜ਼ੀ ਕਰਨਾ ਤਾਂ ਗੱਲ ਨਹੀਂ ਪਹੁੰਚਣੀ ਨਾ, ਇਹਨਾਂ ਕਿਸੇ ਨੂੰ ਲਾਭ ਤਾਂ ਨਹੀਂ ਮਿਲਣਾ, ਇਹ ਤਾਂ ਅਰਥਹੀਣ ਗੱਲਾਂ ਆ। ਤੁਸੀਂ ਸੱਥ ਵਾਲੀਆਂ ਗੱਲਾਂ ਕਰੋ, ਸੱਥ ਦੱਸੋ। ਉਹ ਸੱਥ ਤਾਂ ਕਹਿੰਦੇ ਤੁਹਾਡੇ ਕੋਲ ਹੈ ਹੀ ਨਹੀਂ, ਖੇਤੀਬਾੜੀ ਮੰਤਰੀ ਵੀ ਕਹੀ ਜਾਂਦੇ ਅਸੀਂ ਤਾਂ ਕਹਿੰਦੇ। ਹੁਣ ਦੇਖੋ ਅੱਜ ਤੱਕ ਲੋਕ ਸਭਾ ਜਾਂ ਰਾਜ ਸਭਾ ਬਹੁਤ ਸਾਰੇ ਮੰਤਰੀ ਉਹ ਚ ਆਉਂਦੇ ਨੇ, ਸੰਸਦ ਮੈਂਬਰ ਜਿਹੜੇ ਚੁਣੇ ਹੁੰਦੇ ਆ। ਹੁਣ ਉਹਨਾਂ ਸੰਸਦ ਮੈਂਬਰਾਂ ਦਾ ਫਰਜ਼ ਹੁੰਦਾ ਕਿ ਅਸੀਂ ਸੱਚ ਬੋਲਣਾ, ਕਿਉਂਕਿ ਸੱਚ ਦੇ ਕਰਕੇ ਹੀ ਉੱਥੇ ਤੱਕ ਹੁੰਦੇ ਆ। ਹੁਣ ਖੇਤੀਬਾੜੀ ਮੰਤਰੀ ਸ਼ਰੇਆਮ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਪੰਜਾਬ ਦੇ ਲੋਕ ਹੀ ਉੱਥੇ ਬੈਠੇ ਆ, ਉੱਤਰਾਖੰਡ, ਯੂਪੀ, ਬਿਹਾਰ, ਰਾਜਸਥਾਨ, ਤਾਮਿਲਨਾਡੂ ਵਾਲੇ ਪਾਸਿਓ, ਮਹਾਰਾਸ਼ਟਰ ਵਾਲੇ ਪਾਸਿਓ। ਇਹ ਫਿਰ ਇਹਨਾਂ ਦਾ ਇਹਨੇ ਦਿਖਾਈ ਨਹੀਂ ਦਿੰਦੇ, ਉਹ ਆਪਣੇ ਇਲਾਕਾ ਇੰਡੀ ਦਾ ਨਾਲ ਜਿੱਧਰਲੇ ਪਾਸੇ ਖੱਟਰ ਹੁਣ ਹੀ ਬੈਠੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹੁਣ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਦੋਲਨ ਜੀ ਵੀ ਕੋਈ ਨਵਾਂ ਇਨਾਮ ਦਿੱਤਾ, ਅਸਲ ਵਿੱਚ ਜਿਹੜੀ ਗੱਲ ਹੈ ਉਹ ਕਰਨ ਦੀ ਲੋੜ ਹੈ, ਉਹ ਨਹੀਂ ਕੀਤੀ ਜਾ ਰਹੀ। ਹੁਣ ਹੋਰ ਪਾਸੇ ਗੱਲਾਂ ਜਾ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਭਟਕਾਇਆ ਜਾਵੇ, ਮਾਹੌਲ ਖਰਾਬ ਹੋਵੇ। ਮਾਹੌਲ ਖਰਾਬ ਕਰਨ ਦੀਆਂ ਜੇਕਰ ਹੁਣ ਸਾਜਿਸ਼ਾਂ ਸਿਗਨਲ ਜੀ ਦੇਖੋ ਕਿੱਥੇ ਕਿੱਥੇ ਕੀ ਨਹੀਂ ਹੋਇਆ। ਕਦੀ ਮੇਖਾਂ ਗੱਡੀਆਂ ਜਾਂਦੀਆਂ, ਕਦੀ ਤਾਰਾਂ ਲਗਾਈਆਂ ਜਾਂਦੀਆਂ, ਕਦੀ ਕੰਧਾਂ ਕੱਢੀਆਂ ਜਾਂਦੀਆਂ, ਇਹ ਕਿਉਂ ਕੀਤਾ ਜਾਂਦਾ? ਜੇਕਰ ਹੁਣ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਅਸੀਂ ਐਮ ਐਸ ਪੀ ਖਤਮ ਨਹੀਂ ਕਰਾਂਗੇ, ਤਾਂ ਜੋ ਵੀ ਅੱਜ ਗੱਲਬਾਤ ਹੋਈ ਹੈ ਨਾ, ਫਿਰ ਇਹ ਸਾਰਾ ਕੁਝ ਕਰਨ ਦੀ ਲੋੜ ਕੀ ਆ? ਇਹ ਸਾਰਾ ਕੁਝ ਚੱਕ ਦੋ, ਉਹ ਉੱਥੇ ਬੈਠੇ ਆ, ਇਹ ਉੱਥੇ ਰਹਿਣਗੇ। ਇਹ ਗੱਲ ਪੱਕੀ, ਅੱਗੇ ਵੱਲ ਵਧਣੇ ਜੇ ਵਧਣਾ ਹੁੰਦਾ ਤੇ ਉਦੋਂ ਤੱਕ ਨਹੀਂ ਵਧੇ ਜਦੋਂ ਤੱਕ ਅੱਗੇ ਕੁਛ ਵੀ ਨਹੀਂ ਸੀ, ਬੈਰੀਗੇਟ ਤੋਂ ਬਾਅਦ ਕੀ ਵਧਣਾ? ਸਹੀ। ਸੋ ਇਸ ਕਰਕੇ ਨਵੇਂ ਨਵੇਂ ਨਾਮ ਜੋੜ ਕੇ ਉਹਨਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਹੋਰ ਜਿਹੜੀ ਨਵੀਂ ਗੱਲ ਆ ਅੱਜ ਇਸ ਅੰਦੋਲਨ ਵੱਲੋਂ ਹੀ ਚਲੋ ਕੀਤੀ ਗਈ ਹੈ, ਹੁਣ ਜਿਸ ਤਰ੍ਹਾਂ ਪਿਛਲੇ ਥੋੜੇ ਕੁ ਦਿਨਾਂ ਦੇ ਦੌਰਾਨ ਵੀਡੀਓ ਟਵੀਟਸ ਹਟਾ ਦਿੱਤੇ ਗਏ ਸੀ ਨਾ, ਟਵਿੱਟਰ ਨੇ ਕੁਝ ਅਕਾਊਂਟ ਬੈਨ ਕਰਤੇ ਸੀ, ਅੱਜ ਯੂਟਿਊਬ ਨੇ ਵੀ ਕਿੱਦਾਂ ਦੀ ਕਾਰਵਾਈ ਕੀਤੀ ਆ। ਪੰਜਾਬੀ ਕਲਾਕਾਰ ਨੇ ਸਟੇਜ ਦੇ ਉੱਪਰ ਬੜੇ ਬੜੇ ਉਹਨਾਂ ਨੇ, ਦੋ ਕਲਾਕਾਰ ਤਾਂ ਅਜਿਹੇ ਨੇ ਜਿਨ੍ਹਾਂ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੂਰਾ ਸਹਿਯੋਗ ਤੇ ਸਾਥ ਦਿੱਤਾ, ਉਹਨਾਂ ਦੇ ਗਾਣਿਆਂ ਨੂੰ ਹਟਾਉਣਾ ਸ਼ੁਰੂ ਕਰਤਾ। ਕੁਛ ਕਿਸਾਨਾਂ ਦੇ ਅਕਾਊਂਟ ਵੀ, ਇਹ ਦੱਸਿਆ ਜਾ ਰਿਹਾ ਜਿਹੜੇ ਅਕਾਊਂਟ ਨੇ ਉਹਨਾਂ ਦੀ ਹਾਲੇ ਪੁਸ਼ਟੀ ਹਜੇ ਤੱਕ ਨਹੀਂ ਹੋਈ, ਪਰ ਕੁਛ ਮੈਸੇਜ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਰਕਾਰ ਨੇ ਇਹਨਾਂ ਨੂੰ ਬੰਦ ਕਰਨ ਲਈ ਕਿਹਾ, ਜਿਸ ਤਰ੍ਹਾਂ ਟਵੀਟ ਨੂੰ ਕੀਤਾ ਸੀ। ਪਰ ਕਲਾਕਾਰਾਂ ਵਾਲੀ ਗੱਲ ਸਹੀ ਹੈ, ਉਹਨਾਂ ਦੇ ਗਾਣੇ ਕੁਛ ਬੰਦ ਕਰ ਦਿੱਤੇ ਗਏ ਜੋ ਅੰਦੋਲਨ ਦੇ ਨਾਲ ਸੰਬੰਧਿਤ ਸੀ। ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਆ। ਪਰ ਆਹ ਜਿਹੜੇ ਹੁਣ ਨਵੇਂ ਨਵੇਂ ਨਾਮ ਦੇਣੇ ਸ਼ੁਰੂ ਕਰ ਦਿੱਤੇ ਨੇ, ਕਦੀ ਵੱਖਵਾਦੀ, ਕਦੀ ਖਾਲਿਸਤਾਨੀ, ਕਦੀ ਕੁਛ, ਕਦੀ ਕੁਛ, ਤੇ ਹੁਣ ਆਹ ਅੰਦੋਲਨ ਨੂੰ ਲੈ ਕੇ ਜਿਹੜਾ ਅੰਦੋਲਨ ਜੀਵੀ ਉਹਨਾਂ ਨੇ ਕਹਿਤਾ, ਇਹਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਹੁਣ ਗੱਲ ਕਿੱਧਰ ਜਾਂਦੀ ਹੈ। ਪਰ ਇੰਨਾ ਜ਼ਰੂਰ ਹੈ ਗੁੱਸਾ ਵਧਣਾ ਇਸ ਚੀਜ਼ ਨਾਲ, ਜਦੋਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਵੰਡੀਆਂ ਪਾਉਣ ਦੇ ਯਤਨ ਤੇ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਹੋ ਰਹੀਆਂ ਨੇ। ਜਾਂ ਕਿਸਾਨਾਂ ਨੇ ਸੰਯੁਕਤ ਰਾਸ਼ਟਰ ਸੰਗਠਨ ਦਾ ਸਾਥ ਮੰਗਿਆ, ਸੰਯੁਕਤ ਮੋਰਚੇ ਵਾਲਿਆਂ ਨੇ ਮੰਗਿਆ ਜਾਂ ਕਿਸੇ ਹੋਰ ਨੇ ਮੰਗ ਲਿਆ ਜੀ? ਜੀ, ਸੰਯੁਕਤ ਮੋਰਚੇ ਵਾਲਿਆਂ ਨੇ ਮੰਗਿਆ ਜੀ। ਹੁਣ ਦੇਖੋ ਜਿਸ ਤਰ੍ਹਾਂ, ਵੈਸੇ ਤਾਂ ਹੁਣ ਇਹ ਵੀ ਚਰਚਾ ਕਿ ਕਈ ਜਗ੍ਹਾ ਦੇ ਉੱਪਰ ਨੈੱਟ ਬਹਾਲ ਕਰ ਦਿੱਤਾ ਗਿਆ, ਪਰ ਬਾਰ ਬਾਰ ਜਦੋਂ ਬੰਦ ਕਿਉਂ ਕੀਤਾ ਜਾਂਦਾ? ਕਿਉਂਕਿ ਇਹ ਤਾਂ ਕਿਤੇ ਲਿਖਿਆ ਨੀ ਨਾ ਕਿ ਤੁਸੀਂ ਨੈੱਟ ਬੰਦ ਕਰੋ। ਨੈੱਟ ਉੱਥੇ ਬੰਦ ਕੀਤਾ ਜਾਂਦਾ ਜਿੱਥੇ ਮਾਹੌਲ ਖਰਾਬ ਹੋਣ ਦਾ ਡਰ ਹੋਵੇ, ਜਿੱਥੇ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾਣੀ ਹੋਵੇ। ਇੱਥੇ ਤਾਂ ਮੈਨੂੰ ਲੱਗਦਾ ਕਿ ਆਪਣੇ ਸੰਦੇਸ਼ ਜਾਂ ਸੁਨੇਹੇ ਇੱਕ ਦੂਜੇ ਤੱਕ ਭੇਜਣੇ ਹੁੰਦੇ ਆ, ਉਹਨੂੰ ਲੈ ਕੇ ਵੀ ਫਿਰ ਇਸ ਤਰ੍ਹਾਂ ਦੇ ਜੇਕਰ ਗੱਲਾਂ ਕੀਤੀਆਂ ਜਾਣ ਤੇ ਅੰਤਰਰਾਸ਼ਟਰੀ ਪੱਧਰ ਤੇ ਉਹਦੀ ਆਵਾਜ਼ ਸੁਣੀ ਆ। ਹੁਣ UNHRC ਆ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ, ਧਰਨੇ ਤੋਂ ਕੁਝ ਹੀ ਜਿਹੜੇ ਆਗੂ ਨੇ ਜੋ ਹੈਂਡਲ ਕਰਦੇ ਆ ਸਾਰਾ ਇਹਨਾਂ ਦਾ ਮੀਡੀਆ, ਉਹਨਾਂ ਨੇ ਇੱਕ ਪੱਤਰ ਲਿਖਿਆ। ਵੈਸੇ ਤਾਂ ਇਹ ਪੱਤਰ ਲਿਖੇ ਨੂੰ 4 ਦਿਨ ਹੋ ਗਏ ਆ, 4-5 ਦਿਨ, ਉਹਦਾ ਅਜੇ ਤੱਕ ਜਵਾਬ ਮਿਲਿਆ ਨੀ। ਪਰ ਉਹਨਾਂ ਨੇ ਇਹ ਮੰਗ ਕੀਤੀ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਪਾਬੰਦੀਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀਆਂ, ਕਿਉਂਕਿ ਇਹ ਮਨੁੱਖ ਦੀ ਆਜ਼ਾਦੀ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੰਦੇ ਆ। 2 ਦਿਨ ਬਾਅਦ ਅਸੀਂ ਦੇਖਿਆ ਕਿ ਚੱਕਾ ਜਾਮ ਕਰਕੇ ਸਾਰਾ ਕੁਝ ਹੋ ਰਿਹਾ ਸੀ, ਕਿਉਂਕਿ ਇੱਕ ਪਾਸੇ ਮਹਾਂਪੰਚਾਇਤ ਸੀ, ਦੂਸਰੀ ਪਾਸੇ ਚੱਕੇ ਜਾਮ ਕਰਨੇ ਸੀ। ਉਹਨੂੰ ਲੈ ਕੇ ਤਰਤੀਬ ਵਾਰ ਪਹਿਲਾਂ 1 ਤਰੀਕ ਨੂੰ ਕੀਤਾ, ਫਿਰ ਕਹਿੰਦੇ ਅਗਲੇ ਦਿਨ ਤੱਕ 5 ਵਜੇ ਤੱਕ ਸੇਵਾਵਾਂ ਮੁਅੱਤਲ ਰਹਿਣਗੀਆਂ, ਫਿਰ 3 ਤਰੀਕ ਤੱਕ ਕਰਤਾ, ਫਿਰ 4 ਨੂੰ ਕਰਤਾ। ਇਸ ਤਰ੍ਹਾਂ ਹੌਲੀ ਹੌਲੀ ਕਰਕੇ 24 ਘੰਟੇ ਵਧਾਈ ਗਏ। ਆਪਾਂ ਪ੍ਰੋਗਰਾਮ ਦੇ ਜ਼ਿਕਰ ਕੀਤਾ ਸੀ ਕਿ 1-1 ਕਰਕੇ 2-2 ਦਿਨ ਕਰਕੇ ਅੱਗੇ ਵੱਲ ਕੰਮ ਵਧਣਾ, ਉਸੇ ਤਰ੍ਹਾਂ ਹੋਇਆ। ਹੁਣ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਉਲੰਘਣਾ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਦਾ ਮਨੁੱਖੀ ਅਧਿਕਾਰ ਕਮਿਸ਼ਨ, ਉਹਨੇ ਹਦਾਇਤਾਂ ਕਹਿੰਦੇ ਜਾਰੀ ਕੀਤੀਆਂ ਜਾਣ। ਇਹ ਕਿਉਂ ਕਿਹਾ? ਕਿਉਂਕਿ ਇਸ ਤੋਂ ਪਹਿਲਾਂ ਵੀ ਏਦਾਂ ਹੋਇਆ, 1997 ਦੀ ਗੱਲ ਆ ਸਨੈਪ ਜੀ, ਉਦੋਂ ਇੱਕ ਪੱਤਰ ਵਿੱਚ ਨਾ DK ਬਾਸੂ ਤੇ ਪੱਛਮੀ ਬੰਗਾਲ ਸਰਕਾਰ ਦਰਮਿਆਨ ਸੁਪਰੀਮ ਕੋਰਟ ਵਿੱਚ ਇੱਕ ਮਾਮਲਾ ਚੱਲਿਆ ਸੀ, ਉਹਦੇ ਤਹਿਤ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਉਦੋਂ ਵੀ ਇਹਨਾਂ ਨੇ ਵਿੱਚ ਦਖਲ ਅੰਦਾਜ਼ੀ ਕੀਤੀ ਸੀ, UNHRC ਨੇ, ਉਦੋਂ ਵੀ ਕੋਈ ਨਤੀਜੇ ਨਿਕਲੇ ਸੀ।
ਤੇ ਹੁਣ ਵੀ ਇੱਕ ਵਾਰ ਫਿਰ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਨ੍ਹਾਂ ਦਾ ਸਹਿਯੋਗ ਮਿਲਦਾ ਸੰਗਠਨ ਦਾ ਤੇ ਸਾਨੂੰ ਇਸ ਚੀਜ਼ ਤੋਂ ਬਚਾਅ ਹੋ ਸਕਦਾ ਕਿ ਨੈਟ ਦੇ ਉੱਪਰ ਪਾਬੰਦੀ ਨਾ ਲਗਾਈ ਜਾਵੇ। ਜੀ, ਨੈਟ ਤੇ ਪਾਬੰਦੀ ਨਾ ਲਾਈ ਜਾਵੇ ਇਹ ਗੱਲ ਹੈ, ਪਰ ਬੜਾ ਕੁਛ ਹੈ ਜਿਹੜਾ ਉੱਥੇ ਹੋਰ ਸਾਹਮਣੇ ਆ ਰਿਹਾ। ਜੇ ਉਹਨੂੰ ਚਾਚਾ ਚ ਲਿਆਉਂਦੇ ਹੋ ਤਾਂ ਵੀ ਰੌਲਾ, ਨਹੀਂ ਲਿਆਉਂਦੇ ਰੌਲਾ ਤਾਂ ਵੀ ਪੈ ਰਿਹਾ। ਮੇਰੇ ਸਾਹਮਣੇ ਇੱਕ ਹੁਣ ਹੋਰ ਰਿਪੋਰਟ ਆ ਰਹੀ ਸੀ, ਮੈਂ ਉਹਤੇ ਨਜ਼ਰ ਮਾਰ ਰਿਹਾ ਸੀ। ਸ਼ਾਇਦ ਲੀਡਰਸ਼ਿਪ ਨੂੰ ਕਈ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਖੈਰ, ਆਹ ਜਿਹੜੇ ਮਜ਼ਦੂਰ ਆਗੂ ਨਦੀਪ ਹੈ, ਇਹਦੇ ਬਾਰੇ ਮੀਡੀਆ ਆਵਾਜ਼ ਕਿਉਂ ਨਹੀਂ ਚੱਕ ਰਿਹਾ ਜੀ? ਇਹ ਵੀ ਚਰਚਾ ਵੱਡੀ ਹੈ। ਇਹ ਬਹੁਤ ਵੱਡੀ ਚਰਚਾ ਹੈ। ਇਹ ਸੱਚੀ ਤੁਹਾਡੀ ਗੱਲ ਸਹੀ ਹੈ ਕਿ ਇਹਦੇ ਬਾਰੇ ਮੀਡੀਆ ਆਵਾਜ਼ ਨਹੀਂ ਚੁੱਕ ਰਿਹਾ। ਇਹ ਕੁੜੀ ਮਜ਼ਦੂਰਾਂ ਦੀ ਇੱਕ ਆਪਾਂ ਮੈਂ ਇਹਨੂੰ ਮਜ਼ਦੂਰਾਂ ਦੀ ਆਗੂ ਹੀ ਕਹੂੰਗਾ। ਮੈਂ ਦੇਖਿਆ ਕਿ ਜਦੋਂ ਦਿੱਲੀ ਮੈਂ ਵੀ ਕੁਛ ਸਮਾਂ ਪਹਿਲਾਂ ਗਿਆ ਸੀ ਤਾਂ ਉੱਥੇ ਇੱਕ ਜਥਾ ਇਹਨਾਂ ਦਾ ਨਾ ਕਹਿ ਦਈਏ ਲੰਬਾ ਜਿਹਾ ਤੁਰਿਆ ਸੀਗਾ ਪਿੱਛੇ, ਕਾਫੀ ਇਕੱਠ ਸੀ ਮਜ਼ਦੂਰਾਂ ਦਾ ਤੇ ਸਾਰਿਆਂ ਦਾ ਧਿਆਨ ਇਕਦਮ ਉਧਰ ਨੂੰ ਚਲ ਗਿਆ ਕਿ ਇਹ ਕੀ ਹੋ ਰਿਹਾ। ਇਹ ਕੁੜੀ ਅੱਗੇ ਅੱਗੇ ਤੁਰੀ ਸੀ, ਕਾਫੀ ਤੇਜ਼ ਤਰਾੜ ਹੈ, ਚੰਗੀ ਆ, ਸੁਲਝੀ ਹੋਈ ਹੈ ਤੇ ਗੱਲ ਕਰ ਰਿਹਾ। ਹੁਣ ਇਹਨੂੰ ਦੱਸਿਆ ਜਾ ਰਿਹਾ ਕਿ ਬੰਦ ਕੀਤਾ, ਜੇਲ੍ਹ ਚ ਬੰਦ ਕੀਤਾ, ਤਸ਼ੱਦਦ ਵੀ ਹੋ ਰਿਹਾ, ਸਰੀਰਕ ਤੌਰ ਤੇ ਵੀ ਕਈ ਤਰ੍ਹਾਂ ਦੇ ਤਸ਼ੱਦਦ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਹੁਣ ਵੈਸੇ ਤਾਂ ਅਗਵਾਈ ਜਦੋਂ ਕੋਈ ਵੀ ਕਰਦਾ ਨਾ ਸੁਖਨੈਬ ਜੀ, ਕਿਸੇ ਵੀ ਵਰਗ ਦੀ, ਚਾਹੇ ਮਜ਼ਦੂਰ ਹੋਵੇ, ਚਾਹੇ ਇੱਥੋਂ ਯੂਨੀਅਨ ਹੀ ਹੋਵੇ, ਟਰੱਕ ਯੂਨੀਅਨ ਹੋਵੇ, ਆਟੋ ਯੂਨੀਅਨ ਹੋਵੇ, ਕਿਸੇ ਵੀ ਤਰ੍ਹਾਂ ਦੀ ਹੋਵੇ, ਉਹਨਾਂ ਨੂੰ ਪਤਾ ਹੁੰਦਾ ਜਦੋਂ ਅੱਗੇ ਆਗੂ ਲੱਗਾ ਨਾ ਕੋਈ ਤਾਂ ਖਤਰਾ ਸਾਰਿਆਂ ਨੂੰ ਹੁੰਦਾ। ਹੁਣ ਇਹ ਮਜ਼ਦੂਰਾਂ ਦੀ ਇੱਕ ਆਗੂ ਬਣ ਕੇ ਉਭਰੀ ਕੁੜੀ ਉਧਰਲੇ ਪਾਸਿਓਂ। ਹੁਣ ਜਦੋਂ ਉੱਥੇ ਦੇਖਿਆ ਕਿ ਬਹੁਤ ਸਾਰੇ ਮਜ਼ਦੂਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲੋਂ 13-14 ਘੰਟੇ ਕੰਮ ਕਰਵਾਇਆ ਜਾਂਦਾ, ਮੈਂ ਉਹਨਾਂ ਮਜ਼ਦੂਰਾਂ ਨੂੰ ਖੁਦ ਪੁੱਛਿਆ, ਉਹ ਕਹਿੰਦੇ ਕਿ ਸਾਡੇ ਕੋਲ 13-13, 14-14 ਘੰਟੇ ਕੰਮ ਕਰਵਾਇਆ ਜਾਂਦਾ ਤੇ ਸਾਨੂੰ ਜਿਹੜਾ ਤਨਖਾਹ ਦਿੱਤੀ ਜਾਂਦੀ ਹੈ ਮਹੀਨੇ ਦੀ, ਉਹ ਦਿੱਤੀ ਜਾਂਦੀ ਹੈ 6,000, 7,000 ਜਾਂ ਵੱਧ ਤੋਂ ਵੱਧ 8,000। ਜਦੋਂ ਅਸੀਂ ਓਵਰ ਟਾਈਮ ਮੰਗਦੇ ਹਾਂ ਤੇ ਉਹ ਅੱਗਿਓਂ ਜੁੱਤੀਆਂ ਮਾਰਦੇ, ਚਪੇੜਾ ਮਾਰਦੇ। ਇਹ ਉਹਨਾਂ ਮਜ਼ਦੂਰਾਂ ਦੇ ਸ਼ਬਦ ਸੀ ਜਿਹੜੇ ਉਹਨਾਂ ਨੇ ਕੀਤੀ ਗੱਲਾਂ ਕੀਤੀਆਂ। ਫਿਰ ਕਹਿੰਦੇ ਜੇਕਰ ਸਾਨੂੰ ਕਿਤੇ ਅਚਨਚੇ ਛੁੱਟੀ ਕਰਨੀ ਪਵੇ ਜਾਂ ਪਰਿਵਾਰ ਦਾ ਟੱਬਰ ਦਾ ਜੀ ਕੋਈ ਬਿਮਾਰ ਹੋ ਜਾਂਦਾ ਤਾਂ ਵੀ ਛੁੱਟੀ ਨਹੀਂ ਦਿੱਤੀ ਜਾਂਦੀ, ਕਿਸੇ ਤਰ੍ਹਾਂ ਦਾ ਕੁਛ ਹੈ ਹੀ ਨਹੀਂ, ਜਬਰੀ ਕੰਮ ਕਰਵਾਇਆ ਜਾਂਦਾ। ਇਹਨੂੰ ਲੈ ਕੇ ਇਹਨਾਂ ਇਸ ਸੰਗਠਨ ਨੇ ਇੱਕ ਆਵਾਜ਼ ਚੁੱਕੀ, ਬਹੁਤ ਸਾਰੀਆਂ ਬੀਬੀਆਂ ਇਸ ਸੰਗਠਨ ਵਿੱਚ ਨੇ, ਬਹੁਤ ਸਾਰੇ ਮਜ਼ਦੂਰ ਨੌਜਵਾਨ ਇਹਨਾਂ ਦੇ ਨਾਲ ਨੇ। ਪਰ ਹੁਣ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵਦੀਪ ਨੂੰ ਗ੍ਰਿਫ਼ਤਾਰ ਕੀਤਾ ਹੋਇਆ। ਕਿਉਂ ਕੀਤਾ? ਕਿਉਂਕਿ ਇਹਦੇ ਨਾਲ ਉਧਰਲੇ ਪਾਸੇ ਪਾਣੀਪਤ ਸੋਨੀਪਤ ਵਾਲੇ ਪਾਸੇ ਬਹੁਤ ਸਾਰੇ ਕਾਰਖਾਨੇ ਵਿੱਚ ਮਜ਼ਦੂਰ ਕੰਮ ਕਰਦੇ ਆ, ਉਹਨਾਂ ਮਜ਼ਦੂਰਾਂ ਨੂੰ ਤਾਂ ਤਨਖਾਹ ਕੱਟ ਦਿੱਤੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਅਤੇ ਉਹਨਾਂ ਕਾਰਖਾਨਿਆਂ ਦੇ ਮਾਲਕਾਂ ਦੀ ਮਿਲੀ ਭੁਗਤ ਨਾਲ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਮਿਹਨਤ ਤਾਨਾ ਵਧਾਇਆ ਜਾਵੇ। ਜੇਕਰ ਮਿਹਨਤ ਤਾਨਾ ਵੱਧ ਗਿਆ ਤੇ ਕੰਪਨੀ ਨੂੰ ਨੁਕਸਾਨ ਹੋ ਜਾਣਾ। ਕੁੜੀ ਨੇ ਆਵਾਜ਼ ਚੁੱਕੀ ਆ, ਕੁੜੀ ਦੀ ਆਵਾਜ਼ ਦਬਾਉਣ ਦੇ ਲਈ ਉਹਨਾਂ ਨੇ ਇਸ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਮਾੜੀ ਗੱਲ ਹੈ। ਹੁਣ ਦੂਜੇ ਪਾਸੇ ਆਉਂਦੇ ਹਾਂ ਕਿ ਇਹ ਖ਼ਬਰ ਇੰਨੀ ਚਰਚਾ ਵਿਚ ਕਿਉਂ ਨਹੀਂ ਆਈ। ਆਪਾਂ 26 ਤਰੀਕ ਦੀ ਘਟਨਾ ਦੇ ਨਾਲ ਥੋੜਾ ਜਿਹਾ ਜੋੜਦੇ ਹਾਂ, ਕਿਸ ਤਰ੍ਹਾਂ ਜੋ ਵੀ ਘਟਨਾਕ੍ਰਮ ਵਾਪਰਦਾ ਉਹਨੂੰ ਲੈ ਕੇ 5 ਤੋਂ 7 ਮਿੰਟ ਦੇ ਬਾਅਦ ਸਾਰੇ ਚੈਨਲਾਂ ਨੇ ਇੱਕ ਹੀ ਖ਼ਬਰ ਦਿਖਾਉਣੀ ਸ਼ੁਰੂ ਕਰ ਦਿੱਤੀ। ਚਲੋ ਉਹ ਬਹੁਤ ਕੁਝ ਵਾਪਰਿਆ ਨੀ, ਪਰ ਲੋਕਾਂ ਦੇ ਮਨ ਵਿਚ ਜੋ ਮਾਰਚ ਕੱਢਿਆ ਜਾ ਰਿਹਾ ਸੀ ਉਸ ਤੋਂ ਧਿਆਨ ਹਟ ਕੇ ਉਧਰਲੇ ਪਾਸੇ ਚਲ ਗਿਆ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਆ, ਬਹੁਤ ਸਾਰੀਆਂ ਗੱਲਾਂ ਜੋ ਵੀ ਏਦਾਂ ਦੀਆਂ। ਹੁਣ ਇੱਕ ਤਸਵੀਰ ਬਣ ਗਈ ਲੋਕਾਂ ਦੇ ਦਿਮਾਗ ਦੇ ਵਿਚ, ਉਹ ਸਾਰਿਆਂ ਦੇ ਬਣ ਗਈ। ਸਾਡੇ ਵੀ ਜਦੋਂ ਮੈਂ ਆ ਰਿਹਾ ਸੀ ਤਾਂ ਕਈ ਲੋਕਾਂ ਨੇ ਪੁੱਛਣ ਦਾ ਯਤਨ ਕੀਤਾ, ਗੱਲ ਕੀਤੀ ਕਿ ਉੱਥੇ ਹਾਲਾਤ ਏਦਾਂ ਹੋ ਗਏ ਆ, ਇਸ ਤਰ੍ਹਾਂ ਹੋ ਗਏ। ਮੈਂ ਕਿਹਾ ਤੁਸੀਂ ਕਿਤੇ ਦੇਖਿਆ? ਕਹਿੰਦੇ ਟੀਵੀ ਤੇ ਦੇਖਿਆ। ਸਾਫ਼ ਹੋ ਗਿਆ ਕਿ ਟੀਵੀ ਤੇ ਜੋ ਦਿਖਾਇਆ ਜਾ ਰਿਹਾ ਲੋਕਾਂ ਦੇ ਦਿਮਾਗ ਤੋਂ ਉਹੀ ਬਹਿਣਾ। ਹੁਣ ਇਹਦੀ ਖ਼ਬਰ ਹੀ ਨੀ ਦਿਖਾਈ ਗਈ ਬਹੁਤੀ, ਕਿਉਂ ਨੀ ਦਿਖਾਈ ਗਈ? ਉਹਨਾਂ ਨੂੰ ਪਤਾ ਖ਼ਬਰ ਕਿਹਦੇ ਖਿਲਾਫ਼ ਆ? ਘਰਾਣਿਆਂ ਦੇ ਖਿਲਾਫ਼ ਆ, ਕਾਰਖਾਨਿਆਂ ਦੇ ਖਿਲਾਫ਼ ਜਾਣੀ ਆ ਗੱਲ ਜੇ ਉਠਾਲੀ ਤਾਂ ਕਿਸੇ ਨੇ। ਮੀਡੀਆ ਦਾ ਇੱਕ ਵੱਡਾ ਹਿੱਸਾ ਕਿਸੇ ਨੇ ਵੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਹੀ ਨਹੀਂ। ਇੱਥੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਕਿਸ ਦੇ ਇਸ਼ਾਰਿਆਂ ਤੇ ਕੰਮ ਕਰਦਾ, ਕਿੱਦਾਂ ਕੰਮ ਕਰਦਾ, ਉਹ ਕਿੱਥੇ ਗਏ। ਹੁਣ ਉਹ ਡਿਬੇਟ ਕਰਨ ਵਾਲੇ ਜਿਨ੍ਹਾਂ ਦੇ ਕਰਕੇ ਬੰਬੇ ਵਾਲੇ ਪਾਸਿਓਂ ਇੱਕ ਬੰਦਾ ਹੀ ਮਰ ਗਿਆ ਸੀਗਾ ਡਿਬੇਟ ਕਰਦਾ ਕਰਦਾ, ਉਹ ਚੈਨਲ ਦੇ ਉੱਪਰ ਕਿੱਦਾਂ ਹੱਥ ਮਾਰ ਮਾਰ ਕੇ ਗੱਲਾਂ ਕੀਤੀਆਂ ਜਾਂਦੀਆਂ, ਹੁਣ ਕਿੱਥੇ ਗਏ ਇਹ ਖ਼ਬਰ ਦਿਖਾਉਣ ਦੇ ਲਈ। ਕੱਲ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ 2 ਦਿਨ ਪਹਿਲਾਂ ਬੰਗਾਲ ਜਾਣਾ ਸੀ ਤੇ ਇੱਕ ਚੈਨਲ ਦੇ ਵੱਡੇ ਚੈਨਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੇ ਉੱਥੇ ਜਾਣ ਨੂੰ ਲੈ ਕੇ। ਹੁਣ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਟਵੀਟ ਪਰ ਇਸ ਪਰਿਯੋਜਨਾ ਕੇ ਬਾਰੇ ਮੇਂ ਜਾਣਕਾਰੀ ਦੀ। ਹੁਣ ਕਿੱਡੀ ਕੁ ਵੱਡੀ ਗੱਲ ਹੈ ਉਸ ਚੈਨਲ ਦੇ ਲਈ ਇਹ ਛੋਟੀ ਜਿਹੀ ਖ਼ਬਰ ਨੂੰ ਫਲੈਸ਼ ਕਰਨਾ, ਕਿਉਂ? ਕਿਉਂਕਿ ਪੈਸੇ ਚੱਲਦੇ ਆ ਨਾ।
ਬਜਟ ਜਾਂਦਾ ਐਡਵਰਟਾਈਜ਼ਮੈਂਟ ਦਾ ਬਜਟ ਜਾਂਦਾ ਇਹ ਇਸ ਗੱਲ ਇਹਨਾਂ ਗੱਲਾਂ ਨੂੰ ਦਿਖਾਉਣ ਲਈ ਤਾਂ ਮਿਲਦਾ ਆਹ ਜੇਕਰ ਖਬਰ ਦਿਖਾ ਦਿੱਤੀ ਤੇ ਕੰਮ ਖਰਾਬ ਨੀ ਹੋ ਜਾਣਾ ਕਾਰਪੋਰੇਟ ਘਰਾਣੇ ਦੇ ਖਿਲਾਫ਼ ਆਵਾਜ਼ ਚੁੱਕ ਹੋਣੀ ਆ ਹੁਣ ਇਹਨਾਂ ਕਾਨੂੰਨਾਂ ਤੋਂ ਬਾਅਦ ਇੱਕ ਨਵਾਂ ਕਾਨੂੰਨ ਜਿਹੜਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਇਹ ਚਰਚਾ ਪੂਰੀ ਆ ਕਿ ਮਜ਼ਦੂਰਾਂ ਦੇ 14 ਘੰਟੇ ਕੰਮ ਦੇ ਕਰ ਦਿੱਤੇ ਜਾਣਗੇ ਬਿਨਾਂ ਕਿ ਉਹਨਾਂ ਨੂੰ ਪੁੱਛਿਆ ਕੰਮ ਤੋਂ ਕੱਢਣ ਦੀ ਕੱਢ ਸਕਦੇ ਆ ਕੋਈ ਵੀ ਉਹ ਕੇਸ ਨੀ ਕਰ ਸਕਦੇ ਹੁਣ ਇਹ ਕਿਉਂ ਕਾਨੂੰਨ ਬਣਾ ਰਹੇ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਇਹ ਕਾਨੂੰਨ ਬਣਦਾ ਤੇ ਸੁਖਨੈਬ ਜੀ ਆਉਣ ਵਾਲੇ ਕੁਝ ਸਾਲਾਂ ਵਿੱਚ ਜਾਂ ਸਮੇਂ ਵਿੱਚ ਜਾਂ ਫਿਰ ਇਹ ਅੰਦੋਲਨ ਜਦੋਂ ਖਤਮ ਹੁੰਦਾ ਮਜ਼ਦੂਰ ਵਰਗ ਨੇ ਉੱਠਣਾ ਇੱਕ ਹੋਰ ਅੰਦੋਲਨ ਸ਼ੁਰੂ ਹੋ ਜਾਣਾ ਤੇ ਇਸ ਤਰ੍ਹਾਂ ਦੇ ਸੰਘਰਸ਼ ਯੋਧੇ ਹੋਰ ਪੈਦਾ ਹੋਣੇ ਆ ਲੋੜ ਹੈ ਅੱਜ ਨਵਦੀਪ ਦਾ ਸਾਥ ਦੇਣ ਦੀ ਕਿਉਂਕਿ ਮੀਡੀਆ ਦੇ ਉਸੇ ਹਿੱਸੇ ਨੇ ਇਹ ਚੀਜ਼ ਨਹੀਂ ਦਿਖਾਉਣੀ ਪਰ ਜ਼ਰੂਰਤ ਹੈ ਇਸ ਵਕਤ ਉਹਦਾ ਸਾਥ ਦੇਣ ਦੀ ਕਿਉਂਕਿ ਜਿਸ ਤਰ੍ਹਾਂ ਜੇਲ੍ਹ ਵਿਚਕਾਰ ਦੱਸਿਆ ਜਾ ਰਿਹਾ ਉਹਨਾਂ ਤਸ਼ੱਦਦ ਹੋ ਰਿਹਾ ਤਾਂ ਇਹ ਚੰਗੀ ਗੱਲ ਨਹੀਂ ਸਵਾਲ ਅੰਤਰਰਾਸ਼ਟਰੀ ਪੱਧਰ ਤੇ ਇਹਨੂੰ ਲੈ ਕੇ ਵੀ ਚੱਕਣੇ ਸ਼ੁਰੂ ਹੋ ਗਏ ਨੇ ਜੀ ਬਿਲਕੁਲ ਵੱਡੇ ਪੱਧਰ ਤੇ ਇਹ ਸਵਾਲ ਉੱਠਿਆ ਤੇ ਅੰਤਰਰਾਸ਼ਟਰੀ ਪੱਧਰ ਤੋਂ ਆਪਣੇ ਕੋਲ ਆਇਆ ਸੀ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਤੇ ਅਗਲੀ ਗੱਲ ਕਰੀਏ ਇੱਕ ਗੱਲ ਸੁਖਨੈਬ ਜੀ ਇੱਥੇ ਹੋਰ ਕਰ ਲਈਏ ਮੈਨੂੰ ਲੱਗਦਾ ਨਾਲ ਹੀ ਕਿ ਦੇਖੋ ਹੁਣ ਇਸ ਮਾਮਲੇ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਵੀ ਗੱਲ ਨਹੀਂ ਚੁੱਕੀ ਖਾਸ ਕਰ ਬਹੁਤ ਸਾਰੀਆਂ ਮਹਿਲਾਵਾਂ ਬੀਬੀਆਂ ਨਾ ਆਪਾਂ ਕਹਿ ਲਈਏ ਉਹ ਵੀ ਸੰਸਦ ਵਿੱਚ ਉੱਥੇ ਮੌਜੂਦ ਹੀ ਹੁੰਦੇ ਨੇ ਜੀ ਰੱਖਿਆ ਮੰਤਰੀ ਨੇ ਉਹਨਾਂ ਨੇ ਵੀ ਨਹੀਂ ਗੱਲ ਚੱਕੀ ਗ੍ਰਹਿ ਮੰਤਰੀ ਹੁਣਾਂ ਨੇ ਵੀ ਨਹੀਂ ਗੱਲ ਚੱਕੀ ਪ੍ਰਧਾਨ ਮੰਤਰੀ ਹੁਣਾਂ ਨੇ ਸਾਰੀਆਂ ਗੱਲਾਂ ਇਹ ਕਰਨ ਦੇ ਨਾਲ ਨਾਲ ਕੀਤਾ ਜਾ ਸਕਦੀ ਕਿਉਂਕਿ ਮੀਡੀਆ ਵੀ ਉਹਨਾਂ ਨੇ ਕਦੀ ਨਾ ਕਦੀ ਗੱਲ ਕੀਤੀ ਆ ਪਿਛਲੇ ਦਿਨਾਂ ਦੇ ਦੌਰਾਨ ਇਹ ਵੀ ਗੱਲ ਉਠਾਈ ਜਾ ਸਕਦੀ ਸੀ ਕਿਉਂਕਿ ਮਾਮਲਾ ਇਹ ਵੀ ਸਾਰਿਆਂ ਦੇ ਧਿਆਨ ਵਿੱਚ ਹੋਣਾ ਪਰ ਕਿਉਂ ਨੀ ਕੀਤਾ ਜਾ ਰਿਹਾ ਇਹ ਨੀ ਪਤਾ ਨਿਰਮਲਾ ਸੀਤਾਰਮਨ ਨੂੰ ਖਾਸ ਕਰ ਚਾਹੀਦਾ ਸੀ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੇ ਬਿਲਕੁਲ ਪਿਛਲੇ ਪਾਸੇ ਬੈਠੇ ਨੇ ਜਦੋਂ ਵੀ ਅੱਜ ਕੋਈ ਨਾ ਕੋਈ ਗੱਲ ਕਹਿੰਦੇ ਸੀ ਤਾਂ ਉਸ ਵੇਲੇ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਜੀ ਇਹੀ ਤਾਂ ਗੱਲ ਹੈ ਤੇ ਉੱਥੇ ਵਿਰੋਧੀ ਧਿਰਾਂ ਨੇ ਵੀ ਨੀ ਨਾ ਚੱਕੀ ਗੱਲ ਤਾਂ ਇਹ ਤੇ ਚਰਖੀ ਦਾਦਰੀ ਦੀ ਮਹਾਂਪੰਚਾਇਤ ਦੇ ਕੀ ਐਲਾਨ ਹੈ ਜੀ ਦੇਖੋ ਹੁਣ ਮਹਾਂਪੰਚਾਇਤਾਂ ਦਾ ਸਿਲਸਿਲਾ ਜਿਸ ਤਰ੍ਹਾਂ ਸ਼ੁਰੂ ਹੋਇਆ ਹੁਣ ਵੱਡਾ ਇਕੱਠ ਹੋਣ ਲੱਗ ਪਿਆ ਉਹਨੂੰ ਲੈ ਕੇ ਵੱਖ ਵੱਖ ਹੁਣ ਬਹੁਤ ਸਾਰੇ ਜਿੰਨੇ ਵੀ ਸਾਡੇ ਮੰਤਰੀ ਆ ਕਈ ਉਹਨਾਂ ਦੇ ਹੌਸਲੇ ਹੁਣ ਜਿਹੜੇ ਜਿਸ ਤਰ੍ਹਾਂ ਬੁਲੰਦ ਸੀ ਹੁਣ ਲੱਗਦਾ ਕਿ ਥੋੜੇ ਥੋੜੇ ਢਿੱਲੇ ਪੈ ਰਹੇ ਆ ਮੰਤਰੀਆਂ ਦੇ ਇਸ ਕਰਕੇ ਕਿਉਂਕਿ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਮਹਾਂਪੰਚਾਇਤਾਂ ਦਾ ਇਕੱਠ ਕਹਿ ਸਕਦੇ ਆਪਾਂ ਖਤਰੇ ਦੀ ਘੰਟੀ ਆ ਆਉਣ ਵਾਲੇ ਨਵੇਂ ਦਿਨਾਂ ਦੌਰਾਨ ਕਿਉਂਕਿ ਨਵੇਂ ਨਵੇਂ ਉਹਨਾਂ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਆ ਕਈ ਬੰਦੇ ਤਾਂ ਸ਼ੁਰੂ ਤੋਂ ਹੀ ਅੰਦੋਲਨ ਨੂੰ ਕਮਜ਼ੋਰ ਕਰਨ ਚ ਲੱਗੇ ਆ ਹੁਣ ਉਹਨਾਂ ਦਾ ਤਾਂ ਰਾਹ ਹੀ ਵੱਖਰਾ ਸੀਗਾ ਚਲੋ ਕੁਛ ਜਥੇਬੰਦੀਆਂ ਵੀ ਅਲੱਗ ਹੋ ਗਈਆਂ ਸਰਕਾਰ ਜਾਂ ਮੀਡੀਆ ਕਹਿ ਲਈਏ ਉਹ ਵੀ ਆਪਣਾ ਕੰਮ ਕਰਦੇ ਪਏ ਆ ਬੱਕੀ ਵਾਲੇ ਪਾਸੇ ਉਧਰੋਂ ਹੋ ਕੇ ਹੁਣ ਜਿਹੜੀਆਂ ਹੁਣ ਚਰਖੀ ਦਾਦਰੀ ਵਾਲੀ ਮਹਾਂਪੰਚਾਇਤ ਹੋਈ ਆ ਇਹਦੇ ਵਿੱਚ ਵੀ ਵੈਸੇ ਤਾਂ ਜਿਹੜੀਆਂ ਮਹਾਂਪੰਚਾਇਤ ਹੁੰਦੀਆਂ ਉਹਦੇ ਵਿੱਚ 5 ਮਤੇ ਹਰ ਜਗ੍ਹਾ ਲਗਭਗ ਪਾਏ ਜਾ ਰਹੇ ਨੇ ਇਹ 23ਵੀਂ ਮਹਾਂਪੰਚਾਇਤ ਸੀਗੀ ਹੁਣ ਇਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਆ ਉਹ ਕੀਤੀ ਆ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗਰੰਟੀ ਲਿਖਣ ਦੀ ਜਾਂ ਫਿਰ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਸਾਡੇ ਕਿਸਾਨ ਉਹਨਾਂ ਨੂੰ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਛੱਡਿਆ ਜਾਵੇ ਪਰ ਜਿਸ ਤਰ੍ਹਾਂ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਹਦੇ ਇਸ ਮਹਾਂਪੰਚਾਇਤ ਦੇ ਵਿੱਚੋਂ ਜਿਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ ਦਰਸ਼ਨਪਾਲ ਡਾਕਟਰ ਦਰਸ਼ਨਪਾਲ ਹੋਣੀ ਤੇ ਰਕੇਸ਼ ਟਕੈਤ ਹੋਣੀ ਫਿਰ ਇੱਕ ਵਾਰ ਪਹੁੰਚੇ ਸੀ ਮੰਚ ਤੇ ਤਾਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਲਿਆਂਦੀਆਂ ਆਗੂ ਹੋਰ ਵੀ ਬਹੁਤ ਸਾਰੇ ਪਹੁੰਚੇ ਪਰ ਮੁੱਖ ਮੁੱਖ ਬੁਲਾਰੇ ਆਪਾਂ ਗੱਲ ਕਰਦੇ ਹਾਂ ਫਿਰ ਇੱਕ ਦਿਨ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਜੀ 2-3 ਹੀ ਬੰਦਿਆਂ ਦੀ ਗੱਲ ਕਰਦੇ ਆ ਆਪਾਂ ਸੰਯੁਕਤ ਮੋਰਚੇ ਦੀ ਹਮੇਸ਼ਾ ਗੱਲ ਕੀਤੀ ਆ ਆਪਾਂ ਜਦੋਂ ਸੰਯੁਕਤ ਕਹਿੰਦੇ ਆ ਮੋਰਚੇ ਦੇ ਮੋਹਰੇ ਸੰਯੁਕਤ ਲੱਗਦਾ ਇਹਦਾ ਮਤਲਬ ਉਹਦੇ ਵਿੱਚ ਸਾਰੇ ਆਉਂਦੇ ਆ ਸਾਡੇ ਲਈ ਕੋਈ ਖਾਸ ਨਹੀਂ ਗਾ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਸਹਿਯੋਗ ਸਾਰੇ ਦੇ ਰਹੇ ਨੇ ਇੱਥੋਂ ਤੱਕ ਕਿ ਉਹ ਕਿਸਾਨ ਜਿਹੜਾ ਅਜੇ ਤੱਕ 25-30 ਕਿਲੋਮੀਟਰ ਪਿੱਛੇ ਬੈਠਾ ਹੋ ਸਕਦਾ ਮੁੱਖ ਸਟੇਜ ਤੱਕ ਨਾ ਪਹੁੰਚਿਆ ਹੋਵੇ ਅਸੀਂ ਉਹਦੀ ਵੀ ਗੱਲ ਵਿੱਚ ਹੀ ਕਰਦੇ ਹਾਂ ਹੁਣ ਦੇਖੋ ਡਾਕਟਰ ਦਰਸ਼ਨਪਾਲ ਹੋਣਾ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲੀ ਹਰਿਆਣੇ ਦੀ ਖੱਟਰ ਸਰਕਾਰ ਨੂੰ ਨੈਤਿਕ ਤੌਰ ਤੇ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਅਸੀਂ ਦੇਖੀਆਂ ਹਰਿਆਣੇ ਵਿੱਚ ਹੋ ਰਹੀਆਂ ਜਿਸ ਤਰ੍ਹਾਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਤਰ੍ਹਾਂ ਨਾ ਪੱਖੀ ਚੱਲਿਆ ਸਰਕਾਰ ਦਾ ਹੁੰਗਾਰਾ ਤਾਂ ਆਪਾਂ ਕਿਹਾ ਚਲੋ ਮਿਲਿਆ ਨੀ ਔਰ ਜੋ ਕੁਛ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਵੀ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਇਸ ਸਭ ਨੂੰ ਲੈ ਕੇ ਡਾਕਟਰ ਪਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਡੇ ਉੱਪਰ ਇਹ ਕਾਨੂੰਨ ਜਬਰੀ ਥੋਪੇ ਜਾ ਰਹੇ ਨੇ ਇਹਨੂੰ ਇਹਦਾ ਮਤਲਬ ਹੈ ਅਸੀਂ ਉਸ ਕਾਨੂੰਨ ਨੂੰ ਐਕਸੈਪਟ ਨਹੀਂ ਕਰਦੇ ਤੇ ਕਿਉਂ ਸਾਡੇ ਉੱਪਰ ਵਾਰ ਵਾਰ ਸਾਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹਨੂੰ ਇੱਕ ਵਾਰ ਵਰਤ ਕੇ ਦੇਖੋ ਜੋ ਨੁਕਸਾਨ ਹੁੰਦਾ ਫਿਰ ਦੇਖਾਂਗੇ ਪਰ ਫਾਇਦੇ ਤਾਂ ਦੇਖੋ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਹਿੰਦੇ ਇਹਨੂੰ ਸਾਡੀ ਇੱਕੋ ਹੀ ਮੰਗ ਹੈ ਕਿ ਰੱਦ ਕੀਤਾ ਜਾਵੇ ਮਹਾਂਪੰਚਾਇਤ ਸਾਗਵਾਨ ਸਾਹਿਬ ਸੀਗੀ ਇਹ ਜਿੱਥੇ ਉਹਨਾਂ ਉੱਥੇ ਵਿਧਾਇਕ ਆ ਸੋਮਵੀਰ ਸਾਗਵਾਨ ਜਿਨ੍ਹਾਂ ਨੇ ਇਹ ਸਾਰੀ ਬੇਨਤੀ ਕੀਤੀ ਸੀ ਕਿ ਇਸ ਵਾਰ ਇੱਥੇ ਮਹਾਂਪੰਚਾਇਤ ਹੋਗੀ ਹੁਣ ਦੇਖੋ ਇਹ ਵਿਧਾਇਕ ਨੇ
ਆਪਾਂ ਕਹਿੰਦੇ ਹਾਂ ਕਿ ਬਹੁਤ ਸਾਰੇ ਹੁਣ ਰਾਜਨੀਤਿਕ ਬੰਦੇ ਵੀ ਨਾਲ ਸਾਥ ਨਹੀਂ ਦੇ ਰਹੇ ਸੀ ਜਾਂ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਹੁਣ ਸਟੇਜ ਦੇ ਨਾਲ ਬੈਠਣਾ ਸ਼ੁਰੂ ਹੋ ਗਿਆ। ਇਹਦਾ ਮਤਲਬ ਸਰਕਾਰੀ ਤੌਰ ਦੇ ਉੱਪਰ ਹੁਣ ਮੰਤਰੀਆਂ ਵਾਲੇ ਪਾਸਿਓਂ ਪਾਰਟੀਆਂ ਵਾਲੇ ਪਾਸਿਓਂ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸੇ ਹੀ ਰਕੇਸ਼ ਟਿਕੈਤ ਉਹਨਾਂ ਨੇ ਵੀ ਸੰਬੋਧਿਤ ਕੀਤਾ। ਰਕੇਸ਼ ਟਿਕੈਤ ਉਹਨੀ ਕਹਿੰਦੇ ਕਿ ਧਰਮ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਡਰਿਓ ਨਾ, ਏਕਾ ਰੱਖਿਓ, ਭਾਈਚਾਰਾ ਸਾਂਝ ਪੈਦਾ ਏਦਾਂ ਹੀ ਹੋਣੀ ਆ, ਨਾਲ ਸਾਡੇ ਬੈਠੇ ਰਹੋ, ਅੰਦੋਲਨ ਕਿਤੇ ਨੀ ਜਾਣਾ। ਆਪਾਂ ਹੁਣ ਉਹਨਾਂ ਨੇ ਤਾਂ ਇਹ ਵੀ ਕਹਿਤਾ ਕਿ ਅਸੀਂ ਤਾਂ ਤਿਆਰ ਬੈਠੇ ਹਾਂ ਅਕਤੂਬਰ ਮਹੀਨੇ ਤੱਕ, ਕੋਈ ਨੀ ਦੇਖ ਲਾਂਗੇ ਜੋ ਜੋ ਹੁੰਦਾ। ਇਹਦਾ ਮਤਲਬ ਸੁਨੇਹ ਜੀ ਇਹ ਵੀ ਆ ਇੱਕ ਸੰਕੇਤ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਅੰਦੋਲਨ ਲੰਬਾ ਚੱਲਣਾ, ਇੰਨੀ ਜਲਦੀ ਉਹਨਾਂ ਨੇ ਮੰਨਣਾ ਹੈ ਨੀ ਗਾ। ਤੇ ਦੇਖਦੇ ਹਾਂ ਹੁਣ ਕਿਹੜੀਆਂ ਕਿਹੜੀਆਂ ਗੱਲਾਂ ਅੱਗੇ ਹੁੰਦੀਆਂ, ਪਰ ਜਿਸ ਤਰ੍ਹਾਂ ਹੁਣ ਇਹ ਗੱਲਾਂ ਮਹਾਂਪੰਚਾਇਤਾਂ ਚੋਂ ਨਿਕਲਣੀਆਂ ਸ਼ੁਰੂ ਹੋ ਗਈਆਂ, ਇਹ ਸਰਕਾਰਾਂ ਲਈ ਖਤਰਾ ਪੈਦਾ ਕਰਨ ਵਾਲੀਆਂ ਨੇ, ਭਾਜਪਾ ਲਈ ਵੀ ਤੇ ਉਹਨਾਂ ਦੇ ਗਠਜੋੜ ਲਈ ਵੀ। ਗਠਜੋੜ ਤਾਂ ਹੌਲੀ ਹੌਲੀ ਕੇਰਾ ਲੱਗਣਾ ਸ਼ੁਰੂ ਹੋ ਗਿਆ, ਪਰ ਭਾਜਪਾ ਦੀ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਨੂੰ ਨਿਰਾਸ਼ ਕੀਤਾ, ਸੱਤਾ ਵਿਚ ਆਉਣ ਲਈ ਉਹਨਾਂ ਨੇ ਗੱਲਾਂ ਕੀਤੀਆਂ, ਵਾਅਦੇ ਕੀਤੇ, ਉਹ ਵਾਅਦਿਆਂ ਤੇ ਹੁਣ ਪੂਰੇ ਨੀ ਉਤਰਦੇ ਪਏ। ਹਾਲਾਂਕਿ ਉਹਨਾਂ ਦਾ ਵਿਰੋਧ ਤਾਂ ਆਪਣੇ ਸੂਬੇ ਚ ਸ਼ੁਰੂ ਹੋ ਹੀ ਚੁੱਕਿਆ, ਲੋਕਾਂ ਨੇ ਵੜਨਾ ਬੰਦ ਕਰ ਦਿੱਤਾ, ਬੋਰਡ ਬੋਰਡ ਲਾ ਤੇ ਆ, ਕਹਿੰਦੇ ਨਹੀਂ ਨੋ ਐਂਟਰੀ। ਅੱਜ ਵੀ ਮੇਰੇ ਤੋਂ ਵੀ ਬਹੁਤ ਸਾਰੀਆਂ ਵੀਡੀਓ ਆਈਆਂ, ਪੰਜਾਬ ਵਾਲੇ ਪਾਸੇ ਵੀ ਆਈਆਂ। ਪੰਜਾਬ ਵਾਲੇ ਪਾਸੇ ਤਾਂ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਵੀ ਨਵੇਂ ਸ਼ਹਿਰ ਵਾਲੇ ਪਾਸੇ ਜਾਣ ਤੋਂ ਰੋਕਤਾ, ਕਹਿੰਦੇ ਨਹੀਂ ਬਈ ਪਹਿਲਾਂ ਹੀ ਉਹਨਾਂ ਨੇ ਵਿਰੋਧ ਕਹਿੰਦੇ ਦੇਖ ਲਿਆ, ਹੁਣ ਤਾਂ ਵਿਰੋਧ ਹੁੰਦਾ ਤਾਂ ਪ੍ਰੋਗਰਾਮ ਹੀ ਰੱਦ ਕਰ ਦਿੱਤਾ। ਸੋ ਇਸ ਤਰ੍ਹਾਂ ਹੁਣ ਪਤਾ ਲੱਗਣ ਲੱਗ ਪਿਆ ਪ੍ਰੋਗਰਾਮ ਚ, ਪਹਿਲਾਂ ਵੀ ਸੁਣਿਆ ਬਟਾਲੇ ਵਾਲੇ ਪਾਸੇ ਵੀ ਵਿਰੋਧ ਹੋਇਆ। ਇਹਦਾ ਮਤਲਬ ਇਹ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵਿਰੋਧ ਹੋਰ ਵੱਧ ਜਾਣਾ, ਪੰਜਾਬ ਵਿਚ ਨੀ ਵੱਖ ਵੱਖ ਸੂਬਿਆਂ ਵਿਚ ਵੀ ਵੱਧ ਜਾਣਾ। ਜੀ ਇਹ ਵੀ ਗੱਲ ਸਹੀ ਹੈ ਤੁਹਾਡੀ ਕਿ ਤਾਂ ਹੀ ਤਾਂ ਬਾਕੀ ਥਾਵਾਂ ਤੇ ਵੀ ਵੱਧ ਜਾਣਾ। ਐਨਸੀਪੀ ਦੇ ਸ਼ਰਦ ਪਵਾਰ ਹੋਰਾਂ ਨੇ ਕੀ ਕਹਿਤਾ ਜੀ? ਦੇਖੋ ਹੁਣ ਹਰ ਕੋਈ ਚਾਹੁੰਦਾ ਕਿ ਅੰਦੋਲਨ ਖਤਮ ਹੋਵੇ, ਹਰ ਕੋਈ ਚਾਹੁੰਦਾ ਕੋਈ ਵਿੱਚ ਬੰਦਾ ਪਵੇ, ਹਰ ਕੋਈ ਇਹ ਚਾਹੁੰਦਾ ਕਿ ਕੋਈ ਨਾ ਕੋਈ ਏਦਾਂ ਦੀ ਧਿਰ ਆਵੇ ਜਿਹੜੀ ਸਮਝੌਤਾ ਕਰਾਏ, ਪਰ ਇਸ ਧਿਰ ਦਾ ਉੱਠਣਾ ਅਜੇ ਤੱਕ ਸਾਹਮਣੇ ਦਿਖਾਈ ਨਹੀਂ ਦੇ ਰਿਹਾ। ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਕੋਈ ਨਾ ਕੋਈ ਧਿਰ ਸਾਹਮਣੇ ਆਵੇ। ਹੁਣ ਸ਼ਰਦ ਪਵਾਰ ਹੋਣੀ ਨੇ, ਸ਼ਰਦ ਪਵਾਰ ਹੋਣਾ ਨੇ ਇਹ ਗੱਲ ਕਹੀ ਹੈ ਕਿ ਰਾਜਨਾਥ ਤੇ ਗਡਕਰੀ ਇਹਨਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ, ਪ੍ਰਧਾਨ ਮੰਤਰੀ ਹੁਣਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਕਿਸਾਨ ਸੰਗਠਨਾਂ ਨਾਲ ਸਿੱਧੀ ਆਪ ਗੱਲਬਾਤ ਕਰਨੀ ਚਾਹੀਦੀ ਹੈ। ਗੱਲ ਚੰਗੀ ਹੈ, ਚਾਹੀਦਾ ਵੀ ਏਦਾਂ ਹੀ ਆ, ਪਰ ਮਸਲਾ ਇਹ ਆ ਕਿ ਆਉਣਗੇ ਕਿੱਦਾਂ। ਰਾਜਨਾਥ ਸਿੰਘ ਉਹਨਾਂ ਨੇ ਤਾਂ ਪਹਿਲਾਂ ਵੀ ਇਹ ਬਿਆਨ ਦਿੱਤੇ ਆ, ਹੁਣ ਤਾਂ ਆਪਾਂ ਕਹਿੰਦੇ ਨਾ ਉਹ ਕਿ ਉਹ ਏਜੰਸੀਆਂ ਕਹਿੰਦੀਆਂ ਕਿ ਇਹਦੇ ਵਿੱਚ ਸ਼ਰਾਰਤੀ ਅੰਸਰ ਬੜੇ ਆ ਜਾਂ ਇੱਕ ਜਥੇਬੰਦੀ ਨਾਲ ਸੰਬੰਧਿਤ ਲੋਕ ਇਹਦੇ ਵਿੱਚ ਵੜ ਗਏ ਨੇ। ਰਾਜਨਾਥ ਸਿੰਘ ਹੁਣਾਂ ਨੇ ਉਹਨਾਂ ਦੀ ਸਫਾਈ ਪਹਿਲਾਂ ਹੀ ਦਿੱਤੀ ਸੀ ਕਿ ਏਦਾਂ ਦੀ ਕੋਈ ਗੱਲ ਨਹੀਂ ਗੀ। ਹੁਣ ਇਹ ਵੀ ਗੱਲ ਹੈ ਕਿ ਰਾਜਨਾਥ ਸਿੰਘ ਹੁਣਾਂ ਨੂੰ ਫਿਰ ਅੱਖੋਂ ਪਰੋਖੇ ਜਿਹਾ ਕਿਉਂ ਕੀਤਾ, ਉਹਨਾਂ ਦੇ ਬਿਆਨ ਨੂੰ ਬਹੁਤਾ ਗੰਭੀਰਤਾ ਨਾਲ ਕਿਉਂ ਨਹੀਂ ਲਿਆ। ਹੁਣ ਸ਼ਰਦ ਪਵਾਰ ਹੁਣੇ ਮੈਦਾਨ ਵਿਚ ਨਿਤਰਨ ਦੀ ਕੋਸ਼ਿਸ਼ ਕੀਤੀ, ਵੈਸੇ ਸੁਨੈਬ ਜੀ ਬੰਦੇ ਇਹ ਸਹੀ ਆ, ਪਹਿਲਾਂ ਵੀ ਸੀਨੀਅਰ ਆ, ਕਈ ਜਗ੍ਹਾ ਦੇ ਉੱਪਰ ਸਮਝੌਤੇ ਕਰਾਏ ਆ। ਕਾਂਗਰਸ ਵਾਲੇ ਪਾਸੇ ਵੀ ਜਦੋਂ 19-21 ਹੋ ਜਾਂਦੀ ਸੀ ਤਾਂ ਫਿਰ ਕਈ ਤਰ੍ਹਾਂ ਦੇ ਸਮਝੌਤੇ, ਕਈ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਗੱਲਬਾਤ ਸੀ ਉਹਨਾਂ ਨਾਲ, ਵੱਡੇ ਵੱਡੇ ਜਿਹੜੇ ਮੰਤਰੀ ਅਹੁਦੇ ਹੁੰਦੇ ਆ ਨਾ, ਸੀਨੀਅਰ ਬੰਦੇ, ਉਹਨਾਂ ਨਾਲ ਗੱਲ ਸੀ ਤੇ ਉਹਨਾਂ ਨੇ ਸਮਝੌਤੇ ਕਰਵਾਏ ਵੀ ਆ। ਹੁਣ ਇੱਕ ਵਾਰ ਫਿਰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਰਦ ਪਵਾਰ ਵਿਚ ਆ ਸਕਦੇ ਆ। ਪਰ ਇੱਥੇ ਉਹਨਾਂ ਨੇ ਇੱਕ ਜਿਹੜੀ ਗੱਲ ਕਹੀ ਆ ਪਿਊਸ਼ ਗੋਇਲ ਨੂੰ ਲੈ ਕੇ, ਉਹ ਕਹਿੰਦੇ ਪਿਊਸ਼ ਗੋਇਲ ਹੁਣ ਇਸ ਮਾਮਲੇ ਦੇ ਵਿਚ ਉਸ ਕਮੇਟੀ ਦੇ ਹਿੱਸਾ ਆ, ਕਮੇਟੀ ਕਹਿ ਲਈਏ ਜਿਹੜੀ ਆਪਾਂ ਟੀਮ ਜਾਂਦੀ ਹੈ ਗੱਲ ਕਰਨ ਮੰਤਰੀਆਂ ਦੀ, ਜਿਹਦੇ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਹੁੰਦੇ ਆ ਪਿਊਸ਼ ਗੋਇਲ ਨੇ, ਤੇ ਨਾਲ ਉਹਨਾਂ ਦੇ ਸਾਡੇ ਆ ਦੁਆਬੇ ਵਾਲੇ ਪਾਸੇ ਜਿਹੜੇ ਸੋਮ ਪ੍ਰਕਾਸ਼ ਜੀ ਹੁੰਦੇ ਨੇ। ਹੁਣ ਪਿਊਸ਼ ਗੋਇਲ ਹੁਣਾਂ ਨੂੰ ਕਿੰਨਾ ਕੁ ਕਹਿੰਦੇ ਪਤਾ ਹੋਊਗਾ ਖੇਤੀ ਬਾਰੇ, ਕਿਉਂਕਿ ਉਹ ਤਾਂ ਬੰਬਈ ਤੋਂ ਆ ਨਾ, ਬੰਬੇ ਦੇ ਵਿਚ ਕਿੰਨੀ ਕੁ ਖੇਤੀ ਹੁੰਦੀ ਆ ਇਹ ਤਾਂ ਸਾਰਿਆਂ ਨੂੰ ਪਤਾ। ਚਾਹੁੰਦੇ ਨੇ ਕਿ ਹੁਣ ਬੰਦਾ ਵਿਚ ਜੇਕਰ ਕੋਈ ਪਵੇ, ਧਿਰ ਪਵੇ, ਤੇ ਪਿਊਸ਼ ਗੋਇਲ ਨੂੰ ਮੈਨੂੰ ਲੱਗਦਾ ਸਿੱਧਾ ਇਹਨਾਂ ਨੇ ਇਸ਼ਾਰਾ ਕੀਤਾ, ਭਾਈ ਸਾਹਿਬ ਤੁਸੀਂ ਨਾ ਬੋਲੋ, ਕਿਉਂਕਿ ਪਿਊਸ਼ ਗੋਇਲ ਹੁਣਾਂ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ। ਉਸ ਮੀਟਿੰਗ ਦੇ ਵਿਚ ਪਿਊਸ਼ ਗੋਇਲ ਹੁਣਾਂ ਦੀ ਤਲਖੀ ਕਿਸਾਨ ਆਗੂਆਂ ਨਾਲ ਦੇਖਣ ਨੂੰ ਮਿਲੀ ਆ, ਕਿਉਂਕਿ ਪਿਊਸ਼ ਗੋਇਲ ਦੇ ਬੋਲਣ ਦਾ ਤਰੀਕਾ ਤੇ ਸਲੀਕਾ ਥੋੜਾ ਜਿਹਾ ਜਲਦੀ ਗਰਮੈਸ਼ ਵਿਚ ਆ ਜਾਂਦੇ ਆ, ਉਸ ਗਰਮੈਸ਼ ਦੇ ਕਰਕੇ ਇਹਨਾਂ ਨੂੰ ਰਾਜੇਵਾਲ ਹੁਣਾਂ ਨੇ ਸਿੱਧੇ ਤੌਰ ਤੇ 2 ਵਾਰੀ ਨੀ 3 ਵਾਰੀ ਚੁੱਪ ਕਰਾਇਆ ਮੀਟਿੰਗਾਂ ਦੇ ਵਿਚ। ਇਹ ਕਹਿ ਕੇ ਜਦੋਂ ਕਹਿੰਦੇ ਆ ਕਿ ਅਸੀਂ ਤਾਂ ਕਿਸਾਨਾਂ ਨੂੰ ਸਾਰਾ ਕੁਝ ਦੱਸਤਾ ਕਿ ਇਹ ਮੰਨਣ ਨੂੰ ਤਿਆਰ ਨੀ, ਇੱਕ ਦਬਕੇ ਜਿਹਾ ਨਾ ਇੱਕ ਰੂਪ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ। ਸੋ ਇਸ ਕਰਕੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਪਿਊਸ਼ ਗੋਇਲ ਹੁਣਾਂ ਨੂੰ ਥੋੜਾ ਜਿਹਾ ਹੁਣ ਸ਼ਾਂਤਮਈ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਆ, ਤੇ ਦੂਜੇ ਨੰਬਰ ਦੇ ਉੱਪਰ ਜੇਕਰ ਗੱਲ ਕਰਨੀ ਹੈ ਤੇ ਗੱਲਬਾਤ ਨੂੰ ਅੱਗੇ ਵੱਲ ਤੋਰਨਾ ਚਾਹੀਦਾ ਤਾਂ ਕਿ ਅੰਦੋਲਨ ਖਤਮ ਕੀਤਾ ਜਾ ਸਕੇ। ਗੱਲ ਅੱਗੇ ਤੁਰੂਗੀ ਤਾਂ ਹੀ ਗੱਲ ਬਣੂਗੀ, ਨਹੀਂ ਤਾਂ ਮਾਮਲਾ ਏਦਾਂ ਫਿਰ ਅਕਤੂਬਰ ਵੱਲ ਲੱਗ ਕੇ ਰਹਿਣਾ ਤੇ ਅਕਤੂਬਰ ਤੋਂ ਅੱਗੇ ਤੱਕ ਵੀ ਜਾ ਸਕਦਾ। ਜੀ
ਅਕਤੂਬਰ ਤੋਂ ਅੱਗੇ ਤੱਕ ਵੀ ਜਾ ਸਕਦਾ। ਸਹੀ ਗੱਲ। ਆਪਾਂ ਲਈਏ ਬ੍ਰੇਕ, ਬ੍ਰੇਕ ਤੋਂ ਗਾਹਾਂ ਚੱਲਦੇ ਹਾਂ ਜੀ। ਫਿਰ ਕੁਛ ਹੀ ਪਲਾਂ ਦੇ ਵਿੱਚ ਖਬਰਾਂ ਬਹੁਤ ਸਾਰੀਆਂ। ਪਹਿਲੀ ਖਬਰ ਤੁਸੀਂ ਸੁਣਿਓ ਦੁਬਾਰਾ, ਦੋ ਤਿੰਨ ਵਾਰੀ ਜੇ ਟਾਈਮ ਲੱਗਿਆ। ਕਰੂਗਾ, ਆਊਗਾ, ਜਾਊਗਾ, ਚਾਰ ਪੰਜ ਇਕੱਠੀ ਬੋਲਤੇ ਤੁਸੀਂ ਜਿਹੜੇ ਰੋਕਣੇ ਹੁੰਦੇ ਆ। ਇਹ ਰਿਪੀਟ ਸੁਣ ਕੇ ਦੇਖ। ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਤੇ ਸੱਜਣੋ, ਗੱਲਬਾਤ ਚੱਲ ਰਹੀ ਹੈ ਇਸ ਵਕਤ ਖਬਰਸਾਰ ਦੀ। ਖਬਰਸਾਰ ਦੇ ਰਾਹੀਂ ਅਸੀਂ ਪਾ ਰਹੇ ਹਾਂ ਸਾਂਝ, ਨਵਜੀਤ ਸਿੰਘ ਹੋਰੇ ਆਪਣੇ ਸ਼ਾਮਲ ਨੇ। ਨਵਜੀਤ ਜੀ, ਇਕ ਵਾਰੀ ਫੇਰ ਸਵਾਗਤ ਜੀ। ਸੁਖਨਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੁਖਬੀਰ ਬਾਦਲ ਹੋਰੇ ਕੀ ਕਹਿੰਦੇ ਆ? ਕਹਿੰਦੇ ਰਾਜੇ ਬੜਿੰਗ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਇਹ ਹੁਣ ਇਸ ਤਰ੍ਹਾਂ ਦੇ ਬਿਆਨ ਆਉਣੇ ਆ, ਹੁਣ ਵੋਟਾਂ ਵੀ ਆ ਗਈਆਂ ਨਾ, ਹੁਣ ਕਈਆਂ ਦੇ ਦਿਮਾਗ ਹਿੱਲਣੇ ਵੀ ਆ ਤੇ ਕਈਆਂ ਦੇ ਠੀਕ ਵੀ ਹੋਣੇ ਜਿਹੜੇ ਹਿੱਲੇ ਹੋਏ ਆ, ਪਰ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ, ਕਿਉਂਕਿ ਉਹ ਬਾਰਿਸ਼ਾਂ ਆਦਤਾਂ ਜਾਂਦੀਆਂ ਨੇ, ਭਾਵੇਂ ਜੇ ਪੂਰੀਆਂ ਵੀ ਹੈਗੀਆਂ ਤੇ ਉਹ ਆਦਤਾਂ ਕਿਸੇ ਵੇਲੇ ਜਾਂਦੀਆਂ ਨੀ ਹੁੰਦੀਆਂ ਏਦਾਂ। ਚਲੋ ਹੁਣ ਚੋਣਾਂ ਆ, ਆਉਣ ਵਾਲੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਨਿਕਲਣੀਆਂ, ਪਰ ਇੱਥੇ ਸੁਖਬੀਰ ਬਾਦਲ ਹੋਣਾ ਨੇ ਰਾਜਾ ਬੜਿੰਗ ਨੂੰ ਲੈ ਕੇ ਗੱਲ ਕੀ ਹੈ, ਕਿਉਂਕਿ ਪਿਛਲੇ ਦਿਨੀ ਰਾਜਾ ਬੜਿੰਗ ਹੋਣਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਬੜੀ ਭੱਦੀ ਸ਼ਬਦਾਵਲੀ ਬੋਲੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ, ਖਾਸ ਕਰ ਪ੍ਰਧਾਨ ਹੋਣਾ ਨੂੰ ਲੈ ਕੇ ਸਿੱਧੀ ਗੱਲਬਾਤ ਕਹਿਤੀ। ਉਸ ਤੋਂ ਬਾਅਦ ਮਾਮਲਾ ਕਾਫੀ ਭਾਕਿਆ, ਹੁਣ ਗੱਲਾਂ ਤੇ ਕਈ ਤਰ੍ਹਾਂ ਦੀਆਂ ਜੁੜਦੀਆਂ ਕਿ ਉਦਣ ਵੀ ਜੋ ਕੰਪਲੈਕਸ ਵਿਚ ਹੋਇਆ ਤੇ ਸਾਰੇ ਹੀ ਕਰਵਾਇਆ ਇਕ ਦੂਜੇ ਦੇ ਕਹਿ ਤੇ ਕਰਵਾਇਆ, ਕਿਉਂਕਿ ਪਾਰਟੀ ਜਿਹੜੀ ਹੁਣ ਸੱਤਾ ਚ ਬੈਠੀ ਆ ਉਹ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਹੈ ਨੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ। ਇਸ ਕਰਕੇ ਸੁਖਬੀਰ ਬਾਦਲ ਹੋਣਾ ਨੇ ਇਹ ਕਿਹਾ ਕਿ ਸ਼ਰੇਆਮ ਹੀ ਗੁੰਡਾਗਰਦੀ ਚੱਲਦੀ ਹੈ। ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਆਹ ਹੁਣ ਜਿਹੜੀ ਪਿਛਲੀ ਵਾਰੀ ਤੁਹਾਨੂੰ ਆਹ ਗੱਲਾਂ ਗਈਆਂ, ਉਹ ਕਹਿੰਦੇ ਉਹਨਾਂ ਦਾ ਦਿਮਾਗ ਹਿੱਲ ਗਿਆ, ਇਹਦੇ ਵਿਚ ਹੋਰ ਕੁਛ ਨੀ, ਕਿਉਂਕਿ ਸੱਤਾ ਦਾ ਨਸ਼ਾ, ਇਸ ਕਰਕੇ ਇਹ ਸਾਰਾ ਕੁਛ ਹੋ ਰਿਹਾ। ਹੁਣ ਦੇਖੋ ਇਹਦੇ ਨਾਲ ਵੀ ਕਈ ਗੱਲਾਂ ਜੁੜਦੀਆਂ। ਅਸਲ ਵਿਚ ਪ੍ਰੈਸ ਕਾਨਫਰੰਸ ਕਿਉਂ ਕੀਤੀ ਗਈ? ਪਿਛਲੇ ਦਿਨ ਨਾ ਸੁਖਨੈਬ ਦੀ ਇੱਕ ਘਟਨਾ ਬੜੀ ਸਾਹਮਣੇ ਆਈ ਸੀ ਫਰੀਦਕੋਟ ਤੋਂ, ਜਿੱਥੇ ਇੱਕ ਕਾਰੋਬਾਰੀ ਵੱਲੋਂ ਆਪਣੇ ਦੋ ਬੱਚਿਆਂ ਤੇ ਪਤਨੀ ਅਤੇ ਖੁਦ ਨੂੰ ਗੋਲੀ ਮਾਰ ਲਈ ਤੇ ਮਾਮਲੇ ਨੇ ਸਾਫ ਸਕੂਲ ਫੜਿਆ। ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਉਹਦੇ ਵਿਚ ਇਹ ਵਿਧਾਇਕ ਨੇ ਜਿਹਦੇ ਰਾਜਾ ਬਣੇ ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਂ ਜੁੜਦਾ, ਝਪਝਾਪੁਰੀ ਇਸ ਵਕਤ ਨਾਮ ਜਿਸ ਤਰ੍ਹਾਂ ਜੁੜਿਆ ਆ, ਹੁਣ ਉਹਨੂੰ ਲੈ ਕੇ ਸੁਖਬੀਰ ਬਾਦਲ ਹੋਣਾ ਨੇ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਨੇ। ਉਹ ਕਹਿੰਦੇ ਨੇ ਕਿ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ, ਆ ਦੇਖੋ ਕੀ ਕੁਛ ਵਾਪਰ ਰਿਹਾ, ਕਿਸ ਤਰ੍ਹਾਂ ਆਇਆ ਸੀ ਨਾਲ ਦੀ ਨਾਲ ਕੇਸ ਕਰਾਤਾ। ਚਲੋ ਹੁਣ ਕਈਆਂ ਦੇ ਨਾਂ ਅਜੇ ਆਉਣੇ ਆ, ਕਈਆਂ ਦੀਆਂ ਰਿਸ਼ਤੇਦਾਰੀਆਂ ਨਿਕਲਣੀਆਂ ਆ, ਕਈ ਗੁੱਸੇ ਵਾਲੀਆਂ ਹੁੰਦੀਆਂ ਆ ਤੇ ਕਈ ਓਦਾਂ ਦੀਆਂ ਵੀ ਹੁੰਦੀਆਂ, ਰਿਸ਼ਤੇ ਬੜੇ ਖਾਸ ਹੁੰਦੇ ਆ। ਹੁਣ ਦੇਖੋ ਇੱਥੇ ਜਿਹੜੀ ਗੱਲ ਨਿਕਲੀ ਆ, ਉਹ ਕਹਿੰਦੇ ਕਿ ਇੰਨੀ ਦੁਖਦਾਈ ਘਟਨਾ ਹੁੰਦੀ ਆ, ਬੰਦੇ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਹਨੇ ਬੱਚਿਆਂ ਨੂੰ ਵੀ ਗੋਲੀ ਮਾਰਤੀ ਤੇ ਆਪ ਵੀ ਮਰ ਗਿਆ, ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹਨੇ ਇਹ ਸਾਰਾ ਕੁਛ ਕੀਤਾ ਜਾਂ ਜਿਹਨੇ ਕਰਵਾਇਆ ਜਾਂ ਜਿਹਨੇ ਭੜਕਾਇਆ, ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨੂੰ ਲੈ ਕੇ ਸੁਖਬੀਰ ਬਾਦਲ ਹੋਣਾ ਨੇ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੱਕੇ ਨੇ। ਜਦੋਂ ਪੱਤਰਕਾਰਾਂ ਵੱਲੋਂ ਉਹਨੂੰ ਪੁੱਛਿਆ ਤਾਂ ਉਹਨਾਂ ਨੇ ਗੱਲ ਹੋਰ ਪਾਸੇ ਜਾਣ ਦੀ ਕੋਸ਼ਿਸ਼ ਕੀਤੀ। ਦਰਅਸਲ ਸੁਖਨੈਬ ਜੀ ਗੱਲ ਕੀ ਹੈ, ਹੁਣ ਜਿਸ ਤਰ੍ਹਾਂ ਚੋਣਾਂ ਆ ਰਹੀਆਂ, ਸਾਰੇ ਮੁੱਦਿਆਂ ਨੂੰ ਜਿਹੜੇ ਇਧਰ ਉਧਰ ਵੀ ਕੋਈ ਮੁੱਦੇ ਹੁੰਦੇ ਨਾ, ਉਹ ਵੀ ਇਕੱਠੇ ਕਰਕੇ ਇੱਕ ਮੰਚ ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰਨੀ ਆ। ਹੁਣ ਦੇਖੋ ਇਹ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਕੀਤੀ ਜਾ ਰਹੀ ਆ ਆਪਣੇ ਜੋ ਸ਼ਬਦਾਵਲੀ ਭੱਦੀ ਬੋਲੀ ਆ ਉਹਨੂੰ ਲੈ ਕੇ, ਮਾਮਲਾ ਵਿਚ ਉੱਠ ਗਿਆ ਰਿਸ਼ਤੇਦਾਰ ਦਾ। ਉਸ ਤੋਂ ਬਾਅਦ ਗੱਲ ਪਹੁੰਚੀ ਸੁਖਬੀਰ ਬਾਦਲ ਹੋਣਾ ਵੱਲ, ਮਨਪ੍ਰੀਤ ਬਾਦਲ ਹੋਣਾ ਵੱਲ। ਉਹ ਕਹਿੰਦੇ ਮਨਪ੍ਰੀਤ ਬਾਦਲ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਖਜ਼ਾਨਾ ਖਾਲੀ ਪਿਆ, ਕਾਂਗਰਸ ਵਾਲੇ ਹਮੇਸ਼ਾ ਕਹਿੰਦੇ ਆ ਖਜ਼ਾਨਾ ਖਾਲੀ ਆ, ਪਰ ਖਜ਼ਾਨਾ ਕਦੀ ਸਰਕਾਰਾਂ ਦਾ ਖਾਲੀ ਹੁੰਦਾ ਨੀ। ਸੁਖਬੀਰ ਬਾਦਲ ਕਹਿੰਦੇ ਸਾਡੀ ਵਾਰੀ ਵੀ ਸਰਕਾਰ ਚੱਲੀ ਆ, ਅਸੀਂ ਵੀ ਦੇਖਿਆ ਇਸ ਤਰ੍ਹਾਂ ਤਾਂ ਖਜ਼ਾਨੇ ਕਦੀ ਖਾਲੀ ਹੋਏ ਨੀ, ਖਜ਼ਾਨੇ ਭਰੇ ਰਹਿੰਦੇ ਆ। ਦੂਸਰੇ ਪਾਸੇ ਜਿਹੜਾ ਉਹਨਾਂ ਨੇ ਰਾਜਾ ਬੜਿੰਗ ਹੋਣਾ ਨੂੰ ਲੈ ਕੇ ਇਹ ਕਿਹਾ ਕਿ ਇਧਰਲੇ ਪਾਸੇ ਸਰਕਾਰ ਦੇ ਜ਼ੋਰ ਦੇ ਨਾਲ ਨਾਮਜ਼ਦਗੀ ਪੱਤਰ ਰੱਦ ਕਰਵਾ ਦਿੱਤੇ ਆ, 500 ਤੋਂ ਵੱਧ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦਾ ਧੱਕੇ ਦੇ ਨਾਲ ਰੱਦ ਕਰਵਾਇਆ ਨਾਮਜ਼ਦਗੀ ਪੱਤਰ, ਸ਼ਰੇਆਮ ਕਹਿੰਦੇ ਲੋਕਤੰਤਰ ਦਾ ਕਤਲ ਕੀਤਾ ਗਿਆ, ਘਾਣ ਕੀਤਾ ਗਿਆ, ਇਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੇ ਅੱਜ ਇਕੱਠੀਆਂ ਕਰਤੀਆਂ ਤੇ ਲੋਕਾਂ ਨੂੰ ਕਹਿੰਦੇ ਮੂਰਖ ਬਣਾਉਣ ਦਾ ਕੰਮ ਕਰ ਰਹੀ ਹੈ ਕਾਂਗਰਸ ਪਾਰਟੀ, ਹੋਰ ਕੁਛ ਨੀ। ਇਹਨਾਂ ਦੇ ਪੱਲੇ ਆਉਣ ਵਾਲੇ ਦਿਨਾਂ ਵਿਚ ਤੁਸੀਂ ਦੇਖਿਓ ਥੋਕ ਵਜਾ ਕੇ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਣਗੇ, ਉਹਨਾਂ ਨੇ ਇਹ ਦਾਅਵਾ ਕੀਤਾ ਕਾਨਫਰੰਸ ਦੇ ਦੌਰਾਨ। ਦੇਖਦਿਆਂ ਹੁਣ ਵੋਟਾਂ ਪੈਂਦੀਆਂ ਜਾਂ ਨਹੀਂ ਪੈਂਦੀਆਂ, ਕਿਉਂਕਿ ਦੂਜੇ ਪਾਸੇ ਜਿਹੜੀ ਗੱਠਜੋੜ ਵਾਲੀ ਪਾਰਟੀ ਸੀ 9 ਮਾਰਚ ਵਾਲੀ, ਉਹਨੂੰ ਤਾਂ ਬਹੁਤ ਜ਼ਿਆਦਾ ਵੋਟਾਂ ਹੁਣ ਪੈ ਰਹੀਆਂ, ਪਰ ਵੋਟਾਂ ਕਿਸ ਤਰ੍ਹਾਂ ਦੀਆਂ ਪੈ ਰਹੀਆਂ ਇਹ ਸਭ ਨੂੰ ਪਤਾ, ਹਰ ਜ਼ਿਲ੍ਹੇ ਤੋਂ ਖ਼ਬਰ ਆ ਰਹੀ ਹੈ ਜੀ।
ਖਬਰ ਹਰੇਕ ਜ਼ਿਲ੍ਹੇ ਤੋਂ ਆ ਰਹੀ ਹੈ ਗੱਲ ਤੁਹਾਡੀ ਸਹੀ ਤੇ ਸੰਸਦ ਦੇ ਵਿੱਚ ਕਿਸਾਨ ਮੁੱਦਾ ਜਿਵੇਂ ਚੱਕਿਆ ਜਾਣਾ ਸੀ ਚਾਹੀਦਾ ਸੀ ਚੱਕਿਆ ਗਿਆ ਫਿਰ ਤੁਹਾਡੇ ਮੁਤਾਬਕ? ਮੈਨੂੰ ਲੱਗਦਾ ਕਈ ਦਿਨਾਂ ਤੋਂ ਹੀ ਇਹ ਚਰਚਾ ਚੱਲ ਰਹੀ ਆ ਕਿ ਕਿਸਾਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ, ਪਰ ਅਸਲ ਮੁੱਦੇ ਦੇ ਉੱਪਰ ਨਾ ਹੀ ਕੋਈ ਪਹੁੰਚਿਆ ਤੇ ਨਾ ਹੀ ਬਹੁਤੀ ਉਮੀਦ ਹੈ ਕਿ ਕੋਈ ਪਹੁੰਚੇਗਾ। ਉਹ ਇਸ ਕਰਕੇ ਕਿਉਂਕਿ ਮੈਨੂੰ ਇਹ ਲੱਗਦਾ, ਨਿੱਜੀ ਤੌਰ ਤੇ ਇਹ ਲੱਗਦਾ ਕਿ ਜਲਦੀ ਜਲਦੀ ਗੱਲੀ ਬਾਤੀ ਸਾਰਾ ਕੁਝ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੱਲਾਂ ਉਹੀ ਰਿਪੀਟ ਕੀਤੀਆਂ ਜਾ ਰਹੀਆਂ ਨੇ, ਨਵੀਂ ਗੱਲ ਤਾਂ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਹੀ, ਕਾਨੂੰਨ ਦੇ ਉੱਪਰ ਚਰਚਾ ਕਰਨ ਦੀ ਕੋਈ ਗੱਲ ਹੀ ਨਹੀਂ ਹੋ ਰਹੀ, ਸਰਕਾਰ ਗੰਭੀਰ ਨਜ਼ਰ ਆ ਹੀ ਨਹੀਂ ਇਸ ਮਾਮਲੇ ਨੂੰ ਲੈ ਕੇ। ਸਰਕਾਰ ਤਾਂ ਗੰਭੀਰ ਤਾਂ ਹੋਵੇ ਨਾ, ਜੇਕਰ ਉਹਨਾਂ ਨੇ ਹੱਲ ਕਰਾਉਣਾ ਹੋਵੇ, ਹੱਲ ਤਾਂ ਲੱਗਦਾ ਕੋਈ ਕਰਾਉਣਾ ਚਾਹੁੰਦਾ ਨਹੀਂ। ਮੈਂ ਜੀ ਸੰਸਦ ਦੀ ਮਰਿਆਦਾ ਮੰਗ ਕਰਦੀ ਆ ਹਮੇਸ਼ਾ ਕਿ ਦੋਹਾਂ ਸਦਨਾਂ ਵਿਚ ਮਸਲਿਆਂ ਬਾਰੇ ਗੰਭੀਰ ਤਰੀਕੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ, ਕਿਉਂਕਿ ਉਹ ਬੁਲਾਈ ਇਸ ਲਈ ਜਾਂਦੀ ਹੈ। ਸੰਸਦ ਦੇ ਬਜਟ ਸੈਸ਼ਨ ਵਿਚ ਕਈ ਮਹੀਨਿਆਂ ਤੋਂ ਚੱਲੇ ਆ ਰਹੇ, ਹੁਣ ਕਿਸਾਨੀ ਅੰਦੋਲਨ ਜੇਕਰ ਮੁੱਦਾ ਉੱਠਦਾ ਤੇ ਉਸ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਜਿਹਦੇ ਉੱਪਰ ਕਰਨੀ ਚਾਹੀਦੀ ਹੈ। ਲੋਕ ਨਿਰਾਸ਼ ਨੇ, ਲੋਕਾਂ ਦੀ ਨਜ਼ਰ ਤਾਂ ਉਧਰਲੇ ਪਾਸੇ ਆ ਕਿ ਭਾਈ ਕੋਈ ਨਵੀਂ ਗੱਲ ਨਿਕਲੂਗੀ, ਹਾਲਾਂਕਿ ਪੰਜਾਬ ਵਾਲੇ ਪਾਸੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਵਜੋਂ ਆਵਾਜ਼ ਚੁੱਕੀ ਹੈ, ਪਰ ਉਨ੍ਹਾਂ ਦੇ ਉੱਪਰ ਪੰਜ ਕਸ ਦਿੱਤੇ ਜਾਂਦੇ ਆ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਸਿੱਧੀ ਸ਼ੁਰੂਆਤ ਹੀ ਪ੍ਰਤਾਪ ਸਿੰਘ ਬਾਜਵਾ ਦੇ ਪੰਜ ਕਸ ਕੇ ਕੀਤੀ, ਤੋਂ ਇਸ ਤਰ੍ਹਾਂ ਦਾ ਹੁਣ ਮਜ਼ਾਕ ਵੀ ਬਣਨੇ ਸ਼ੁਰੂ ਹੋ ਗਏ। ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਦੀ ਚਾਹੀਦੀ ਹੈ ਉੱਥੇ ਗੱਲਬਾਤ ਕਰਨੀ, ਉਸ ਤਰ੍ਹਾਂ ਦੀ ਗੱਲਬਾਤ ਹੋ ਨਹੀਂ ਰਹੀ। ਹੁਣ ਅਸਲ ਮੁੱਦੇ ਕੀ ਆ, ਹੁਣ ਆਪਾਂ ਇੱਕ ਦੋ ਮਿੰਟ ਤੇ ਗੱਲ ਕਰਦੇ ਅਸਲ ਮੁੱਦਿਆਂ ਦੇ ਉੱਪਰ। ਜੇਕਰ ਕਿਸਾਨਾਂ ਦਾ ਮਸਲਾ ਨਾ, ਕਿਸਾਨਾਂ ਦਾ ਮਸਲਾ ਤਾਂ ਹੁਣ ਇਸ ਤੋਂ ਪਹਿਲਾਂ ਵੀ ਚੱਲਿਆ ਆ ਰਿਹਾ, ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਹਦੇ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਜਾਂਦਾ? ਅੰਕੜੇ ਸਾਨੂੰ ਦੱਸਦੇ ਆ ਕਿਸ ਤਰ੍ਹਾਂ ਇਹ ਹਰ ਸਾਲ ਦਰ ਵੱਧਦੀ ਜਾ ਰਹੀ ਹੈ। ਕਿਸਾਨਾਂ ਦੀ ਮੌਤ ਹੁੰਦੀ ਹੈ, ਸ਼ਹਾਦਤ ਹੁਣ ਵੀ ਕਿੰਨਿਆਂ ਨੇ ਦੇਤੀ ਹੈ, ਕੋਈ ਗੱਲ ਨਹੀਂ ਹੋਈ, ਕਿਸੇ ਦੇ ਕੰਮ ਤੋਂ ਜੂ ਨਹੀਂ ਸਿਰਕਦੀ ਪਈ। ਅਟਲ ਬਿਹਾਰੀ ਵਾਜਪੇਈ ਆ 1998 ਵਿਚ ਸੱਤਾ ਵਿਚ ਆਏ, 2004 ਤੱਕ ਰਹੇ, ਉਹਨਾਂ ਨੇ ਹਰ ਵਾਰ ਇਹੀ ਗੱਲ ਕਹੀ ਕਿ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਆ। ਕਈ ਜਗ੍ਹਾ ਤੇ ਉਹਨਾਂ ਨੇ ਗੱਲ ਕਹੀ, ਪਰ ਹੋਇਆ ਕਿ ਹੁਣ ਅੰਕੜੇ ਦੱਸਦੇ ਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਵੀ 1,00,250 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਆ। 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਦੋਂ ਤੋਂ ਲੈ ਕੇ ਹੁਣ ਤੱਕ 78,000 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਆ। ਕਿਉਂ ਕੀਤੀ ਆ? ਸਭ ਨੂੰ ਪਤਾ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ। ਇੱਕ ਗੱਲ ਹੋਰ ਆ ਇੱਥੇ, ਹੁਣ ਕਈਆਂ ਦੇ ਦਿਮਾਗ ਚ ਬਹੁਤ ਸਾਰਿਆਂ ਨੇ ਸਵਾਲ ਚੱਕੀ ਕਿ ਸਿਰਫ 78,000 ਹੈ, ਇਹ ਅੰਕੜਾ ਪਿਛਲੀ ਵਾਰ ਨਾਲੋਂ ਘੱਟ ਆ, ਜੀਰੋ ਤਾਂ ਨਹੀਂ ਨਾ? ਮੰਨਦੇ ਤਾਂ ਤਾਂ ਜੇਕਰ ਕੋਈ ਮਰਦਾ ਹੀ ਨਾ, ਕਿਸਾਨ ਖੁਦਕੁਸ਼ੀ ਕਰਦੇ ਹੀ ਨਾ? ਫਸਲਾਂ ਤੁਸੀਂ ਮਹਿੰਗੀਆਂ ਕਰਤੀਆਂ, ਬੀਜ ਸਾਰੇ ਤੁਸੀਂ ਮਹਿੰਗੇ ਕਰਤੇ ਆ, ਖਾਦਾ ਸਾਰਾ ਕੁਛ ਹੋ ਗਿਆ, ਜਿੱਧਰਲੇ ਪਾਸੇ ਖੇਤੀ ਕਰਨੀ ਹੈ ਉਧਰਲੇ ਪਾਸੇ ਕਰਾਈ ਨਹੀਂ ਜਾ ਰਹੀ। ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਵੀ ਹੁਣ ਆਪਾਂ ਗੱਲ ਕਰ ਲੈਂਦੇ ਨਾਲ ਲੱਗਦੀ 10 ਸਾਲ ਦਾ ਕਾਰਜਕਾਲ ਦਿਆ ਉਹਨਾਂ ਦਾ ਵੀ, 1,58,745 ਦੇ ਤਕਰੀਬਨ ਕਿਸਾਨਾਂ ਨੇ ਉਦੋਂ ਵੀ ਖੁਦਕੁਸ਼ੀ ਕੀਤੀ। ਅੰਕੜਾ ਵੇਖੋ ਹੁਣ ਕਿਸ ਤਰ੍ਹਾਂ ਬਦਲ ਗਿਆ। 1951 ਵਿਚ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਨੇ ਯੋਜਨਾਵਾਂ ਚਲਾਈਆਂ 5 ਸਾਲਾਂ ਯੋਜਨਾਵਾਂ। ਪਹਿਲੀ 5 ਸਾਲ ਯੋਜਨਾ 1951 ਤੋਂ 56 ਤੱਕ ਚੱਲੀ, ਉਹਦੇ ਵਿਚ ਇਹ ਗੱਲ ਉੱਠੀ ਕਿ ਅਸੀਂ ਕਿਸਾਨਾਂ ਦੀ ਆਮਦਨ ਨੂੰ ਠੀਕ ਕਰਨਾ, ਗਰੀਬੀ ਨੂੰ ਦੂਰ ਕਰਨਾ। 5 ਸਾਲਾਂ ਯੋਜਨਾ ਪਹਿਲੀ ਵਿਚ ਵੀ ਇਹੀ ਗੱਲ ਹੈ, ਇਤਿਹਾਸ ਦੱਸਦਾ, ਅੰਕੜੇ ਦੱਸਦੇ ਆ, ਦੂਜੀ ਵਿਚ ਵੀ ਇਹੀ ਹੈ, ਤੀਜੀ ਵਿਚ ਵੀ ਇਹੀ ਹੈ ਤੇ ਚੌਥੀ ਵਿਚ ਵੀ ਇਹੀ ਹੈ। ਤੇ ਜਿਹੜੀ ਗਰੀਬੀ ਨੂੰ ਖਤਮ ਕਰਨ ਦੀ ਗੱਲ ਹੈ, ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਹੈ, ਕਿਸਾਨੀ ਨੂੰ ਉੱਪਰ ਕਰਨ ਦੀ ਗੱਲ ਹੈ, ਮੈਨੂੰ ਲੱਗਦਾ 1 ਜਾਂ 2 ਯੋਜਨਾਵਾਂ ਨੂੰ ਛੱਡ ਕੇ ਹਰ ਇੱਕ ਦੇ ਵਿਚ ਇਹ ਗੱਲ ਕੀਤੀ ਜਾ ਰਹੀ ਹੈ। ਪਰ ਅੱਜ 21ਵੀਂ ਸਦੀ 2021 ਚੱਲ ਰਿਹਾ, ਇੱਥੇ ਅਜੇ ਤੱਕ ਖਤਮ ਹੋ ਗਿਆ? ਬੇਰੁਜ਼ਗਾਰੀ ਕਿੱਥੇ ਖਤਮ ਹੋ ਗਈ ਹੈ? ਕਿਹੜੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ? ਦੇਸ਼ ਦੇ ਵਿਕਾਸ ਦੀ ਗੱਲ ਤਾਂ ਹਰ ਕੋਈ ਕਹਿੰਦੇ ਕਰਨੀ ਆ, ਟੀਚਾ ਰੱਖਿਆ ਜਾਂਦਾ ਹਰ ਸਾਲ ਪੂਰਾ ਹੁੰਦਾ ਨੀ। 2,88,000 ਕਿਸਾਨਾਂ ਦੀ ਖੁਦਕੁਸ਼ੀ ਪਿਛਲੇ 20 ਸਾਲਾਂ ਦੌਰਾਨ ਹੋ ਚੁੱਕੀ ਹੈ, ਅਜੇ ਤੱਕ ਕਿਸੇ ਦਾ ਧਿਆਨ ਨਹੀਂ ਜਾਂਦਾ ਪਿਆ ਉਧਰਲੇ ਪਾਸੇ? ਅਜੇ ਤੱਕ ਵੀ ਕੀ ਕਿੰਨੇ ਹੋਰ ਘਰ ਦੇਖਦੇ ਆ ਬਰਬਾਦ ਹੋਊਗੇ? ਚਲੋ ਦਿੱਲੀ ਵਿਚ ਆਪਾਂ ਗੱਲ ਕਰਦੇ ਹਾਂ, ਹੁਣ ਦਿੱਲੀ ਵਿਚ ਕਿਸ ਤਰ੍ਹਾਂ ਸ਼ਹਾਦਤਾਂ ਹੋ ਰਹੀਆਂ, ਕਿੰਨੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਆ। 160 ਦੇ ਤਕਰੀਬਨ ਤਾਂ ਅੰਕੜਾ ਮੈਨੂੰ ਲੱਗਦਾ ਹੋ ਚੁੱਕਿਆ ਨਾ ਸੁਖਨੈਬ ਜੀ, ਹੁਣ 160 ਦੇ ਜੀ ਹੁਣ ਵੱਧ ਹੀ ਹੋਣੇ ਆ, ਤੇ ਉਹਨਾਂ ਪਰਿਵਾਰਾਂ ਨੂੰ ਪਿੱਛੇ ਕੌਣ ਸਾਂਭੇਗਾ? 20 ਸਾਲਾਂ ਵਿਚ 7,300 ਤੋਂ ਵੱਧ ਮੈਨੂੰ ਲੱਗਦਾ ਦਿਨ ਹੋਣਗੇ ਇਹਦੇ ਵਿਚ। ਰੋਜ਼ਾਨਾ ਦੇ ਹਿਸਾਬ ਨਾਲ ਗੱਲ ਕਰੀਏ ਤੇ 40 ਦੇ ਕਰੀਬ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਆ, ਇੱਕ ਦਿਨ ਵਿਚ 40 ਖੁਦਕੁਸ਼ੀਆਂ ਹੋ ਰਹੀਆਂ ਤੇ ਅੱਖਾਂ ਸਾਰਿਆਂ ਦੀਆਂ ਬੰਦ ਹੈ। ਇਹਦੇ ਵੱਲ ਮਸਲੇ ਦਾ ਕਿਉਂ ਨਹੀਂ ਵੱਲ ਦੇਖਿਆ ਜਾ ਰਿਹਾ? ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਹੁਣ ਇਹ ਹਾਲਾਤ ਕਿਉਂ ਪੈਦਾ ਹੋਏ? ਕਿਉਂਕਿ ਕੋਈ ਵੀ ਸਾਰ ਨਹੀਂ ਲੈ ਰਿਹਾ। ਇੱਕ ਗੱਲ ਬੜੀ ਮਸ਼ਹੂਰ ਹੋਈ ਸੀ ਪਿਛਲੇ ਜੇ ਕਿ ਪੰਜਾਬ ਦੇ ਵਿਚ ਬਹੁਤ ਸਾਰੇ ਜ਼ਿਮੀਦਾਰ ਪਰਿਵਾਰ ਏਦਾਂ ਦੇ ਆ ਜਿਹੜੇ ਆਪਣੇ ਜੀ ਧੀਆਂ ਪੁੱਤਾਂ ਦੇ ਵਿਆਹ ਠੋਕ ਵਜਾ ਕੇ ਕਰਦੇ ਆ, ਕਰਜ਼ਾ ਲੈ ਲੈਂਦੇ ਆ, ਪੈਸਾ ਉਤਰਦਾ ਨਹੀਂ, ਤੇ ਇਹ ਵੀ ਕਹਿੰਦੇ ਕਾਰਨ ਹੋ ਸਕਦਾ। ਕਈ ਜਗ੍ਹਾ ਤੋਂ ਖਬਰਾਂ ਵੀ ਆਈਆਂ, ਚਲੋ ਹੋ ਵੀ ਸਕਦਾ, ਪਰ ਬਹੁਤ ਸਾਰੇ ਇਲਾਕਿਆਂ ਵਿਚ, ਬਹੁਤ ਸਾਰੇ ਸੂਬਿਆਂ ਵਿਚ ਇਸ ਗੱਲ ਦੀ ਗੱਲਾਂ ਨਹੀਂ ਨਾ, ਬਿਹਾਰ ਵਾਲੇ ਪਾਸੇ ਤੇ ਇਹ ਗੱਲਾਂ ਨਹੀਂ ਗਿਆ, ਯੂਪੀ ਵਾਲੇ ਪਾਸੇ ਨਹੀਂ ਗਿਆ, ਮੱਧ ਪ੍ਰਦੇਸ਼ ਚ ਇਹ ਗੱਲਾਂ ਨਹੀਂ ਆਉਂਦੀਆਂ ਸਾਹਮਣੇ।
ਉਧਰ ਵੀ ਤਾਂ ਫਿਰ ਕਿਸਾਨ ਖੁਦਕੁਸ਼ੀਆਂ ਕਰ ਰਹੇ, ਉਧਰਲੇ ਪਾਸੇ ਕੀ ਕਾਰਨ ਹੋ ਸਕਦਾ? ਕਿਉਂਕਿ ਗੱਲਾਂ ਨੂੰ ਤਾਂ ਅਸੀਂ ਜੋ ਮਰਜ਼ੀ ਆਲੇ ਟਾਲੇ ਕਰੀ ਜਾਈਏ, ਸਰਕਾਰਾਂ ਨੇ ਕਦੀ ਇਹ ਦੱਸਿਆ ਕਿਉਂ ਨੀ ਕਿ ਉਹ ਕਿਉਂ ਇਸ ਕਰਕੇ ਨੀ ਦੱਸਿਆ, ਕੋਈ ਨਾਲ ਖੜਨਾ ਨੀ ਚਾਹੁੰਦਾ, ਨੁਕਸਾਨ ਹੁੰਦਾ। 26 ਜਨਵਰੀ ਦੀ ਘਟਨਾ ਵੱਲ ਧਿਆਨ ਜਾਂਦਾ, ਸਾਰੇ ਪਾਸੇ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਜਿਸ ਤਰ੍ਹਾਂ ਕੀਤੀ ਗਈ ਹੈ, ਇਹ ਚੀਜ਼ਾਂ ਕਿਉਂ ਨੀ ਦਿਖਾਈਆਂ ਜਾਂਦੀਆਂ? ਅਸੀਂ ਦੇਖ ਸਕਦੇ ਹਾਂ ਕਿ ਅੰਕੜੇ ਤਾਂ ਸਾਡੇ ਕੋਲ ਆ ਨਾ, ਭਾਰਤ ਦੀ ਅੰਕੜੇ ਪੇਸ਼ ਕਰਨ ਵਾਲੀ ਟੀਮ ਜਿਹੜੀ ਆ ਉਹ ਹਰ ਸਾਲ ਇੱਕ ਬੁਕਲੇਟ ਤਿਆਰ ਕਰਦੀ ਆ, ਉਹਦੇ ਵਿੱਚ ਕ੍ਰਾਈਮ ਦੀ ਹਰ ਚੀਜ਼ ਲਿਖੀ ਹੁੰਦੀ ਆ। ਮੈਨੂੰ ਨੀ ਪਤਾ ਕਿੰਨੇ ਲੋਕਾਂ ਨੇ ਉਹਨੂੰ ਦੇਖਿਆ ਹੋਊਗਾ ਜਾਂ ਨਹੀਂ ਦੇਖਿਆ ਹੋਊਗਾ, ਪਰ ਉਹਦੇ ਵਿੱਚ ਕੱਲੀ ਕੱਲੀ ਚੀਜ਼ ਦਾ ਅੰਕੜਾ। ਹੁਣ ਇਹ ਹੁੰਦਾ ਕਿਉਂ ਸਾਰਾ ਕੁਝ? ਇਹ ਹੁੰਦਾ ਕਾਰਪੋਰੇਟ ਘਰਾਣਿਆਂ ਨੂੰ ਮਦਦ ਦੇਣ ਦੇ ਲਈ। ਦੇਸ਼ ਦੀਆਂ ਹੁਣ ਇੱਕ ਨਾਲ ਲੱਗਦੀ, ਇੱਕ ਦੋ ਮਿੰਟ ਆਪਾਂ ਗੱਲ ਤੇ ਹੋਰ ਕਰਦੇ ਹਾਂ। ਹੁਣ ਦੇਖੋ, ਦੇਸ਼ ਦੀਆਂ ਕਈ ਅਜਿਹੀਆਂ ਬੈਂਕਾਂ ਜਿਹੜੀਆਂ ਖੋਖਲੀਆਂ ਹੋ ਗਈਆਂ, ਬਹੁਤ ਸਾਰੀਆਂ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਹੁਣ ਤਿਆਰੀ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਆਉਣ ਵਾਲੇ ਇੱਕ ਦੋ ਮਹੀਨੇ ਵਿੱਚ 2-3 ਬੈਂਕਾਂ ਨੂੰ ਪ੍ਰਾਈਵੇਟ ਕਰ ਦੇਣਾ। ਹੁਣ ਬੀਤੇ 6 ਸਾਲਾਂ ਵਿੱਚ 7.5 ਲੱਖ ਕਰੋੜ ਰੁਪਏ ਬੈਂਕਾਂ ਵਿੱਚ ਦਿੱਤੇ ਗਏ ਆ, ਉਹਨਾਂ ਤੋਂ ਲਏ ਵੀ ਗਏ ਆ, ਕਿਹੜੇ ਜਿਹੜੇ ਕਰਜ਼ਾ ਦਿੱਤਾ ਕਰਜ਼ੇ ਤੌਰ ਤੇ ਦਿੱਤੇ ਗਏ ਨੂੰ ਆ, ਇਹ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਗਏ। ਇਹਨਾਂ ਨੂੰ ਰਾਈਟ ਆਫ ਵੀ ਕਰ ਦਿੱਤਾ ਗਿਆ, ਕਿਸੇ ਪਾਸੇ ਰਿਕਾਰਡ ਹੀ ਹੈ ਨੀ ਗਾ। ਚਲੋ ਇਹ ਤਾਂ ਮੈਂ ਹੁਣ ਜਿਆਦਾ ਲੰਬੀ ਗੱਲ ਕਰ ਗਿਆ, ਇਹ ਆਪਾਂ ਤਾਂ ਮਾਰਚ ਮਹੀਨੇ ਤੋਂ ਹੀ ਗੱਲ ਕਰ ਲੈਂਦੇ ਹਾਂ। ਮਾਰਚ ਮਹੀਨੇ ਪਿਛਲੇ ਤੋਂ ਲੈ ਕੇ ਹੁਣ ਤੱਕ 68,949 ਕਰੋੜ ਦੇ ਤਕਰੀਬਨ ਕਾਰਪੋਰੇਟ ਦੇਸ਼ ਦੇ ਜਿਹੜੇ 100 ਆ ਉਹਨਾਂ ਨੂੰ ਕਰਜ਼ਾ ਦਿੱਤਾ ਗਿਆ। ਉਹਨਾਂ ਨੂੰ ਕਰਜ਼ਾ ਦਿੱਤਾ ਜਾਂਦਾ ਜਿਹੜੇ ਗਰੀਬ ਕਿਸਾਨ ਨੇ, ਜਿਹੜੇ ਆਪਣੀ ਖੇਤੀ ਦੇ ਉੱਪਰ ਕਰਜ਼ਾ ਲੈਣਾ ਚਾਹੁੰਦੇ ਨੇ, ਉਸੇ ਵੇਲੇ ਤਾਂ ਫਿਰ ਸਾਡੇ ਸਕੀਮਾਂ ਸਾਹਮਣੇ ਆ ਜਾਂਦੀਆਂ। ਇਹਦੇ ਵਿੱਚ ਮਹਿੂਲ ਚੌਕਸੀ ਦਾ ਨਾਮ ਵੀ ਆਉਂਦਾ ਸਭ ਤੋਂ ਪਹਿਲਾਂ। ਅੱਜ ਕੱਲ ਪਤਾ ਬੰਦਾ ਕਿਹੜੇ ਦੇਸ਼ ਬੈਠਾ, ਗਹਿਣਿਆਂ ਦਾ ਵਪਾਰੀ ਹੈ ਨਾ, 5,000 ਕਰੋੜ ਤੋਂ ਵੱਧ ਦਾ ਕਰਜ਼ਾ ਲਿਆ, ਅਜੇ ਤੱਕ ਨੀ ਦਿੱਤਾ। ਸਰਕਾਰ ਕਹਿ ਰਹੀ ਹੈ ਅਸੀਂ ਸੰਪਤੀ ਸੀਲ ਕਰ ਲਈ ਹੈ ਉਹਨਾਂ ਦੀ। ਸੰਪਤੀ ਸੀਲ ਕਰਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ, ਇੱਥੇ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਆ। ਹੁਣ ਉਹਦੀਆਂ ਇੱਕ ਗੱਡੀ ਸੀਲ ਕਰ ਲਈ ਆ, ਇੱਕ ਬੰਗਲਾ ਸੀਲ ਕਰ ਲਿਆ ਬੰਬੇ ਵਾਲਾ, ਉਹਦੀਆਂ ਥੋੜੇ ਗਹਿਣੇ ਗੱਟੇ ਵੀ ਕਰ ਲਿਆ। ਸੁਖਨੈਬ ਜੀ, ਉਹਦੀ ਕੀਮਤ ਬਣਦੀ ਹੋਊਗੀ ਵੱਧ ਤੋਂ ਵੱਧ 15-16 ਕਰੋੜ ਰੁਪਏ ਜੋ ਸਰਕਾਰੀ ਤੌਰ ਤੇ ਲਗਾਈ ਗਈ ਆ। ਤੇ ਕਰਜ਼ਾ ਕਿੰਨਾ ਲਿਆ? 5,000 ਕਰੋੜ ਦਾ। ਬਾਕੀ ਪੈਸੇ ਕਿੱਥੇ ਗਏ? ਬਾਸਮਤੀ ਦੇ ਚੌਲਾਂ ਦਾ ਇੱਕ ਘਪਲਾ ਆਇਆ ਸੀ, 2,079 ਕਰੋੜ ਦਾ ਘਪਲਾ ਸੀ, ਉਹ ਵੀ ਰਾਈਟ ਆਫ ਕਰ ਦਿੱਤਾ ਗਿਆ, ਉਹਨੂੰ ਵੀ ਪਰੇ ਕਰ ਦਿੱਤਾ ਗਿਆ। ਇੱਕ ਵਿਨਸਮ ਗਰੁੱਪ ਦਾ ਘਪਲਾ ਬਹੁਤ ਸਾਰਾ ਬਹੁਤ ਫੇਮਸ ਹੋਇਆ, ਗੁਜਰਾਤ ਵਾਲੇ ਪਾਸੇ ਦਾ ਬੰਦਾ ਆਇਆ ਉਹ ਜਿਹਨੇ ਸਾਰਾ ਕੁਝ ਕੀਤਾ, 3,098 ਕਰੋੜ ਦਾ ਬੰਦਾ ਕੱਲਾ ਹੀ ਘਪਲਾ ਕਰ ਗਿਆ, ਉਹ ਵੀ ਸਕੇਅਰ ਆਫ ਕਰ ਦਿੱਤਾ, ਰਾਈਟ ਆਫ ਕਰਤਾ। ਉਹ ਵਿਜੇ ਮਾਲੀਆ ਦਾ ਨਾਂ ਕਿਹਨੂੰ ਨੀ ਕੀਤਾ? ਕਿੰਗਫਿਸ਼ਰ। ਹੁਣ ਇਸ ਤਰ੍ਹਾਂ ਦੇ ਘਪਲੇ ਹੋਏ ਆ, ਇਹਨਾਂ ਦੇ ਸਾਰਿਆਂ ਦੇ ਰਾਈਟ ਆਫ ਕਰ ਦਿੱਤੇ ਗਏ। ਜਦੋਂ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਕੀਤੀ ਜਾਂਦੀ ਹੈ, ਦੂਸਰੇ ਪਾਸੇ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਦੋਂ ਕਿਉਂ ਨੀ ਕੋਈ ਬੋਲਦਾ? ਸੋ ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹੌਲੀ ਹੌਲੀ ਉੱਠਣੀਆਂ ਸ਼ੁਰੂ ਆ। ਹੁਣ ਇਹ ਤਰੀਕੇ ਆ ਸਰਕਾਰਾਂ ਦੇ, ਪਰ ਇਸ ਹੁਣ ਕਿਸਾਨਾਂ ਨੂੰ ਤੇ ਉਹਨਾਂ ਦੇ ਪਿੱਛੇ ਲੰਬੇ ਸਮੇਂ ਤੋਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਨੂੰ ਹੁਣ ਦੇਖਣਾ ਚਾਹੀਦਾ, ਇਸੇ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਹੁਣ ਪਰਿਵਾਰ ਉੱਜੜਦੇ ਆਏ ਆ ਇਸੇ ਤਰ੍ਹਾਂ ਹੀ ਹੋਰ ਉੱਜੜਦੇ ਰਹਿਣ। ਜੀ, ਰਾਜਨਾਥ ਸਿੰਘ ਹੋਰ ਅੱਜ ਲੋਕ ਸਭਾ ਚ ਬੋਲੇ ਜੀ ਕੁਛ? ਰਾਜਨਾਥ ਸਿੰਘ ਹੁਣ ਵੀ ਅੱਜ ਬੋਲੇ ਆ, ਉਹਨਾਂ ਨੇ ਵੀ ਹੁਣ ਆਪਣਾ ਬਿਆਨ ਵੀ ਦੇਣਾ, ਕਿਉਂਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਹੁਣੀ ਵੀ ਬੋਲਦੇ ਆ ਤੇ ਇਹਨਾਂ ਨੂੰ ਵੀ ਹੁਣ ਰੱਖਿਆ ਮੰਤਰੀ ਦੇ ਤੌਰ ਤੇ ਨੇ ਤੇ ਗੱਲਾਂ ਬਾਤਾਂ ਕਰਨੀਆਂ ਪੈਣੀਆਂ। ਚਲੋ ਵਧੀਆ ਗੱਲਾਂ ਕੀਤੀਆਂ, ਕਿਉਂਕਿ ਦੇਸ਼ ਦੀ ਰੱਖਿਆ ਸਭ ਤੋਂ ਜ਼ਰੂਰੀ ਹੈ। ਬਾਰਡਰਾਂ ਦੇ ਉੱਪਰ ਸਾਡੇ ਜਵਾਨ ਵੀ ਹਰ ਵੇਲੇ ਰਹਿੰਦੇ ਕਾਇਮ ਰਹਿੰਦੇ ਆ ਤੇ ਜਾਂ ਫਿਰ ਲੱਗੇ ਰਹਿੰਦੇ ਨਾ ਕਿ ਸਾਡੇ ਦੇਸ਼ ਵੱਲ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਪਰ ਹੁਣ ਕਹਿੰਦੇ ਪਾਕਿਸਤਾਨ ਵਾਲੇ ਪਾਸਿਓ ਬਹੁਤ ਸਾਰੀਆਂ ਅਜਿਹੀਆਂ ਹਰਕਤਾਵਾਂ ਹੋਈਆਂ ਜਿਨ੍ਹਾਂ ਨੂੰ ਕੰਟਰੋਲ ਕੀਤਾ, ਹਾਲਾਂਕਿ ਕਈ ਜਗ੍ਹਾ ਦੇ ਉੱਪਰ ਸੀਜ਼ ਫਾਇਰ ਦਾ ਉਲੰਘਣ ਹੋਇਆ, ਕਈ ਲੋਕ ਜ਼ਖਮੀ ਵੀ ਹੋਏ ਆ। ਭਾਰਤੀ ਫੌਜ ਦੀ ਉਹਨਾਂ ਨੇ ਚੰਗੀ ਸ਼ਲਾਘਾ ਕੀਤੀ ਆ ਕਿ ਚੰਗਾ ਕਦਮ ਹੈ, ਆਉਣ ਵਾਲੇ ਦਿਨਾਂ ਦੇ ਦੌਰਾਨ ਭਾਰਤ ਦੀ ਫੌਜ ਦੀ ਤਾਕਤ ਵਧਾਈ ਜਾਊਗੀ। ਹੁਣ ਤਾਕਤ ਵਧਾਉਣ ਦੀ ਗੱਲ ਕਹੀ ਹੈ, ਠੀਕ ਹੈ, ਬਜਟ ਦੇ ਵਿੱਚ ਇਹਨਾਂ ਨੇ ਐਸੀ ਕਿੰਨਾ ਕੁ ਬਜਟ ਰੱਖਿਆ ਦੇ ਉੱਪਰ ਖਰਚਿਆ, ਗੱਲ ਇਹ ਪੈਦਾ ਹੁੰਦੀ ਹੈ। ਅਸੀਂ ਰਾਫੇਲ ਜਹਾਜ਼ ਦੀ ਗੱਲ ਕਰਦੇ ਹਾਂ, ਹੁਣ ਤੱਕ 11 ਰਾਫੇਲ ਜਹਾਜ਼ ਆ ਚੁੱਕੇ ਨੇ ਤੇ ਕਹਿੰਦੇ ਕਿ ਅਪ੍ਰੈਲ ਮਹੀਨੇ ਤੱਕ ਹੋਰ ਹੋ ਸਕਦਾ ਕਿ ਆ ਜਾਣ। ਪਰ ਮਸਲਾ ਹੁਣ ਇੱਥੇ ਰਾਜਨਾਥ ਸਿੰਘ ਨੇ ਜੋ ਇਹ ਚੱਕਿਆ ਸੁਰੱਖਿਆ ਦਾ, ਇਹ ਸਹੀ ਹੈ, ਚੰਗੀ ਗੱਲ ਹੈ, ਹਰ ਇੱਕ ਦੇਸ਼ ਨੂੰ ਚੱਕਣਾ ਚਾਹੀਦਾ, ਕਿਉਂਕਿ ਜਿਹੜਾ ਦੇਸ਼ ਆਪਣੇ ਦੇਸ਼ ਦੀ ਫੌਜ ਪੁਲਿਸ ਜਾਂ ਫਿਰ ਸੁਰੱਖਿਆ ਦੇ ਉੱਪਰ ਪੈਸੇ ਖਰਚ ਕਰਦਾ, ਬਜਟ ਵਿੱਚ ਇੱਕ ਹਿੱਸਾ ਰੱਖਦਾ, ਉਹ ਚੰਗਾ ਹੁੰਦਾ। ਪਰ ਹੁਣ ਸਵਾਲ ਇਹ ਹੈ ਕਿ ਇਹ ਰੱਖਿਆ ਬਜਟ ਜਿਹੜਾ ਇਹ ਚੁਣੌਤੀਆਂ ਤੇ ਖਰਾ ਉਤਰੂਗਾ ਜਾਂ ਫਿਰ ਨਹੀਂ ਖਰਾ ਉਤਰੂਗਾ, ਕਿਉਂਕਿ ਜਿੰਨਾ ਕੁ ਇਹਨਾਂ ਨੇ ਐਸੀ ਬਜਟ ਰੱਖਿਆ ਇਹਦੇ ਉੱਪਰ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਉਹ ਇਸ ਕਰਕੇ ਕਿਉਂਕਿ 1,35,000 ਕਰੋੜ ਦੇ ਤਕਰੀਬਨ ਬਜਟ ਰੱਖਿਆ, ਪਰ ਉਹਦੇ ਵਿੱਚ 10 ਕਰੋੜ ਹੀ ਸਿਰਫ ਨਵਾਂ ਪਾਇਆ ਜੋ ਦੱਸਿਆ ਜਾ ਰਿਹਾ।
ਬਹੁਤਾ ਨਹੀਂ ਖਰਚਿਆ, ਜੋ ਪੁਰਾਣੇ ਖਰਚੇ ਸੀ ਉਸੇ ਤਰ੍ਹਾਂ ਚੱਕਿਆ। ਪਰ ਇਹਨੂੰ ਲੈ ਕੇ ਨਾ ਹੁਣ ਇੱਕ ਹੋਰ ਜਿਹੜੀ ਗੱਲ ਇਹ ਸਾਹਮਣੇ ਆਈ ਆ ਕਿ ਇੱਕ ਵਾਰੀ 2020 ਵਿੱਚ ਲਦਾਖ ਵਿੱਚ ਕੁਛ ਘੁਸਪੈਠ ਹੋਈ ਸੀ ਤੇ ਉਸ ਵੇਲੇ ਹਲਚਲ ਮੱਚ ਗਈ ਸਾਡੇ ਵਾਲੇ ਪਾਸੇ ਰਾਜਨੀਤੀ ਵਿੱਚ, ਤੇ ਐਟ ਏ ਟਾਈਮ ਦੇ ਉੱਪਰ 20,776 ਕਰੋੜ ਰੁਪਏ ਦਾ ਬਜਟ ਉਸੇ ਦਿਨ ਹੀ ਦੁਬਾਰਾ ਫਿਰ ਰੱਖਿਆ ਗਿਆ ਕਿ ਸੁਰੱਖਿਆ ਦੇ ਉੱਪਰ ਸਾਡਾ ਬਜਟ ਸਾਡੇ ਕੋਲ ਵਾਧੂ ਪਿਆ ਹੋਣਾ ਚਾਹੀਦਾ। ਕਿ ਉਹ ਬਜਟ ਹੁਣ ਰਾਜਨਾਥ ਸਿੰਘ ਹੁਣਾਂ ਜਿਹੜੀ ਗੱਲ ਕੀਤੀ ਆ ਤੇ ਇਹ ਕਿਤੇ ਇਹ ਤਾਂ ਨਹੀਂ ਕਿ ਬਜਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ? ਮੈਨੂੰ ਲੱਗਦਾ ਨਿੱਜੀ ਤੌਰ ਤੇ ਕਿ ਇਹ ਇੱਕ ਤਰ੍ਹਾਂ ਨਾਲ ਸੰਕੇਤ ਆ, ਪਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਇਹ ਜ਼ਰੂਰ ਕਿਹਾ ਕਿ ਸਾਡੀ ਤਾਕਤ ਵਧੂਗੀ, ਹਵਾਈ ਵੀ, ਪਾਣੀ ਵਿੱਚ ਵੀ ਤੇ ਫੌਜ ਦੀ ਵੀ ਤਾਕਤ ਵਧਾਊਗੀ, ਤੇ ਹੋਰ ਕੁਛ ਹੈਲੀਕਾਪਟਰ ਜਹਾਜ਼ ਵੀ ਖਰੀਦਣ ਦੀ ਗੱਲ ਚੱਲ ਰਹੀ ਆ ਜੀ। ਤੇ ਫਿਲਮੀ ਹਸਤੀਆਂ ਦੇ ਜਿਹੜੇ ਟਵੀਟ ਹੋਏ ਨੇ ਉਹਦੀ ਜਾਂਚ ਕਰਾਉਣ ਦੀ ਮੰਗ ਵੀ ਚੱਲ ਪਈ ਜੀ? ਇਹ ਮੰਗ ਉੱਠਣੀ ਸੀ ਲੱਗ ਰਿਹਾ, ਕਿਉਂਕਿ ਜਿਸ ਤਰ੍ਹਾਂ ਬਹੁਤ ਸਾਰੇ ਟਵੀਟ ਹੋਏ ਆ ਉਹ ਇੱਕ ਹੀ ਭਾਸ਼ਾ ਮਿਲਦੇ ਜੁਲਦੇ ਜੇ ਆ, ਉਤੋਂ ਇਹ ਬਹੁਤ ਸਾਰੇ ਲੋਕਾਂ ਨੇ ਨਾ ਸਕਰੀਨਸ਼ਾਟ ਲੈ ਕੇ ਗ੍ਰਹਿ ਮੰਤਰੀ ਹੁਣਾਂ ਨੂੰ ਦੱਸਿਆ ਜਾ ਰਿਹਾ ਕਿ ਭੇਜੇ ਆ ਭਾਈ ਆ ਦੇਖੋ ਕਿ ਆਹ ਸਾਰੀਆਂ ਚੀਜ਼ਾਂ ਮਿਲਦੀਆਂ ਜੁਲਦੀਆਂ ਆ, ਇਹਦੇ ਵਿੱਚ ਤਾਂ ਲੈਣਾ ਵੀ ਨਹੀਂ ਚੇਂਜ। ਇੱਥੋਂ ਤੱਕ ਕਿ ਜਨਾਬ ਜੀ 3 ਫਿਲਮੀ ਹਸਤੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਟੈਗ ਇੱਕੋ ਆ, ਜਿਨ੍ਹਾਂ ਦਾ ਟਵੀਟ ਇੱਕ ਆ ਤੇ ਗੱਲ ਇੱਕ ਆ, ਪਰ ਬੰਦੇ ਵੱਖ ਵੱਖ ਆ। ਹੁਣ ਜਿੱਦਾਂ ਮਰਜ਼ੀ ਹੋ ਜੇ, ਮੈਂ ਤੁਹਾਡੀ ਸੋਚ ਨਾਲ ਨਹੀਂ ਰਲ ਸਕਦਾ, ਤੁਸੀਂ ਮੇਰੀ ਸੋਚ ਨਾਲ ਨਹੀਂ ਰਲ ਸਕਦੇ ਲਿਖਣ ਦੇ ਮਾਮਲੇ ਵਿੱਚ। ਹੁਣ ਤੁਹਾਡੀ ਸ਼ਬਦਾਵਲੀ ਹੋਰ ਹੋਊਗੀ, ਮੇਰਾ ਇੱਕ ਅੱਧਾ ਸ਼ਬਦ ਵਿੱਚ ਹੋਰ ਹੋ ਸਕਦਾ, ਦੋਨੇ ਬੰਦੇ ਇੱਕ ਟਾਈਮ ਤੇ ਇੱਕੋ ਜਿਹਾ ਨਹੀਂ ਸੋਚ ਸਕਦੇ ਕਿਉਂਕਿ ਇਹ ਲਾਅ ਆਫ ਨੇਚਰ ਆ। ਤੇ ਹੁਣ ਇਸ ਤਰ੍ਹਾਂ ਇਹਨਾਂ ਨੇ ਜੋ ਟਵੀਟ ਕੀਤੇ ਆ ਉਹਨੂੰ ਲੈ ਕੇ ਮਹਾਰਾਸ਼ਟਰ ਵਾਲੇ ਪਾਸਿਓਂ ਇਹ ਮੰਗ ਉੱਠਣੀ ਸ਼ੁਰੂ ਹੋ ਗਈ ਕਿ ਇਹਨਾਂ ਦੀ ਜਾਂਚ ਕਰਾਈ ਜਾਵੇ। ਇਹਦੇ ਵਿੱਚ ਖਿਡਾਰੀਆਂ ਦੇ ਨਾਮ ਵੀ ਆ, ਬਹੁਤ ਸੀਨੀਅਰ ਸਾਡੇ ਗਾਇਕ ਨੇ ਉਹਨਾਂ ਦਾ ਨਾਮ ਵੀ ਆ, ਲਤਾ ਮੰਗੇਸ਼ਕਰ ਹੁਣਾਂ ਦਾ, ਵਿਰਾਟ ਕੋਹਲੀ ਦਾ ਨਾਮ ਵੀ ਆ, ਸਚਿਨ ਤੇਂਦੁਲਕਰ ਦਾ ਨਾਮ ਵੀ ਆ, ਕਿਉਂਕਿ ਸਚਿਨ ਤੇਂਦੁਲਕਰ ਦੇ ਹੁਣਾਂ ਨੇ ਨਾਮ ਨੂੰ ਲੈ ਕੇ ਤਾਂ ਅੱਜ ਕੁਝ ਲੋਕਾਂ ਨੇ ਸਾਡੇ ਇੱਕ ਟੈਨਿਸ ਸਟਾਰ ਆ ਮਾਰੀਆ ਸ਼ਾਰਾਪੋਵਾ ਉਹਦੇ ਕੋਲੋਂ ਮਾਫ਼ੀ ਵੀ ਮੰਗੀ ਆ, ਕਿਉਂਕਿ ਮਾਮਲਾ ਉਹ ਵੀ ਉੱਠਦਾ ਜਾ ਰਿਹਾ ਕਿਉਂਕਿ ਕਹਿੰਦੇ ਅਸੀਂ ਜਿਸ ਤਰ੍ਹਾਂ ਸੋਚਿਆ ਸੀ ਕਿ ਇਹ ਬੰਦੇ ਨੇ ਉਸ ਤਰ੍ਹਾਂ ਦੇ ਇਹ ਹੈ ਨਹੀਂ। ਇਸ ਕਰਕੇ ਹੁਣ ਇਹਨਾਂ ਦੇ ਉੱਪਰ ਵੀ ਸੁਨੈਬ ਜੀ ਜਿਸ ਤਰ੍ਹਾਂ ਹੁਣ ਸਵਾਲ ਉੱਠਣੇ ਸ਼ੁਰੂ ਹੋਏ ਆ, ਲੋਕਾਂ ਦੇ ਵਿੱਚ ਰੋਸ ਹੈ, ਗੁੱਸਾ ਹੈ। ਤੁਸੀਂ ਦੇਖੋ ਇੱਕਦਮ ਹੀ ਟਵਿੱਟਰ ਦੇ ਉੱਪਰ ਟਵੀਟਾਂ ਦਾ ਹੜ ਆ ਗਿਆ ਜਦੋਂ ਇਹਨਾਂ ਨੇ ਕੀਤਾ ਇਹ ਸਾਰਾ ਕੁਛ ਇੱਕ ਹੀ ਦਿਨ ਦੇ ਵਿੱਚ, ਜਾਂ ਤਾਂ ਦਿਨ ਵੀ ਉੱਪਰ ਥੱਲੇ ਹੁੰਦੇ। ਇੱਥੋਂ ਵੀ ਸਿੱਧਾ ਇਹੀ ਲੱਗਦਾ ਨਾ ਸਾਨੂੰ ਜਦੋਂ ਕਹਿੰਦੇ ਹੁੰਦੇ ਸੀ ਭਾਈ ਉਹ ਬੰਦਾ ਜਿਹੜਾ ਜਾਂਦਾ ਨਾ ਇਹਨੂੰ ਤੁਸੀਂ ਫੜਨਾ ਆ, ਇਹਦੇ ਪਿੱਛੇ 6-7 ਬੰਦੇ ਇਕੱਠੇ ਦੌੜਨੇ ਚਾਹੀਦੇ, ਉਹ ਕੱਲਾ ਜਿਹੜਾ ਅੱਗੇ ਦੌੜਾ ਹੁੰਦਾ ਉਹਨੂੰ ਸਾਹ ਚੜ੍ਹ ਜਾਂਦਾ, ਪਿੱਛੇ 6-7 ਜਣੇ ਇਕੱਠੇ ਜਾ ਕੇ ਫੜ ਲੈਂਦੇ ਆ। ਹੁਣ ਟਵੀਟ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਹੋਇਆ, ਤੁਸੀਂ ਆਹ ਟਵੀਟ ਆ ਬਸ ਕਰਦੇ ਰਹਿਣਾ। ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਸੰਸਥਾਵਾਂ ਇਸ ਵੇਲੇ ਹੈਗੀਆਂ ਆ ਜੋ ਇਹ ਕੰਮ ਕਰਦੀਆਂ, ਇੱਕ ਟਵੀਟ ਦੇ ਉੱਪਰ ਰੀਟਵੀਟ ਕਰਨ ਦਾ ਕੰਮ ਕਰਦੀਆਂ। ਇਹ ਬਹੁਤ ਸਾਰੀਆਂ ਹਰ ਜ਼ਿਲ੍ਹੇ ਦੇ ਵਿੱਚ ਇਹ ਮੌਜੂਦ ਹੈ, ਕੰਪਨੀਆਂ ਖੋਲ ਕੇ ਬੈਠੀਆਂ, ਇਹਦੇ ਖਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੋ ਅਜੇ ਤੱਕ ਨਹੀਂ ਹੋ ਰਹੀ। ਪ੍ਰਾਈਵੇਟ ਕੰਪਨੀਆਂ ਇਹੀ ਕੰਮ ਕਰਦੀਆਂ ਕਿ ਜੋ ਪੋਜ਼ਿਟਿਵ ਕਮੈਂਟ ਨੇ ਉਹਨਾਂ ਨੂੰ ਰੱਖਿਆ ਜਾਵੇ ਜਾਂ ਆਪ ਕੀਤਾ ਜਾਵੇ, ਜਾਂ ਫਿਰ ਉਹਦੇ ਉੱਪਰ ਨੈਗੇਟਿਵ ਕਮੈਂਟ ਕਰਕੇ ਉਹਨਾਂ ਦੀ ਪਹਿਚਾਣ ਜਿਹੜੀ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਹੁਣ ਮਹਾਰਾਸ਼ਟਰ ਵਾਲੇ ਪਾਸਿਓਂ ਕਹਿੰਦੇ ਆ ਕਿ ਇਹਨਾਂ ਸਾਰੀਆਂ ਹਸਤੀਆਂ ਦੇ ਟਵਿੱਟਰਾਂ ਦੀ ਜਾਂਚ ਕੀਤੀ ਜਾਊਗੀ। ਸੋ ਦੇਖਦੇ ਹਾਂ ਹੁੰਦੀ ਆ ਜਾਂ ਨਹੀਂ ਜਾਂਚ, ਕਿਉਂਕਿ ਅਨਿਲ ਦੇਸ਼ਮੁਖ ਉਹਨਾਂ ਨੇ ਇਹ ਕਿਹਾ ਆ ਕਿ ਜਾਂਚ ਹੋਣੀ ਚਾਹੀਦੀ ਆ ਜੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੋਟ ਪਾਉਣ ਤੋਂ ਪਹਿਲਾਂ ਬੱਚਿਆਂ ਦਾ ਭਵਿੱਖ ਜ਼ਰੂਰ ਦੇਖਿਓ, ਇਹ ਨਾਲ ਜੋਤਸ਼ੀ ਵੀ ਬੁਲਾ ਕੇ ਲੈ ਜਾਂਦੇ ਜੀ ਉੱਥੇ। ਜੋਤਸ਼ੀਆਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ ਆ ਹੁਣ ਸਾਡੇ ਇੱਥੇ। ਮੈਨੂੰ ਜੋਤਸ਼ੀਆਂ ਦੇ, ਚਲੋ ਤੁਸੀਂ ਇੱਕ ਗੱਲ ਯਾਦ ਕਰਾਤੀ, ਆਪਾਂ ਇੱਕ ਮਿੰਟ ਪਹਿਲਾਂ ਉਹ ਕਰ ਲੈਂਦੇ ਆ। ਪੰਜਾਬ ਵਾਲੇ ਪਾਸੇ ਨਾ ਖਾਸ ਕਰ ਜਦੋਂ ਆਪਾਂ ਅੰਬਾਲੇ ਵਾਲੇ ਉਹਦੇ ਰਹਿੰਦੇ ਆ, ਇਧਰਲੇ ਪਾਸੇ ਪਠਾਨਕੋਟ, ਇਧਰਲੇ ਪਾਸੇ ਹਿਮਾਚਲ ਵਾਲੇ ਪਾਸੇ ਤੁਹਾਨੂੰ ਬੜੇ ਬੋਰਡ ਦੇਖਣੇ ਮਿਲਣੇ ਆ। ਤੁਸੀਂ 5 ਮਿੰਟ ਦੇ ਵਿੱਚ ਗ੍ਰਹਿ ਪ੍ਰਵੇਸ਼, ਕਲੇਸ਼ ਮਕਾਓ, ਆਹ ਕਰੋ, ਵਿਦੇਸ਼ ਜਾਣ ਲਈ ਸੰਪਰਕ ਕਰੋ, ਪਤਾ ਨੀ ਕਿਸ ਤਰ੍ਹਾਂ ਦੇ ਅੱਜ ਕੱਲ ਇਹ ਧੰਦੇ ਬਣਾ ਕੇ ਬੈਠੇ ਆ, ਜਿਨ੍ਹਾਂ ਦੇ ਖਿਲਾਫ਼ ਪਤਾ ਨੀ ਕਿਉਂ ਕੀ ਕਾਰਵਾਈ ਨੀ ਕੀਤੀ ਜਾ ਰਹੀ। ਇਸ ਕਰਕੇ ਜਾਂ ਫਿਰ ਪੈਸਾ ਹੁੰਦਾ, ਕਿਉਂਕਿ ਵਾਹਵਾ ਮਸ਼ਹੂਰੀਆਂ ਦੇਖੀਆਂ ਹੁੰਦੀਆਂ, ਕੰਧਾ ਕੁੰਧਾ ਤੇ ਉੱਦਾਂ ਹੀ ਲਿਖਿਆ ਪੈਂਦਾ ਜਾਦੂ ਜੂਦੂਆਂ ਦਾ। ਹਾਲਾਂਕਿ ਇਹਨੂੰ ਰੋਕਣ ਦੀ ਲੋੜ ਹੈ। ਆਮ ਆਦਮੀ ਪਾਰਟੀ ਵਾਲੇ ਚਲੋ ਅੱਜ ਨਹੀਂ ਨਾਲ ਲੈ ਗਏ, ਪਰ ਆਮ ਆਦਮੀ ਪਾਰਟੀ ਨੇ ਇੱਕ ਗੱਲ ਜ਼ਰੂਰ ਕਹੀ ਆ, ਉਹ ਕਹਿੰਦੇ ਕਿ ਵੋਟਾਂ ਪਾਉਣੀਆਂ ਜਦੋਂ ਤੁਸੀਂ ਨਾ ਬੱਚਿਆਂ ਦੇ ਭਵਿੱਖ ਵੱਲ ਧਿਆਨ ਜ਼ਰੂਰ ਰੱਖਿਓ, ਕਿਉਂਕਿ ਜਿਸ ਤਰ੍ਹਾਂ ਤੁਸੀਂ ਹੁਣ ਵੋਟ ਪਾਉਣੀ ਹੈ ਇਹ ਦੇਖ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕਲਿਆਣ ਹੋਊਗਾ, ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ, ਤੁਹਾਡੀ ਗੱਲ ਸੁਣੀ ਜਾਊਗੀ ਜਾਂ ਫਿਰ ਨਹੀਂ। ਹੁਣ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਸ਼ੁਰੂ ਹੋਈਆਂ, ਇਹਦਾ ਮਤਲਬ ਕਿ ਹੁਣ ਵੈਸੇ ਤਾਂ ਆਮ ਆਦਮੀ ਪਾਰਟੀ ਨੇ ਲੰਬੇ ਸਮੇਂ ਤੋਂ ਕੰਮ ਕੀਤੇ ਆ, ਕਈ ਜਗ੍ਹਾ ਦੇ ਵਿੱਚ ਕੀਤੇ, ਕੁਛ ਦੇ ਵਿੱਚ ਕੀਤੇ, ਬਹੁਤ ਸਾਰੀਆਂ ਤਾਂ ਨਹੀਂ ਕੀਤੇ, ਪਰ ਪੰਜਾਬ ਵਾਲੇ ਪਾਸੇ ਹੁਣ ਜਿਹੜਾ ਇੱਕ ਵਾਰ ਫਿਰ ਤੋਂ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ, ਉਹ ਇਹੀ ਹੈ
कि लोगों का ध्यान हुण अपने वल खिंचया जाए। पर एक गल इन्हां ने जिहड़ी कीती है चंगी कीती है कि बच्चों का भविष्य सोच के बोझ पाई जाए कि सिक्ख्या सहूलतां तुहानूं पूरियां मिलूगियां, बिजली की सहूलत पूरी मिलूगी, असाथा का 8-8 रुपए बिजली की यूनिट हो गई है। आने वाले दिनों में आप पहले एक्शन प्रोग्राम से जिक्र किया कि होर वधाउण की तैयारी की जा रही है, तो बढ़ जाने बिजली के बिल भी, बिल होर बढ़ के आऊंगे लगता है। इस तरह बुजुर्गों को पेंशन मिलूगी, ये सारिया गल्ला हूं इन्होंने करनिया शुरू कर दी। वैसे भी सुनैर जी अज प्रधानमंत्री उन्होंने तो अपने आप ही कहता कि वोटा जो होंगे उस समय बहुत सारिया ਗੱਲਾਂ ਕੀਤੀਆਂ ਜਾਂਦੀਆਂ, ਵਾਅਦੇ ਕੀਤੇ ਜਾਂਦੇ, ਤਾਂ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਤੇ ਚਲੋ ਸੁਣਦੀ ਤਾਂ ਹੈਗੀ ਆ। ਪ੍ਰਧਾਨ ਮੰਤਰੀ ਹੁਣਾਂ ਨੇ ਮੈਨੂੰ ਲੱਗਦਾ ਗੱਲ ਸੁਣ ਲਈ ਹੋਣੀ ਆ, ਬਿਆਨ ਬਿਨ ਆ ਗਏ ਆ, ਪਰ ਦੇਸ਼ ਦੇ ਭਵਿੱਖ ਦੀ ਗੱਲ ਕੀਤੀ ਆ, ਇਹ ਜ਼ਰੂਰ ਸਹੀ ਆ, ਪਰ ਹੈ ਇਹ ਵੀ ਇੱਕ ਰਾਜਨੀਤੀ ਦਾ ਹਿੱਸਾ ਹੀ। ਜੀ ਗੱਲ ਤਾਂ ਸਾਰੀ ਰਾਜਨੀਤੀ ਤੇ ਖੜਦੀ ਆ ਨਾ ਜੀ, ਤੇ ਚੋਣਾਂ ਚ ਖੜਦਾ ਕੋਈ ਤੇ ਕੋਈ ਲੋਕਾਂ ਨਾਲ ਖੜਦਾ। ਨਵਜੋਤ ਸਿੱਧੂ ਹੋਰ ਕਿੱਧਰ ਖੜੇ ਆ, ਦਿੱਲੀ ਗਏ ਸੀ ਅੱਜ। ਨਵਜੋਤ ਸਿੰਘ ਸਿੱਧੂ ਫਿਰ ਲੱਗਦਾ ਕੁਛ ਨਾ ਕੁਛ ਕਰਕੇ ਆਉਣਗੇ, ਪਰ ਇੱਕ ਚੀਜ਼ ਹੋਰ ਹੈ ਇੱਥੇ ਕਿ ਸਾਲ ਦੇ ਵਿੱਚ ਇੱਕ ਦੋ ਗੇੜੇ ਵੈਸੇ ਵੀ ਦਿੱਲੀ ਮਾਰਦੇ, ਪਿਛਲੀ ਵਾਰ ਵੀ ਇਹ ਦਿੱਲੀ ਪਹੁੰਚੇ ਤਾਂ ਚਰਚਾ ਚਲਦੀਆਂ ਜੀ ਇਸ ਵਾਰ ਲੱਗਦਾ ਹੈ ਕੋਈ ਨਾ ਕੋਈ ਨਵਾਂ ਅਹੁਦਾ ਦਿਆ ਜਾਏਗਾ, ਕੁਛ ਬਹੁਤ ਸਾਰੀਆਂ ਗੱਲਾਂ ਚੱਲੀਆਂ। ਪਰ ਇਸ ਵਾਰ ਲੱਗਦਾ ਕਿ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਆ ਰਹੀਆਂ ਆ, ਉਹਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ। ਆਪਾਂ ਦੇਖੋ ਨਾ, ਸੋਨੀਆ ਗਾਂਧੀ ਹੁਣਾਂ ਨੇ ਹੁਣ ਕਮਾਨ ਆਪਣੇ ਹੱਥ ਵਿਚ ਲਈ ਆ, ਤੇ ਹੁਣ ਦੇਖਣਾ ਕਿੱਧਰਲੇ ਪਾਸੇ ਸਾਰਾ ਕੁਛ ਕੀ ਕਰਨਾ। ਨਵਜੋਤ ਸਿੰਘ ਸਿੱਧੂ ਹੁਣਾਂ ਦੀ ਅੱਜ ਮੁਲਾਕਾਤ ਜ਼ਰੂਰ ਹੋ ਰਹੀ ਹੈ, ਤੇ ਲੱਗਦਾ ਕਿ ਕਿਸੇ ਨਾ ਕਿਸੇ ਪਾਸੇ ਰਾਜਨੀਤੀ ਦੁਆਰਾ ਤੋਂ ਫਿਰ ਸਰਗਰਮ ਹੋਣਗੇ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ, ਵੈਸੇ ਤਾਂ ਉਹ 1.5-2 ਸਾਲ ਦੀ ਹੋ ਗਿਆ ਚੁੱਪੀ ਬੈਠੇ ਆ, ਪਰ ਜਿਸ ਤਰ੍ਹਾਂ 1-2 ਮਹੀਨਿਆਂ ਤੋਂ ਹੌਲੀ ਹੌਲੀ ਉਹਨਾਂ ਨੇ ਲੋਕਾਂ ਵਿਚ ਵਿਚਰਨਾ ਸ਼ੁਰੂ ਕੀਤਾ, ਦੁਆਰਾ ਕਈ ਮਸਲੇ ਉਠਾਉਣੇ ਸ਼ੁਰੂ ਕੀਤੇ ਨੇ, ਪਹਿਲਾਂ ਤਾਂ ਕਿਸੇ ਵੀ ਪਾਰਟੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਦਿੰਦੇ ਸੀ, ਪਰ ਪਿਛਲੇ 1 ਮਹੀਨੇ ਦੇ ਦੌਰਾਨ ਕਈ ਬਿਆਨ ਵੀ ਸਾਹਮਣੇ ਆਏ, ਇਹਨੂੰ ਲੈ ਕੇ ਇਸ ਸਰਗਰਮੀਆਂ ਤੇਜ਼ ਹੋਈਆਂ। ਹੋ ਸਕਦਾ ਉਹਨਾਂ ਦਾ ਉਹ ਨਿੱਜੀ ਦੌਰਾ ਹੋਵੇ ਜਾਂ ਮੁਲਾਕਾਤ ਹੀ ਹੋਵੇ, ਪਰ ਲੱਗਦਾ ਕਿ ਇੱਕ ਵਾਰ ਫਿਰ ਤੋਂ ਕੋਈ ਨਾ ਕੋਈ ਹਲਚਲ ਪੰਜਾਬ ਦੀ ਰਾਜਨੀਤੀ ਚ ਹੋ ਸਕਦੀ ਆ। ਕੁਛ ਬਹੁਤ ਸਾਰੇ ਪੰਜਾਬ ਦੇ ਸੀਨੀਅਰ ਨੇਤਾ ਅਜਿਹੇ ਨੇ ਜੋ ਨਵਜੋਤ ਸਿੱਧੂ ਦੇ ਹੱਕ ਵਿਚ ਖੜੇ ਨੇ, ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ ਜਿਸ ਤਰ੍ਹਾਂ ਦੇ ਇਨ੍ਹਾਂ ਦੇ ਸਬੰਧ ਆ ਉਹਨੂੰ ਲੈ ਕੇ ਉਹ ਬੋਲਦੇ ਨਹੀਂ ਪਏ, ਉਹ ਮੈਨੂੰ ਲੱਗਦਾ ਦਬਕਾ ਦੁਬਕਾ ਪੈ ਜਾਂਦਾ ਹੋਣਾ, ਪਰ ਅੰਦਰ ਖਾਤੇ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਹੈਗੇ ਆ, ਉਹ ਚਾਹੁੰਦੇ ਹੀ ਆ ਕਿ ਨਵਜੋਤ ਸਿੰਘ ਸਿੱਧੂ ਵਾਪਸੀ ਕਰਨ, ਪਰ ਲੱਗਦਾ ਜੇਕਰ ਕੇਂਦਰ ਵਾਲੇ ਪਾਸੋਂ ਇਸ਼ਾਰਾ ਹੋਊਗਾ ਹਾਈਕਮਾਨ ਤੋਂ ਤਾਂ ਹੀ ਵਾਪਸੀ ਹੋਊਗੀ, ਨਹੀਂ ਤਾਂ ਦੌਰਾ ਇਹ 2-4 ਦਿਨ ਬਾਅਦ ਫਿਰ ਹੀ ਆਣਾ ਕਿ ਉਹਨਾਂ ਦਾ। ਮੈਂ ਤਾਂ ਨਿੱਜੀ ਦੌਰੇ ਤੇ ਗਿਆ ਸੀ, ਪਰ ਚਰਚਾ ਜ਼ਰੂਰ ਹੋਊਗੀ ਰਾਜਨੀਤੀ ਵਿਚ ਉਨ੍ਹਾਂ ਦੇ ਮੁੜ ਆਉਣ ਨੂੰ ਲੈ ਕੇ, ਮੁੜ ਸਰਗਰਮ ਹੋਣ ਨੂੰ ਲੈ ਕੇ। ਜੀ ਉੱਤਰਾਖੰਡ ਦੇ ਵਿਚ ਕੱਲ ਗਲੇਸ਼ੀਅਰ ਫਟਿਆ ਜੀ, ਤੇ ਕੀ ਅਪਡੇਟ ਨੇ ਉਥੋਂ? ਉੱਤਰਾਖੰਡ ਤੋਂ ਇਹ ਬੜੀ ਮਾੜੀ ਖਬਰ ਸੀ ਕਿ ਜਿੱਥੇ ਗਲੇਸ਼ੀਅਰ ਦਾ ਹੋਇਆ, ਵੈਸੇ ਤਾਂ ਇਹਨੂੰ ਹੁਣ ਸਾਰੇ ਇਹੀ ਕਹਿ ਰਹੇ ਹਨ ਸੁਖਨੈਬ ਜੀ ਕਿ ਇਹ ਹਾਦਸਾ ਵਾਪਰਿਆ ਕੁਦਰਤ ਨੇ, ਇੱਦਾਂ ਕੀਤਾ ਕੁਦਰਤ ਨੇ, ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਵਾਪਰਿਆ ਕਿਸ ਤਰ੍ਹਾਂ, ਇਹਦੇ ਵਿਚ ਕਿਹਦੀ ਗਲਤੀ ਸੀ? ਇਹਦੇ ਵਿਚ ਗਲਤੀ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੇ ਉਥੇ ਸਾਰਾ ਕੁਛ ਇਹ ਹੋਣ ਦਿੱਤਾ। ਦੇਖੋ ਬਹੁਤ ਸਾਰੀਆਂ ਖਬਰਾਂ ਹੁਣ ਚੱਲ ਰਹੀਆਂ ਨਾ ਕਿ ਇਹ ਕੁਦਰਤੀ ਤੌਰ ਤੇ ਹੋਇਆ, ਉਥੇ ਬਹੁਤ ਸਾਰਾ ਇੱਕ ਟੂਰਿਜ਼ਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਟੂਰਿਜ਼ਮ ਦੇ ਤਹਿਤ ਬਹੁਤ ਸਾਰੀਆਂ ਜਗ੍ਹਾ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਜਿੱਥੇ ਹੋਟਲ ਬਣਾਉਣ ਦੀ ਤਿਆਰੀ ਚੱਲਦੀ ਹੈ। ਬਹੁਤ ਸਾਰੀਆਂ ਭਾਰਤ ਦੀਆਂ ਕੰਪਨੀਆਂ ਜਿਨ੍ਹਾਂ ਨੂੰ ਠੇਕਾ ਦਿੱਤਾ ਗਿਆ ਉੱਥੇ ਕੰਮ ਕਰਨ ਦਾ, ਹਾਲਾਂਕਿ ਇੱਕ ਬੜੀ ਵਿਵਾਦਿਤ ਮੰਤਰੀ ਆ, ਉਹਨੇ ਤਾਂ ਇਹ ਵੀ ਕਿਹਾ ਤਾਂ ਮੈਂ ਤਾਂ ਜੀ ਬਹੁਤ ਚਿਰ ਪਹਿਲਾਂ ਰੋਕਿਆ ਵੀ ਸੀ ਇਸ ਤਰ੍ਹਾਂ ਦਾ ਕੰਮ ਕਿ ਉੱਥੇ ਨਾ ਕੀਤਾ ਜਾਵੇ, ਪਰ ਕਹਿੰਦੇ ਮੇਰੇ ਚੱਲੀ ਚੁੱਲੀ ਹੈ ਨੀ ਜੀ। ਪਰ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਮੈਂ ਕਰਨੀ ਚਾਹੁੰਗਾ, 1834 ਦੇ ਤਕਰੀਬਨ ਉੱਥੇ ਗਲੇਸ਼ੀਅਰ ਆ ਜਿਹੜੇ ਉੱਤਰਾਖੰਡ ਦੇ ਵਿਚ ਅਜੇ ਵੀ ਆ। ਪਿਛਲੀ ਵਾਰ ਜੰਗਲ ਦੇ ਵਿਚ ਅੱਗ ਲੱਗੀ ਤੇ ਬਹੁਤ ਸਾਰੇ ਗਲੇਸ਼ੀਅਰ ਇਸੇ ਕਰਕੇ ਹੀ ਘਟਨੇ ਸ਼ੁਰੂ ਹੋ ਗਏ ਸੇਕ ਦੇ ਨਾਲ ਅੱਗ ਦੇ, ਕਿ ਉੱਥੇ ਦਾ ਕੰਮ ਰੁਕ ਗਿਆ, ਮਤਲਬ ਕਿ ਅੱਗ ਦੇ ਸੇਕ ਨਾਲ ਗਲੇਸ਼ੀਅਰ ਢਲਣਾ ਸ਼ੁਰੂ ਹੋ ਗਏ। ਉਸ ਤੋਂ ਬਾਅਦ ਹੁਣ ਦੇਖੋ ਸਭ ਤੋਂ ਵੱਡੀ ਗੱਲ ਕਿਹੜੀ ਆ, ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜੇ ਤੱਕ ਵੀ 150 ਤੋਂ ਵੱਧ ਲੋਕ ਲਾਪਤਾ ਨੇ, 28 ਲਾਸ਼ਾਂ ਸੁਖਨੈਬ ਜੀ ਹੁਣ ਤੱਕ ਮਿਲ ਚੁੱਕੀਆਂ। ਇੱਕ ਉੱਥੇ ਅੰਦਰਲੇ ਪਾਸੇ ਸੁਰੰਗ ਬਣਾਈ ਗਈ ਹੈ, ਉੱਥੇ ਹੁਣ ਤਾਜ਼ੀ ਅਪਡੇਟ ਦੇ ਤਹਿਤ ਇਹ ਹੈ ਕਿ 7 ਬੰਦਿਆਂ ਨੂੰ ਕੱਢਿਆ ਗਿਆ ਠੀਕ ਠਾਕ ਨੇ, ਅਜੇ ਤੱਕ ਵੀ ਬਹੁਤ ਸਾਰੀਆਂ ਗੱਡੀਆਂ ਅੰਦਰ ਫਸੀ ਹੋਣ ਦੀਆਂ ਸੰਭਾਵਨਾ, ਪਰ ਲੱਗਦਾ ਇਹਨੂੰ ਸਮਾਂ ਲੰਬਾ ਲੱਗ ਜੂਗਾ, ਕਿਉਂਕਿ 197 ਤੋਂ ਵੱਧ ਲੋਕ ਅਜੇ ਵੀ ਅੰਦਰ ਫਸੇ ਹੋਏ ਨੇ। ਮੈਨੂੰ ਲੱਗਦਾ ਮੈਂ ਪਹਿਲਾਂ 107 ਦੇ ਕਰੀਬ ਕਹਿ ਗਿਆ, 197 ਦੇ ਤਕਰੀਬਨ ਲੋਕ ਅਜੇ ਅੰਦਰ ਫਸੇ ਆ, ਤੇ ਇਹਨੂੰ ਕੱਢਣ ਨੂੰ ਸਮਾਂ ਲੱਗਣਾ, ਕਿਉਂਕਿ ਜਿਸ ਤਰ੍ਹਾਂ ਦਾ ਮਲਬਾ ਇਕੱਠਾ ਹੋਇਆ ਇੰਨਾ ਸੌਖਾ ਨਹੀਂ ਲੱਗਦਾ ਉੱਥੇ ਕੰਮ ਹੋਊਗਾ। ਹੁਣ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ, ਆਉਣ ਵਾਲੇ ਸਾਲਾਂ ਦੇ ਦੌਰਾਨ ਇਹ ਹਾਦਸਾ ਇਸ ਤਰ੍ਹਾਂ ਦਾ ਫਿਰ ਵਾਪਰ ਸਕਦਾ,
क्योंकि इनू लैके पहला भी चेतावनियां दिती गई ये कोई पहली चेतावनी नहीं इन्हों सारिया चेतावनियां दिखा होने के बावजूद भी इथे काम लगातार चलता है हुण काफी समय तो शांत बैठा सी ग्लेशियर पर प्रणब जी जिस तरह मैं तुहानू दस्सिया कि 1800 तो वध ग्लेशियर उत्थे उत्तराखंड विच ही आ ते आउण वाले दिनां दे दौरान जिस तरह अगजनी दीआं घटनावां जंगल विच लगियां उहदे करके सेक दे करके बहुत सारे ग्लेशियर नूं नुकसान पिआ है बहुत सारे विज्ञानियां दा भी मनणा तो आपां चाहुंदे आ कि इही आस ते अरदास है कि इस तरह की घटना ना वापरे पर जिस तरह का मनुख हुण उधर वतीरा कर रहा है इहनूं मैं कुदरत दा घट कहूंगा मनुख नूं इहदे विच ज्यादा दोषी मनूंगा ते अजे तक भी समझना चाहिए क्योंकि कुदरत ने भी यही एक सजा दी है कि ट्रेलर दिता कि जेकर आने वाले समय विच भी पंगे इस तरह के लैने नतीजे उहदे पुठे होने आ एक होर गल आ गई एक बार एक देश विच ना ओलंपिक दीआं खेडां सन उन्होंने स्टेडियम के मैदान के उपर एदां दा कैमिकल छड्ड दिता जिहदे करके मीह ना आवे ते अगले साल ही नाल ही गुआंढी देश विच बहुत वड्डी सुनामी देखण नूं मिली सी जिस करके लखां लोक मारे गए तो इस करके कुदरत नाल खिलवाड़ करना नहीं चाहिए स्थिति अजे गंभीर है 150 to 200 के करीब बंदा अजे भी फसिया लगता है कि जल्दी कट लिया जाऊगा पर लाशा जिस तरह हम मिल दी उम्मीद घटी जा रही है लोगों के मरण की संभावना शंका बढ़िया जी ते किसानी अंदोलन है जो सतपड़ा पार रखा गया जी जी किसानी अंदोलन हूं सत पड़ा पार कर चुका देखो हौली हौली आप थोड़ी एक दो मिनट खबर करते हैं कि देखो पहला पड़ा तो शुरू कदों हों जो सिद्धले पासे उधर पहुंचते पे है 23 नवंबर दिल्ली आले पासे ना दिल्ली चलो अंदोलन की शुरुआत में लैके हौली हौली आप देखा किस तरह ट्रैक्टर के काफले गए मुलाकातों का सिलसिला शुरू होया सरकार ने पहली बार की समझाने की कोशिश की मनाने की कोशिश की उपर उपरों की पहला पड़ा से जो सारा कुछ वापरिया जाके बैठे है किसी ने पूछया नहीं ट्रालियां जांदियां इकट्ठ शुरू हुंदा है वह अखबार एक निकली अखबार के निकलन के नाल जो विश्व पद्धर के उपर गल निकली है बहुत सारे लोगों को पता लगा कि अंदोलन हुण मंगना शुरू हो गया घटनाक्रम चलता गया अदालत विच गल पहुंच गई सुप्रीम कोर्ट ने सुनवाई करन तो मना कर दिता यह मामला सरकार दा करदे करदे इसे तरह ही समा पैंदा गया तीजा पड़ा चौथा पड़ा 26 तरीक का सारा कुछ घटना आप देखा जो कुछ होया ना उस तो बाद जांदे जांदे राजधानी किले वाल जो गल्लां निकलियां उत्थे झंडा जिस तरह बना के पेश किया गया हालांकि बहुत सारिया गलां जुड़िया आप चलो गहराई विच नहीं जाते समा भी घट है साडे कोल ते आखिरी पड़ा दे उपर मैं आना जिथे आना चाहना कि जिस तरह राकेश टिकैत उन्हां दी भूमिका तो बाद ते उस तो बाद आ ट्वीट से 2-4 दिन के बाद जिहड़ा इन्हां दोनां घटनाक्रम दे नाल अंदोलन विच नवी जान पई आ इथों लगता है कि हुण अंदोलन अगे वल ही जाऊगा हुण रुकना नहीं क्योंकि जेकर जिस तरह हुण बहुत सारिया हुण गल्लां लगियां पाबंदियां लगातियां हुण वख वख संगठनां तों भी मंग कीती जा रही है यह लगता है कि आने वाले दिनों विच अगे वल ही जाऊगा सारा कुछ काम रुकना नहीं तो चंगी गल है कि जल्दी जल्दी ही सारिया का फैसला होवे जी बहुत धन्यवाद नवरीत जी नवजीत जी बहुत मेहरबानी शुक्रिया जी नायब जी धन्यवाद दोस्तों हुण आपां एक छोटी जी ब्रेक लैके उस तों बाद डॉक्टर विकास गुप्ता होरां दे नाल जुड़ांगे सेहत संबंधी ते खास करके कम्यूनिटी संबंधी अज उन्हां नाल गल्लबात करांगे ब्रेक तों बाद हाजर हुंदे इत्थे